ਖੌਤਾਂ ਦੀ ਕਿਤਾਬ ਅਧਿਆਏ 1 ਬੁੱਧੀ ਦੀ ਪੁਕਾਰ। ਦਾਊਦ ਦੇ ਪੁੱਤਰ ਇਸਰਾਇਲ ਦੇ ਪਾਤਸ਼ਾਹ ਸੁਲੇਮਾਨ ਦੀਆਂ ਕਹਾਣੀਆਂ। ਬੁੱਧ ਤੇ ਸਿੱਖਿਆ ਜਾਣਨ ਲਈ ਅਤੇ ਸਮਝ ਦੀਆਂ ਗੱਲਾਂ ਬੁੱਝਣ ਲਈ, ਚਤੁਰਾਈ ਦੀ ਸਿੱਖਿਆ ਪ੍ਰਾਪਤ ਕਰਨ ਲਈ, ਨਾਲੇ ਧਰਮ ਨਿਉਂ ਤੇ ਇਨਸਾਫ ਵੀ, ਭੋਲਿਆਂ ਨੂੰ ਸਿਆਣਪ ਅਤੇ ਜਵਾਨਾਂ ਨੂੰ ਗਿਆਨ ਤੇ ਮਤ ਦੇਣ ਲਈ। ਭਾਈ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ ਅਤੇ ਸਮਝ ਵਾਲਾ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ। ਭਾਈ ਉਹ ਕਹਾਉਤਾਂ ਤੇ ਦ੍ਰਿਸ਼ਟਾਂਤਾਂ ਅਤੇ ਬੁੱਧਵਾਨਾਂ ਦੀਆਂ ਗੱਲਾਂ ਅਤੇ ਬੁਝਾਰਤਾਂ ਨੂੰ ਸਮਝਣ। ਯਹੋਵਾ ਦਾ ਦੀਆਂ ਸਾਂ ਸਿਰਿਆਂ ਉੱਤੇ ਹੋਕਾ ਦਿੰਦੀ ਹੈ। ਉਹ ਫਾਟਕਾਂ ਦੇ ਲਾਂਘਿਆਂ ਉੱਤੇ ਅਤੇ ਸ਼ਹਿਰ ਵਿੱਚ ਇਹ ਗੱਲ ਕਰਦੀ ਹੈ, ਹੀ ਬੋਲਿਓ, ਤੁਸੀਂ ਕਦੋਂ ਤਾਈ ਭੋਲੇਪਨ ਨਾਲ ਪ੍ਰੀਤ ਪਾਲੋਗੇ ਅਤੇ ਮਖੌਲੀਏ ਆਪਣੇ ਮਖੌਲਾਂ ਤੋਂ ਪ੍ਰਸੰਨ ਹੋਣਗੇ ਅਤੇ ਮੂਰਖ ਗਿਆਨ ਨਾਲ ਵੈਰ ਰੱਖਣਗੇ। ਮੇਰੀ ਤਾੜ ਸੁਣ ਕੇ ਮੁੜੋ, ਵੇਖੋ ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗਾ, ਮੈਂ ਆਪਣੇ ਵਚਨ ਤੁਹਾਨੂੰ ਸਮਝਾਵਾਂਗੀ। ਮੈਂ ਤਾਂ ਆਵਾਜ਼ ਮਾਰੀ ਪਰ ਤੁਸੀਂ ਆਖਾਂ ਨਾ ਮੰਨਿਆ, ਮੈਂ ਹੱਥ ਪਸਾਰਿਆ ਪਰ ਕਿਸੇ ਨੇ ਵੀ ਧਿਆਨ ਨਾ ਕੀਤਾ, ਸਗੋਂ ਤੁਸੀਂ ਮੇਰੀਆਂ ਸਾਰੀਆਂ ਮੱਤਾਂ ਨੂੰ ਵਿਸਾਰ ਦਿੱਤਾ ਅਤੇ ਮੇਰੀ ਤਾੜ ਦੀ ਕੁਝ ਚਾਹ ਨਾ ਕੀਤੀ। ਮੈਂ ਵੀ ਤੁਹਾਡੀ ਬਿਪਤਾ ਉੱਤੇ ਹੱਸਾਂਗੀ ਅਤੇ ਜਦ ਤੁਹਾਡੇ ਉੱਤੇ ਭੈ ਆ ਪਵੇਗਾ ਤਾਂ ਮੈਂ ਠੱਠਾ ਮਾਰਾਂਗੀ। ਜਿਸ ਵੇਲੇ ਝੱਖੜ ਝੋਲੇ ਬਾਂਗਰ ਤੁਹਾਡੇ ਉੱਤੇ ਭੈ ਆ ਪਵੇਗਾ ਅਤੇ ਬਾਬ ਰੋਲੇ ਦੀ ਨਿਆਈ ਤੁਹਾਡੇ ਉੱਤੇ ਬਿਪਤਾ ਆ ਪਵੇਗੀ ਅਤੇ ਤੁਹਾਨੂੰ ਕਸ਼ਟ ਤੇ ਸੰਕਟ ਹੋਵੇਗਾ। ਉਸ ਵੇਲੇ ਉਹ ਮੇਰੀਆਂ ਦੁਹਾਈਆਂ ਦੇਣਗੇ ਪਰ ਮੈਂ ਉੱਤਰ ਨਾ ਦੇਵਾਂਗੀ। ਉਹ ਮੈਨੂੰ ਲਾ ਕੇ ਮੈਨੂੰ ਭਾਲਣਗੇ ਪਰ ਮੈਂ ਉਹਨਾਂ ਨੂੰ ਨਾ ਲੱਭਾਂਗੀ, ਕਿਉਂ ਜੋ ਉਹਨਾਂ ਨੇ ਕੰਨ ਨਾਲ ਵੈਰ ਰੱਖਿਆ ਅਤੇ ਯਹੋਵਾ ਦਾ ਭੈ ਪਸੰਦ ਨਾ ਕੀਤਾ। ਉਹਨਾਂ ਮੇਰੀ ਮੱਤ ਦੀ ਕੁਝ ਲੋੜ ਨਾ ਰੱਖੀ ਅਤੇ ਮੇਰੀ ਸਾਰੀ ਤਾੜ ਨੂੰ ਤੁੱਛ ਜਾਣਿਆ, ਇਸ ਲਈ ਆਪਣੀ ਕਰਨੀ ਦਾ ਫਲ ਭੋਗਣਗੇ ਅਤੇ ਆਪਣੀਆਂ ਜੁਗਤਾਂ ਨਾਲ ਰੱਜਣਗੇ, ਕਿਉਂ ਜੋ ਭੋਲੇ ਫਿਰ ਜਾਣ ਕਰਕੇ ਮਾਰੇ ਜਾਣਗੇ ਅਤੇ ਮੂਰਖਾਂ ਦੀ ਲਾਪਰਵਾਹੀ ਉਹਨਾਂ ਦਾ ਨਾਸ਼ ਕਰੇਗੀ। ਪਰ ਜੋ ਮੇਰੀ ਸੁਣਦਾ ਹੈ ਉਹ ਸੁੱਖ ਨਾਲ ਵਸੇਗਾ ਅਤੇ ਭਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ। ਕਹਾਉਤਾਂ ਦੀ ਕਿਤਾਬ ਅਧਿਆਏ 2 ਬੁੱਧ ਦੇ ਲਾਭ। ਹੇ ਮੇਰੇ ਪੁੱਤਰ, ਜੇ ਤੂੰ ਮੇਰੇ ਆਖੇ ਲੱਗੇ ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੀ, ਭਾਈ ਬੁੱਧ ਵੱਲ ਕੰਨ ਲਾਵੀ ਅਤੇ ਸਮਝ ਉੱਤੇ ਚਿੱਤ ਲਾਵੀ। ਹਾਂ, ਜੇ ਤੂੰ ਵਿਵੇਕ ਲਈ ਪੁਕਾਰੇ ਅਤੇ ਸਮਝ ਲਈ ਆਵਾਜ਼ ਕੱਢੇ, ਜੇ ਤੂੰ ਚਾਂਦੀ ਵਾਂਗੂ ਉਹਨਾਂ ਦੀ ਭਾਲ ਕਰੇ ਅਤੇ ਗੁਪਤ ਧਨ ਵਾਂਗੂ ਉਹਦੀ ਖੋਜ ਕਰੇ, ਤਾਂ ਤੂੰ ਯਹੋਵਾ ਦੇ ਭੈ ਨੂੰ ਸਮਝੇਗਾ ਅਤੇ ਪਰਮੇਸ਼ਰ ਦੇ ਗਿਆਨ ਨੂੰ ਪ੍ਰਾਪਤ ਕਰੇਗਾ, ਕਿਉਂ ਜੋ ਬੁੱਧ ਯਹੋਵਾ ਹੀ ਦਿੰਦਾ ਹੈ, ਗਿਆਨ
ਅਤੇ ਸਮਝ ਉਸੇ ਦੇ ਮੂੰਹੋਂ ਨਿਕਲਦੀ ਹੈ। ਸਚਿਆਰਾਂ ਲਈ ਉਹ ਦਿਨਾਈ ਰੱਖ ਛੱਡਦਾ ਹੈ, ਜਿਹੜੇ ਖਰਿਆਈ ਨਾਲ ਚੱਲਦੇ ਹਨ ਉਹਨਾਂ ਲਈ ਉਹ ਢਾਲ ਹੈ, ਤਾਂ ਜੋ ਉਹ ਨਿਉਂ ਦੇ ਰਾਹਾਂ ਦੀ ਰਾਖੀ ਕਰੇ ਅਤੇ ਆਪਣੇ ਭਗਤਾਂ ਦੇ ਰਾਹ ਦੀ ਰਕਸ਼ਾ ਕਰੇ। ਤਦ ਧਰਮ ਅਤੇ ਨਿਉਂ ਅਤੇ ਇਨਸਾਫ ਨੂੰ ਸਮੂਹ ਹਰੇਕ ਭਲੇ ਰਾਹ ਨੂੰ ਸਮਝੇਗਾ, ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। ਮਤ ਤੇਰੀ ਪਾਲਣਾ ਕਰੇਗੀ ਅਤੇ ਸਮਝ ਤੇਰੀ ਰਾਖੀ ਕਰੇਗੀ। ਭਾਈ, ਤੈਨੂੰ ਬੁਰਿਆਂ ਰਾਹਾਂ ਤੋਂ ਅਤੇ ਖੋਟੀਆਂ ਗੱਲਾਂ ਕਰਨ ਵਾਲੇ ਮਨੁੱਖਾਂ ਤੋਂ ਛਡਾਉਣ, ਜਿਹੜੇ ਸੱਚਾਈ ਦੀਆਂ ਰਾਹਾਂ ਨੂੰ ਛੱਡ ਕੇ ਹਨੇਰੇ ਰਾਹਾਂ ਵਿੱਚ ਤੁਰਦੇ ਹਨ, ਜਿਹੜੇ ਬੁਰਾਈ ਕਰਨੋਂ ਆਨੰਦ ਹੁੰਦੇ ਅਤੇ ਬੁਰਾਈ ਦੇ ਖੋਟੇ ਕੰਮਾਂ ਤੋਂ ਖੁਸ਼ੀ ਮਨਾਉਂਦੇ ਹਨ, ਜਿਨ੍ਹਾਂ ਦੇ ਰਾਹ ਵਿੰਗੇ ਅਤੇ ਚਾਲਾਂ ਵਿਗੜੀਆਂ ਹੋਈਆਂ ਹਨ, ਤਾਂ ਜੋ ਉਹ ਤੈਨੂੰ ਪਰਾਈ ਤੀਵੀ ਤੋਂ ਛਡਾਉਣ। ਉਹ ਉਸ ਉਪਰੀ ਤੀਵੀ ਤੋਂ ਜਿਹੜੀ ਚਿਕਣੀ ਚੋਪੜੀਆਂ ਗੱਲਾਂ ਕਰਦੀ ਹੈ, ਜਿਹਨੇ ਆਪਣੇ ਜਵਾਨੀ ਦੇ ਸਾਥੀ ਨੂੰ ਛੱਡ ਦਿੱਤਾ ਅਤੇ ਆਪਣੇ ਪਰਮੇਸ਼ਵਰ ਦੇ ਨੇਮ ਨੂੰ ਵਿਸਾਰ ਦਿੱਤਾ ਹੈ, ਕਿਉਂ ਜੋ ਉਹਦਾ ਘਰ ਮੌਤ ਵੱਲ ਲੈ ਪੈਂਦਾ ਹੈ ਅਤੇ ਉਹਦੇ ਰਾਹ ਭੂਤਨਿਆਂ ਵੱਲ। ਜਿਹੜੇ ਉਹਦੇ ਕੋਲ ਜਾਂਦੇ ਹਨ ਉਹਨਾਂ ਵਿੱਚੋਂ ਕੋਈ ਮੁੜ ਕੇ ਨਹੀਂ ਆਉਂਦਾ ਅਤੇ ਨਾ ਹੀ ਜਿਉਣ ਦੇ ਰਾਹ ਤੱਕ ਉਪੜਦਾ ਹੈ। ਇਉਂ ਭਲਿਆਂ ਦੇ ਰਾਹ ਵਿੱਚ ਤੁਰੇਗਾ ਅਤੇ ਧਰਮੀਆਂ ਦੇ ਮਾਰਗ ਨੂੰ ਫੜੀ ਰੱਖੇਗਾ। ਸਚਾਰ ਹੀ ਧਰਤੀ ਉੱਤੇ ਵਸਣਗੇ ਅਤੇ ਖਰੇ ਹੀ ਉਹਦੇ ਵਿੱਚ ਰਹਿ ਜਾਣਗੇ, ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ ਅਤੇ ਸ਼ਲੀਏ ਉਸ ਵਿੱਚੋਂ ਕੁੱਟੇ ਜਾਣਗੇ। ਆਮੀਨ। ਕਹੌਤਾਂ ਦੀ ਕਿਤਾਬ ਅਧਿਆਇ 3। ਯਹੋਵਾ ਉੱਤੇ ਭਰੋਸਾ। ਹੇ ਮੇਰੇ ਪੁੱਤਰ, ਤੂੰ ਮੇਰੀ ਤਾਲੀਮ ਨੂੰ ਨਾ ਭੁੱਲ, ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ, ਕਿਉਂ ਜੋ ਉਹ ਉਮਰ ਦੀ ਲੰਬਾਈ, ਜਿਉਣ ਦੇ ਵਰੇ ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ। ਦਇਆ ਅਤੇ ਸੱਚਾਈ ਤੈਨੂੰ ਨਾ ਛੱਡਣ, ਉਹਨਾਂ ਨੂੰ ਆਪਣੇ ਗਲ ਦੇ ਦੁਆਲੇ ਬੰਨ ਲੈ, ਉਹਨਾਂ ਨੂੰ ਆਪਣੇ ਮਨ ਦੀ ਤਖਤੀ ਉੱਤੇ ਲਿਖ ਲੈ, ਤਾਂ ਤੂੰ ਪਰਮੇਸ਼ਵਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕ ਨਾਮੀ ਪਾਏਗਾ। ਆਪਣੇ ਪੂਰੇ ਦਿਲ ਨਾਲ ਯਹੋਵਾ ਉੱਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਐਤਵਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹਨੂੰ ਪਹਿਚਾਣ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ। ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ, ਯਹੋਵਾ ਦਾ ਭੈ ਰੱਖ ਅਤੇ ਬੁਰਾਈ ਤੋਂ ਲਾਂਭੇ ਰਹੋ। ਇਸ ਤੋਂ ਤੇਰੀ ਨਾਭੀ ਨਿਰੋਗ ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ। ਆਪਣਾ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾ ਦੀ ਮਹਿਮਾ ਕਰ, ਤਾਂ ਤੇਰੇ ਖਾਤੇ ਪੈਦਾਵਾਰ ਨਾਲ ਭਰੇ ਭੁਰੇ ਰਹਿਣਗੇ ਅਤੇ ਤੇਰੇ ਦਾਖਾਂ ਦੇ ਵੇਲੇ ਨਵੇਂ ਰਸ ਨਾਲ ਛਲਕਣਗੇ। ਹੇ ਮੇਰੇ ਪੁੱਤਰ, ਤੂੰ ਯਹੋਵਾ ਦੀ ਤਾੜ ਨੂੰ ਤੁੱਛ ਨਾ ਜਾਣ ਅਤੇ ਜਾ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈ, ਕਿਉਂ ਜੋ ਯਹੋਵਾ ਉਸੇ ਨੂੰ ਤਾੜਦਾ ਹੈ ਜਿਹਦੇ ਨਾਲ ਪਿਆਰ ਕਰਦਾ ਹੈ। ਜਿਵੇਂ ਪਿਓ ਉਸ ਪੁੱਤਰ ਨੂੰ ਜਿਸ ਤੋਂ ਉਹ ਪ੍ਰਸੰਨ ਹੈ, ਧੰਨ ਹੈ ਉਹ ਆਦਮੀ ਜਿਹਨੂੰ ਬੁੱਧ ਲੱਭਦੀ ਹੈ ਅਤੇ ਉਹ ਪੁਰਸ਼ ਜਿਹਨੂੰ ਸਮਝ ਪ੍ਰਾਪਤ ਹੁੰਦੀ ਹੈ, ਕਿਉਂ ਜੋ ਉਹਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ ਅਤੇ ਉਹਦਾ ਲਾਭ ਚੋਖੇ ਸੋਨੇ ਨਾਲੋਂ ਚੰਗਾ ਹੈ। ਉਹ ਤਾਂ ਲਾਲਾਂ ਨਾਲੋਂ ਵੀ ਅਨਮੋਲ ਹੈ ਅਤੇ ਜਿੰਨੀਆਂ ਵਸਤਾਂ ਦੀ ਤੈਨੂੰ ਲੋਚ ਹੈ ਉਹਨਾਂ ਵਿੱਚੋਂ ਕੋਈ ਵੀ ਉਹਦੇ ਤੁਲ ਨਹੀਂ। ਵੱਡੀ ਉਮਰ ਉਹਦੇ ਸੱਜੇ ਹੱਥ ਵਿੱਚ ਹੈ ਅਤੇ ਖੱਬੇ ਹੱਥ ਵਿੱਚ ਧਨ ਤੇ ਆਦਰ ਹੈ। ਉਹਦੇ ਰਾਹ ਮਨ ਭਾਉਂਦੇ ਅਤੇ ਉਹਦੇ ਸਾਰੇ ਪਹੇ ਸ਼ਾਂਤੀ ਦੇ ਹਨ। ਜਿਹੜੇ ਉਹਨੂੰ ਗ੍ਰਹਿਣ ਕਰਦੇ ਹਨ ਉਹ ਉਹਨਾਂ ਲਈ ਜਿਉਣ ਦਾ ਵਿਸ਼ ਹੈ ਅਤੇ ਜੋ ਕੋਈ ਉਹਨੂੰ ਫੜੀ ਰੱਖਦਾ ਹੈ ਉਹ ਖੁਸ਼ ਰਹਿੰਦਾ ਹੈ। ਯਹੋਵਾ ਨੇ ਬੁੱਧ ਨਾਲ ਧਰਤੀ ਦੀ ਨਿਉਂ ਧਰੀ ਅਤੇ ਸਮਝ ਨਾਲ ਆਕਾਸ਼ ਨੂੰ ਕਾਇਮ ਕੀਤਾ। ਉਹਦੇ ਗਿਆਨ ਨਾਲ ਹੀ ਡੂੰਘਾਈ ਫੁੱਟ ਨਿਕਲੀ ਅਤੇ ਬੱਦਲਾਂ ਵਿੱਚੋਂ ਤਰੇਲ ਪੈਂਦੀ ਹੈ। ਹੇ ਮੇਰੇ ਪੁੱਤਰ, ਦਿਨਾਈ ਅਤੇ ਸੂਜੀ ਨੂੰ ਸਾਂਭ ਕੇ ਰੱਖ, ਇਹਨਾਂ ਨੂੰ ਆਪਣੀਆਂ ਅੱਖਾਂ ਤੋਂ ਪਰੋਖੇ ਨਾ ਹੋਣ ਦੇ। ਉਹ ਤੇਰੇ ਜੀ ਲਈ ਜਿਉਣ ਅਤੇ ਤੇਰੇ ਗਲ ਲਈ ਸ਼ਿੰਗਾਰ ਹੋਣਗੀਆਂ। ਫਿਰ ਤੂੰ ਆਪਣੇ ਰਾਹ ਵਿੱਚ ਵੇਖ ਟਕੇ ਨਾ ਚੱਲੇਗਾ ਅਤੇ ਤੇਰਾ ਪੈਰ ਠੇਡਾ ਨਾ ਖਾਏਗਾ। ਜਿਸ ਵੇਲੇ ਤੂੰ ਲੰਮਾ ਪਵੇਗਾ ਤਾਂ ਤੈਨੂੰ ਡਰ ਨਾ ਲੱਗੇਗਾ। ਹਾਂ, ਤੂੰ ਲੰਮਾ ਪਵੇਗਾ ਅਤੇ ਤੇਰੀ ਨੀਂਦ ਮਿੱਠੀ ਹੋਵੇਗੀ। ਅਚਾਨਕ ਦੇ ਭੈ ਤੋਂ ਤੂੰ ਨਾ ਡਰੀ,
ਅਤੇ ਨਾ ਹੀ ਦੁਸ਼ਟ ਦੁਸ਼ਟਾਂ ਉੱਤੇ ਆਉਣ ਵਾਲੀ ਵੀਰਾਨੀ ਤੋਂ, ਕਿਉਂ ਜੋ ਯਹੋਵਾ ਤੇਰੀ ਆਸ ਹੋਵੇਗਾ ਅਤੇ ਉਹ ਤੇਰੇ ਪੈਰ ਨੂੰ ਫਸਣ ਤੋਂ ਬਚਾਵੇਗਾ। ਜੋ ਤੇਰੇ ਹੱਥ ਵਸ ਹੋਵੇ ਤਾਂ ਜਿਨ੍ਹਾਂ ਦਾ ਹੱਕ ਹੈ ਉਹਨਾਂ ਦਾ ਭਲਾ ਕਰਨੋਂ ਨਾ ਰੁਕੀ। ਜੇ ਤੇਰੇ ਕੋਲ ਹੋਵੇ ਤਾਂ ਆਪਣੇ ਗਵਾਂਢੀ ਨੂੰ ਇਹ ਨਾ ਆਖੀ, ਭਾਈ ਤੂੰ ਜਾ ਫਿਰ ਆਵੀਂ, ਮੈਂ ਭਲਕੇ ਤੈਨੂੰ ਦੇਵਾਂਗਾ। ਜਦ ਤੇਰਾ ਗਵਾਂਢੀ ਨਿਸ਼ਚਿਤ ਤੇਰੇ ਕੋਲ ਵਸਦਾ ਹੈ ਤਾਂ ਉਹ ਬੁਰਾਈ ਦੀ ਜੁਗਤ ਨਾ ਕਰ। ਜਿਹਨੇ ਤੇਰਾ ਕੋਈ ਵਿਗਿਆੜ ਨਾ ਕੀਤਾ ਹੋਵੇ ਉਹਦੇ ਨਾਲ ਐਵੇਂ ਬਖੇੜਾ ਨਾ ਕਰ, ਜ਼ਾਲਮ ਦੀ ਰੀਸ ਨਾ ਕਰ, ਨਾ ਉਹਦੀਆਂ ਸਾਰੀਆਂ ਗੱਲਾਂ ਵਿੱਚੋਂ ਕੋਈ ਚੁਣ, ਕਿਉਂ ਜੋ ਕੱਬੇ ਤੋਂ ਯਹੋਵਾ ਨੂੰ ਘਿਣ ਆਉਂਦੀ ਹੈ ਪਰ ਸੱਚਾਈ ਨਾਲ ਉਹਦੀ ਦੋਸਤੀ ਹੈ। ਦੁਸ਼ਟ ਦੇ ਘਰ ਉੱਤੇ ਯਹੋਵਾ ਦਾ ਸ਼ਰਾਪ ਹੈ ਪਰ ਧਰਮੀ ਦੇ ਨਿਵਾਸ ਨੂੰ ਉਹ ਬਰਕਤ ਦਿੰਦਾ ਹੈ। ਸੱਚੀ ਮੁੱਚੀ ਠੱਠਾ ਕਰਨ ਵਾਲੇ ਉੱਤੇ ਉਹ ਠੱਠਾ ਮਾਰਦਾ ਹੈ ਪਰ ਮਸਕੀਨਾਂ ਉੱਤੇ ਉਹ ਕਿਰਪਾ ਕਰਦਾ ਹੈ। ਬੁੱਧਵਾਨ ਆਦਰ ਦੇ ਵਾਰਿਸ ਹੋਣਗੇ ਪਰ ਮੂਰਖਾਂ ਦੀ ਤਰੱਕੀ ਬਸ ਸ਼ਰਮ ਹੀ ਹੋਵੇਗੀ। ਆਮੀਨ। ਕਹੌਤਾਂ ਦੀ ਕਿਤਾਬ ਅਧਿਆਇ 4 ਪਿਤਾ ਦਾ ਉਪਦੇਸ਼। ਹੇ ਮੇਰੇ ਪੁੱਤਰੋ, ਤੁਸੀਂ ਪਿਓ ਦਾ ਉਪਦੇਸ਼ ਸੁਣੋ ਅਤੇ ਸਮਝ ਪ੍ਰਾਪਤ ਕਰਨ ਉੱਤੇ ਮਨ ਲਾਓ, ਕਿਉਂ ਜੋ ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ ਹਾਂ। ਤੁਸੀਂ ਮੇਰੀ ਤਾਲੀਮ ਨੂੰ ਨਾ ਛੱਡੋ। ਜਦ ਮੈਂ ਆਪਣੇ ਪਿਓ ਦਾ ਪੁੱਤਰ ਅਤੇ ਆਪਣੀ ਮਾਂ ਦਾ ਇਕੱਲਾ ਹੀ ਲਾਡਲਾ ਸਾਂ ਤਾਂ ਉਹਨੇ ਮੈਨੂੰ ਸਿਖਾਇਆ ਤੇ ਇਹ ਆਖਿਆ, ਤੇਰਾ ਮਨ ਮੇਰੀਆਂ ਗੱਲਾਂ ਨੂੰ ਫੜੇ, ਤੂੰ ਮੇਰੇ ਹੁਕਮਾਂ ਨੂੰ ਮੰਨ ਤਾਂ ਤੂੰ ਜੀਵੇਂਗਾ। ਬੁੱਧ ਨੂੰ ਪ੍ਰਾਪਤ ਕਰ, ਸਮਝ ਨੂੰ ਵੀ ਪ੍ਰਾਪਤ ਕਰ, ਮੇਰੇ ਵਚਨਾਂ ਨੂੰ ਭਲਾਈ ਨਾਲ ਅਤੇ ਨਾ ਉਹਨਾਂ ਤੋਂ ਮੁੜੀ ਮੇਰੇ ਵਚਨਾਂ ਨੂੰ ਭਲਾਈ ਨਾ ਅਤੇ ਨਾ ਉਹਨਾਂ ਤੋਂ ਮੁੜੀ ਉਹਨੂੰ ਨਾ ਛੱਡੀ ਤਾਂ ਉਹ ਤੇਰੀ ਰੱਖਿਆ ਕਰੇਗੀ, ਉਹਦੇ ਨਾਲ ਪ੍ਰੀਤ ਲਾਮੀ ਤਾਂ ਉਹ ਤੇਰੀ ਰਾਖੀ ਕਰੇਗੀ। ਬੁੱਧ ਦਾ ਮੁੱਢ ਇਹ ਹੈ, ਭਾਈ ਬੁੱਧ ਨੂੰ ਪ੍ਰਾਪਤ ਕਰ ਅਤੇ ਆਪਣੀ ਸਾਰੀ ਪ੍ਰਾਪਤੀ ਨਾਲ ਸਮਝ ਨੂੰ ਪ੍ਰਾਪਤ ਕਰ, ਉਹਦੀ ਵਡਿਆਈ ਕਰ ਤਾਂ ਉਹ ਤੈਨੂੰ ਵਧਾਵੇਗੀ। ਜੇ ਤੂੰ ਉਹਨੂੰ ਗੱਲ ਲਾਵੇਂ ਤਾਂ ਉਹ ਤੈਨੂੰ ਆਦਰ ਦੇਵੇਗੀ, ਉਹ ਤੇਰੇ ਸਿਰ ਉੱਤੇ ਸਜਾਵਟ ਦਾ ਸਿਹਰਾ ਬੰਨੇਗੀ, ਉਹ ਤੈਨੂੰ ਸੋਪਣ ਦਾ ਮੁਕਟ ਦੇਵੇਗੀ। ਹੇ ਮੇਰੇ ਪੁੱਤਰ, ਸੁਣ ਅਤੇ ਮੇਰੀਆਂ ਗੱਲਾਂ ਮੰਨ ਲੈ ਅਤੇ ਤਾਂ ਤੇਰੀ ਉਮਰ ਬਹੁਤ ਬਰਿਆਂ ਦੀ ਹੋਵੇਗੀ। ਮੈਂ ਤੈਨੂੰ ਬੁੱਧ ਦਾ ਰਾਹ ਦੱਸਿਆ ਹੈ, ਮੈਂ ਸਿੱਧੇ ਮਾਰਗ ਉੱਤੇ ਤੇਰੀ ਅਗਵਾਈ ਕੀਤੀ ਹੈ। ਜਾਂ ਤੂੰ ਤੁਰੇਗਾ ਤਾਂ ਤੇਰੇ ਕਦਮ ਤੰਗ ਨਾ ਹੋਣਗੇ ਅਤੇ ਜੇ ਤੂੰ ਭੱਜੇ ਤਾਂ ਵੀ ਤੂੰ ਠੇਡਾ ਨਾ ਖਾਵੇਂਗਾ। ਸਿੱਖਿਆ ਨੂੰ ਫੜੀ ਰੱਖ, ਉਹਨੂੰ ਛੱਡੀ ਨਾ, ਉਹਨੂੰ ਸਾਂਭ ਕੇ ਰੱਖ, ਉਹ ਤੇਰਾ ਜਿਉਣ ਹੈ। ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ ਅਤੇ ਬੁਰਿਆਰਾਂ ਦੇ ਮਾਰਗ ਉੱਤੇ ਨਾ ਤੁਰ, ਉਸ ਤੋਂ ਲਾਂਭੇ ਰਹੋ, ਉਹਦੇ ਉੱਤੋਂ ਦੀ ਵੀ ਨਾ ਲੰਘੀ, ਉਸ ਤੋਂ ਲਾਂਭੇ ਰਹੋ, ਉਹਦੇ ਉੱਤੋਂ ਦੀ ਵੀ ਨਾ ਲੰਘੀ, ਉਸ ਤੋਂ ਮੂੰਹ ਮੋੜ ਕੇ ਅਗਾਹਾਂ ਨੂੰ ਲੰਘ ਜਾ, ਕਿਉਂ ਜੋ ਜਿੰਨਾ ਚਿਰ ਉਹ ਬੁਰਾਈ ਨਾ ਕਰ ਲੈਣ ਉਹਨਾਂ ਨੂੰ ਨੀਂਦਰ ਨਹੀਂ ਆਉਂਦੀ, ਅਤੇ ਜਦ ਤਾਈ ਕਿਸੇ ਨੂੰ ਦੇਗ ਨਾ ਦੇਣ ਉਹ ਨੀਂਦਰੇ ਰਹਿੰਦੇ ਹਨ। ਉਹ ਬੁਰਾਈ ਦੀ ਰੋਟੀ ਖਾਂਦੇ ਅਤੇ ਜ਼ੁਲਮ ਦੀ ਮੈਂ ਪੀਂਦੇ ਹਨ, ਪਰ ਧਰਮੀ ਦਾ ਰਾਹ ਫਜ਼ਰ ਦੇ ਚਾਨਣ ਵਰਗਾ ਹੈ, ਜਿਹਦਾ ਚਾਨਣ ਪੂਰੇ ਦਿਨ ਤਾਈ ਵੱਧਦਾ ਜਾਂਦਾ ਹੈ। ਦੁਸ਼ਟਾਂ ਦਾ ਰਾਹ ਹਨੇਰ ਕੁੱਪ ਵਰਗਾ ਹੈ, ਉਹ ਜਾਣਦੇ ਵੀ ਨਹੀਂ ਭਾਈ ਉਹਨਾਂ ਨੂੰ ਕਿਸ ਤੋਂ ਠੋਕਰ ਲੱਗਦੀ ਹੈ। ਹੇ ਮੇਰੇ ਪੁੱਤਰ, ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਅਤੇ ਮੇਰੇ ਵਾਕਾਂ ਉੱਤੇ ਕੰਨ ਲਾ, ਉਹਨਾਂ ਨੂੰ ਆਪਣੀਆਂ ਅੱਖਾਂ ਤੋਂ ਪਰੋਖੇ ਨਾ ਹੋਣ ਦੇ, ਆਪਣੇ ਮਨ ਵਿੱਚ ਉਹਨਾਂ ਨੂੰ ਸਾਂਭ ਕੇ ਰੱਖ। ਜਿਨ੍ਹਾਂ ਨੂੰ ਉਹ ਪ੍ਰਾਪਤ ਹੁੰਦੀਆਂ ਹਨ ਉਹਨਾਂ ਦੇ ਲਈ ਜਿਉਣ ਹਨ ਤੇ ਉਹਨਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ। ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜਿਉਣ ਦੀਆਂ ਧਾਰਾਂ ਉਸੇ ਤੋਂ ਨਿਕਲਦੀਆਂ ਹਨ। ਪੁੱਠਾ ਮੂੰਹ ਆਪ ਤੋਂ ਪਰੇ ਰੱਖ ਅਤੇ ਟੇਢੇ ਬੁੱਲ ਆਪ ਤੋਂ ਦੂਰ ਕਰ। ਤੇਰੀਆਂ ਅੱਖਾਂ ਨੱਕ ਦੀ ਸਿੱਧੇ ਵੇਖਦੀਆਂ ਰਹਿਣ
ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ। ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ, ਤਾਂ ਤੇਰੇ ਸਾਰੇ ਰਾਹ ਕਾਇਮ ਹੋਣਗੇ। ਨਾ ਸੱਜੇ ਨੂੰ ਮੁੜ ਅਤੇ ਨਾ ਖੱਬੇ ਨੂੰ, ਆਪਣੇ ਪੈਰ ਨੂੰ ਬੁਰਾਈ ਤੋਂ ਦੂਰ ਰੱਖ। ਆਮੀਨ ਆਮੀਨ। ਬਹੁਤਾ ਅਧਿਆਏ 5। ਪਲੀਤ ਪ੍ਰੇਮ। ਹੇ ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਦੇ, ਮੇਰੀ ਸਮਝ ਵੱਲ ਕੰਨ ਲਾ, ਤਾਂ ਜੋ ਤੇਰੀ ਮਤ ਬਣੀ ਰਹੇ ਅਤੇ ਤੇਰੇ ਬੁੱਲ ਗਿਆਨ ਨੂੰ ਫੜੀ ਰੱਖਣ। ਕਿਉਂ ਜੋ ਪਰਾਈ ਤੀਵੀ ਦੇ ਬੁੱਲਾਂ ਤੋਂ ਸ਼ਹਿਦ ਟਪਕਦਾ ਹੈ ਅਤੇ ਉਹਦਾ ਮੂੰਹ ਤੇਲ ਨਾਲੋਂ ਵੀ ਚੀਕਣਾ ਹੈ, ਪਰ ਉੜਕ ਉਹ ਨਾਗ ਦੁਨੇ ਵਰਗੀ ਕੌੜੀ ਅਤੇ ਦੋ ਧਾਰੀ ਤਲਵਾਰ ਜਿਹੀ ਤਿੱਖੀ ਹੁੰਦੀ ਹੈ। ਉਹਦੇ ਪੈਰ ਮੌਤ ਦੇ ਰਾਹ ਲੈ ਪੈਂਦੇ ਹਨ ਅਤੇ ਉਹਦੇ ਕਦਮ ਪਤਾਲ ਨੂੰ ਜਾਂਦੇ ਹਨ। ਜਿਉਣ ਦਾ ਪੱਧਰਾ ਰਾਹ ਉਹਨੂੰ ਨਹੀਂ ਲੱਭਦਾ। ਉਹਦੀਆਂ ਚਾਲਾਂ ਦੋ ਪੇਚ ਵਾਲੀਆਂ ਹਨ ਤੇ ਉਹ ਜਾਣਦੀਆਂ ਨਹੀਂ। ਉਪਰੰਤ ਹੇ ਮੇਰੇ ਪੁੱਤਰ, ਤੂੰ ਮੇਰੀ ਸੁਣ ਅਤੇ ਮੇਰੇ ਮੂੰਹ ਦੇ ਵਚਨਾਂ ਤੋਂ ਨਾ ਮੁੜ। ਉਸ ਤੀਵੀ ਤੋਂ ਆਪਣਾ ਰਾਹ ਦੂਰ ਹੀ ਰੱਖ ਅਤੇ ਉਹਦੇ ਘਰ ਦੇ ਬੂਹੇ ਦੇ ਨੇੜੇ ਵੀ ਨਾ ਜਾ। ਮਤੇ ਤੂੰ ਆਪਣਾ ਆਦਰ ਹੋਰਨਾਂ ਨੂੰ ਦੇਵੇਂ ਅਤੇ ਆਪਣੀ ਉਮਰ ਨਿਰਦਈਆਂ ਨੂੰ ਮਤੇ ਪਰਾਏ ਤੇਰੇ ਵੱਲ ਨਾਲ ਰੱਜ ਜਾਣ ਅਤੇ ਤੇਰੀ ਮਿਹਨਤ ਓਪਰੇ ਦੇ ਘਰ ਜਾਵੇ। ਅਤੇ ਜਦ ਤੇਰਾ ਮਾਸ ਤੇ ਤੇਰੀ ਦੇਹ ਮਿਟ ਜਾਵੇ, ਤਾਂ ਤੂੰ ਉੜਕ ਨੂੰ ਰੋਵੇਂ ਅਤੇ ਆਖੇ।
ਤੋਂ ਅਤੇ ਉਪਰੀ ਜੀਵ ਤੋਂ ਉਪਰੀ ਜੀਵ ਦੀ ਲੱਲੋ ਪੱਤੋ ਤੋਂ ਬਚਾਉਣ ਅਤੇ ਬਚਾਉਣ ਆਪਣੇ ਦਿਲ ਵਿੱਚ ਉਹਦੇ ਸੌਂਪਣ ਦੀ ਕਾਮਨਾ ਨਾ ਕਰ ਨਾ ਉਹ ਆਪਣੀਆਂ ਪਲਕਾਂ ਨਾਲ ਤੈਨੂੰ ਫਸਾ ਲਵੇ ਕਿਉਂ ਜੋ ਗੰਜਰੀ ਦੇ ਕਾਰਨ ਆਦਮੀ ਰੋਟੀ ਦੇ ਟੁਕੜੇ ਤੱਕ ਮੁਹਤਾਜ ਹੋ ਜਾਂਦਾ ਹੈ ਅਤੇ ਵਿਭਚਾਰਨ ਅਨਮੋਲ ਜਾਨ ਦਾ ਸ਼ਿਕਾਰ ਕਰਦੀ ਹੈ ਭਲਾ ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਸਕਦਾ ਹੈ ਤੇ ਉਹਦੇ ਲੀੜੇ ਨਾ ਸੜਨ ਕੋਈ ਅੰਗਿਆਰਾ ਉੱਤੇ ਤੁਰੇ ਤੇ ਉਹਦੇ ਪੈਰ ਨਾ ਚੁਲ ਤੇ ਉਹਦੇ ਪੈਰ ਨਾ ਚੁਲਸਣ ਅਜਿਹਾ ਉਹ ਹੈ ਜੋ ਆਪਣੇ ਗਵਾਂਢੀ ਦੀ ਤੀਵੀ ਕੋਲ ਜਾਂਦਾ ਹੈ ਜੋ ਕੋਈ ਉਹਨੂੰ ਹੱਥ ਲਾਵੇ ਉਹ ਬਿਨਾਂ ਡੰਡ ਭੋਗੇ ਨਾ ਛੁੱਟੇਗਾ ਚੋਰ ਜਿਹੜਾ ਭੁੱਖ ਦੇ ਮਾਰੇ ਢਿੱਡ ਭਰਨ ਨੂੰ ਚੋਰੀ ਕਰਦਾ ਹੈ ਉਹਨੂੰ ਲੋਕ ਬੁਰਾ ਨਹੀਂ ਜਾਣਦੇ ਪਰ ਜੇ ਫੜਿਆ ਜਾਵੇ ਤਾਂ ਉਹਨੂੰ 7 ਗੁਣਾ ਭਰਨਾ ਸਗੋਂ ਆਪਣੇ ਘਰ ਦਾ ਸਾਰਾ ਮਾਲ ਦੇਣਾ ਪਵੇਗਾ ਜਿਹੜਾ ਕਿਸੇ ਤੀਵੀ ਨਾਲ ਭੋਗ ਕਰਦਾ ਹੈ ਉਹ ਨਿਰਬੁੱਧ ਹੈ ਜਿਹੜਾ ਇਹ ਕਰਦਾ ਹੈ ਉਹ ਆਪਣੀ ਜਾਨ ਦਾ ਨਾਸ਼ ਕਰਦਾ ਹੈ ਉਹਨੂੰ ਘਾਉ ਅਤੇ ਬੇਇੱਜ਼ਤੀ ਹੋਵੇਗੀ ਉਹਨੂੰ ਘਾਉ ਅਤੇ ਬੇਇੱਜ਼ਤੀ ਹੋਵੇਗੀ ਤੇ ਉਹਦੀ ਬਦਨਾਮੀ ਕਦੇ ਨਾ ਮਿਟੇਗੀ ਅਣਖ ਤਾਂ ਮਰਦ ਲਈ ਜਲਣ ਹੈ ਤੇ ਬੱਟਾ ਲੈਣ ਦੇ ਸਮੇਂ ਉਹ ਤਰਸ ਨਹੀਂ ਖਾਵੇਗਾ ਉਹ ਕੋਈ ਚਿੱਟੀ ਨਹੀਂ ਕਬੂਲ ਕਰੇਗਾ ਅਤੇ ਭਾਵੇਂ ਤੂੰ ਬਹੁਤੀਆਂ ਵੱਡੀਆਂ ਦੇਵੇਂ ਪਰ ਉਹ ਨਹੀਂ ਮੰਨੇਗਾ ਆਮੀਨ ਕਹੋਤਾ ਅਧਿਆਇ 7 ਰੰਡੀ ਬਾਜੀ ਦੀ ਮੂਰਖਤਾਈ ਹੇ ਮੇਰੇ ਪੁੱਤਰ ਮੇਰੇ ਆਖੇ ਲੱਗ ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਰੱਖ ਛੱਡ ਮੇਰੇ ਹੁਕਮਾਂ ਨੂੰ ਮੰਨ ਅਤੇ ਜਿਉਂਦਾ ਰਹਿ ਅਤੇ ਮੇਰੀ ਤਾਲੀਮ ਨੂੰ ਆਪਣੀ ਅੱਖ ਦੀ ਕਾਕੀ ਵਰਗੀ ਜਾਣ ਉਹਨਾਂ ਨੂੰ ਆਪਣੀਆਂ ਉਂਗਲੀਆਂ ਉੱਤੇ ਬੰਨ ਲੈ ਉਹਨਾਂ ਨੂੰ ਆਪਣੇ ਮਨ ਦੀ ਸਖਤੀ ਉੱਤੇ ਤਖਤੀ ਉੱਤੇ ਲਿਖ ਲੈ ਬੁੱਧ ਨੂੰ ਕਹੋ ਤੂੰ ਮੇਰੀ ਭੈਣ ਹੈ ਅਤੇ ਸਮਝ ਨੂੰ ਆਪਣੀ ਜਾਣੂ ਆਖ ਤਾਂ ਜੋ ਉਹ ਤੈਨੂੰ ਪਰਾਈ ਤੀਮੀ ਤੋਂ ਬਚਾਈ ਰੱਖਣ ਉਸ ਉਪਰੀ ਤੋਂ ਜਿਹੜੀ ਲੱਲੋਂ ਪੱਤੋ ਦੀਆਂ ਗੱਲਾਂ ਕਰਦੀ ਹੈ ਅਤੇ ਆਪਣੇ ਘਰ ਦੀ ਤਾਕੀ ਖੋਲ ਕੇ ਚਰੋਖੇ ਦੇ ਵਿੱਚ ਦੀ ਵਿੱਚੋਂ ਦੀ ਝਾਕਿਆ ਮੈਂ ਆਪਣੇ ਘਰ ਦੀ ਤਾਕੀ ਖੋਲ ਕੇ ਚਰੋਖੇ ਦੇ ਵਿੱਚੋਂ ਦੀ ਝਾਕਿਆ ਤਾਂ ਮੈਂ ਵੇਖਿਆ ਭਾਈ ਭੋਲਿਆਂ ਵਿੱਚੋਂ ਗੱਭਰੂਆਂ ਵਿੱਚੋਂ ਇੱਕ ਜਵਾਨ ਨਿਰਬੁੱਧ ਜਿਹਾ ਉਸ ਤੀਮੀ ਦੀ ਨੁੱਕਰ ਦੇ ਲਾਗੇ ਦੀ ਗਲੀ ਵਿੱਚੋਂ ਦੀ ਲੰਘਿਆ ਜਾਂਦਾ ਸੀ ਅਤੇ ਉਸਨੇ ਉਹਦੇ ਘਰ ਦਾ ਰਾਹ ਫੜਿਆ ਦਿਨ ਢਲੇ ਸੰਜ ਦੇ ਵੇਲੇ ਤੇ ਕਾਲੀ ਰਾਤ ਦੇ ਹਨੇਰੇ ਵਿੱਚ ਤਾਂ ਵੇਖੋ ਇੱਕ ਤੀਵੀ ਕੰਜਰੀ ਦਾ ਭੇਸ਼ ਪਹਿਨੀ ਅਤੇ ਮਨਮੋਹਣੀ ਉਹਨੂੰ ਆ ਮਿਲੀ ਉਹ ਬੜਬੋਲੀ ਅਤੇ ਮਨਮੰਤੀ ਹੈ ਉਹਦੇ ਪੈਰ ਆਪਣੇ ਘਰ ਵਿੱਚ ਨਹੀਂ ਟਿਕਦੇ ਉਹ ਕਦੀ ਸੜਕਾਂ ਉੱਤੇ ਕਦੀ ਚੌਂਕਾਂ ਵਿੱਚ ਹੈ ਅਤੇ ਹਰੇਕ ਮੋੜ ਕੋਲ ਦਾਓ ਲਾਉਂਦੀ ਹੈ ਸੋ ਉਹਨੇ ਉਸਨੂੰ ਫੜ ਕੇ ਉਸਦਾ ਚੁਮਾ ਲਿਆ ਤੇ ਬੇਸ਼ਰਮ ਮੂੰਹ ਨਾਲ ਉਸਨੂੰ ਆਖਿਆ ਮੇਲ ਦੀਆਂ ਭੇਂਟਾਂ ਮੈਂ ਚੜਾਉਣੀਆਂ ਸਨ ਅਤੇ ਅੱਜ ਮੈਂ ਆਪਣੀਆਂ ਸੁੱਖਾਂ ਪੂਰੀਆਂ ਕਰ ਅਤੇ ਅੱਜ ਮੈਂ ਆਪਣੀਆਂ ਸੁੱਖਾਂ ਭਰ ਦਿੱਤੀਆਂ ਤਾਂ ਹੀ ਮੈਂ ਤੈਨੂੰ ਮਿਲਣ ਅਤੇ ਆਹਾਰ ਨਾਲ ਤੈਨੂੰ ਲੱਭਣ ਨੂੰ ਨਿਕਲੀ ਹਾਂ ਅਤੇ ਹੁਣ ਤੂੰ ਮੈਨੂੰ ਲੱਭ ਪਿਆ ਹੈ ਅਤੇ ਆਪਣੀ ਸੇਜ ਉੱਤੇ ਪਲੰਘ ਪੋਸ਼ ਅਤੇ ਮਿਸਰ ਦੇ ਸੂਤ ਦੇ ਰੰਗਦਾਰ ਵਿਛਾਉਣੇ ਵਿਛਾਏ ਮੈਂ ਆਪਣੇ ਵਿਛਾਉਣੇ ਉੱਤੇ ਗੰਦਰਸ ਅਤੇ ਅਗਰ ਅਤੇ ਦਾਰ ਚੀਨੀ ਛਿੜਕੀ ਹੈ ਆ ਅਸੀਂ ਸਵੇਰ ਤਾਈ ਪ੍ਰੇਮ ਨਾਲ ਰੱਤੇ ਜਾਈਏ ਲਾਡ ਪਿਆਰ ਨਾਲ ਅਸੀਂ ਬਹਿਲਾਈਏ ਕਿਉਂ ਜੋ ਮੇਰਾ ਪਰਦਾ ਘਰ ਨਹੀਂ ਹੈ ਕਿਉਂ ਜੋ ਮੇਰਾ ਪਰਦਾ ਘਰ ਵਿੱਚ ਨਹੀਂ ਹੈ ਉਹ ਦੂਰ ਦੇ ਪਿੰਡੇ ਗਿਆ ਹੋਇਆ ਹੈ ਉਹ ਰੁਪਿਆਂ ਦੀ ਗੁਥਲੀ ਨਾਲ ਲੈ ਗਿਆ ਹੈ ਅਤੇ ਪੂਰਨਮਾਸੀ ਨੂੰ ਘਰ ਆਵੇਗਾ ਉਸਨੇ ਆਪਣੀਆਂ ਬਾਲੀਆਂ ਚੀਕਣੀਆਂ ਚੋਪੜੀਆਂ ਗੱਲਾਂ ਨਾਲ ਉਹਨੂੰ ਫਸਾ ਲਿਆ ਅਤੇ ਆਪਣੇ ਬੁੱਲਾਂ ਦੇ ਲੱਲੋ ਪੱਤੋ ਨਾਲ ਤੱਕੋ ਤੱਕੀ ਉਹਨੂੰ ਲੈ ਗਈ ਉਹ ਝੱਟ ਉਹਦੇ ਮਗਰ ਹੋ ਤੁਰਿਆ ਜਿਵੇਂ ਬਲਦ ਕੱਟਣ ਲਈ ਜਾਂ ਬੇੜੀਆਂ ਵਿੱਚ ਕੋਈ ਮੂਰਖ ਦੀ ਸਜ਼ਾ ਲਈ ਜਾਵੇ ਜਦ ਤੱਕ ਤੀਰ ਉਹਦੇ ਕਲੇਜੇ ਨੂੰ ਨਾ ਬਿੰਨੇ ਜਿਵੇਂ ਪੰਛੀ ਪਾਹੇ ਨੂੰ ਛੇਤੀ ਕਰੇ ਅਤੇ ਨਹੀਂ ਜਾਣਦਾ ਭਾਈ ਉਹ ਉਸਦੀ ਜਾਨ ਲਈ ਹੈ ਹੁਣ ਹੀ ਮੇਰੇ ਪੁੱਤਰੋ ਤੁਸੀਂ ਮੇਰੀ ਸੁਣੋ ਅਤੇ ਮੇਰੇ ਮੂੰਹ ਦੇ ਵਚਨਾਂ ਉੱਤੇ ਚਿੱਤ ਲਾਓ ਉਹਦੇ ਰਾਹਾਂ ਵੱਲ ਤੇਰਾ ਚਿੱਤ ਨਾ ਲੱਗੇ ਤੂੰ ਉਹਦੇ ਪਿਆਰ ਤੋਂ ਉਹਦੇ ਰਾਹਾਂ ਵਿੱਚ ਨਾ ਭਟਕਦਾ ਫਿਰੀ ਕਿਉਂ ਜੋ ਉਹਨੇ ਬਾਲਿਆਂ ਨੂੰ ਘਾਇਲ ਕਰਕੇ ਡੇਗ ਦਿੱਤਾ ਹੈ ਅਤੇ ਉਹਦੇ ਘਾਤ ਕੀਤੇ ਹੋਏ ਢੇਰ ਸਾਰੇ ਹਨ ਉਹਦਾ ਘਰ ਪਤਾਲ ਦਾ ਰਾਹ ਹੈ ਜਿਹੜਾ ਮੌਤ ਦੀਆਂ ਕੋਠੜੀਆਂ ਵਿੱਚ ਲੈ ਪੈਂਦਾ ਹੈ ਆਮੀਨ ਕਹੋਤਾਂ ਦੀ ਕਿਤਾਬ
अध्याय 8 बुद्ध दा डाउट। भला बुद्ध नहीं पुकार दी, भला समझ आवाज नहीं मार दी, ओ राह दे लागे उच्ची थाई अते चुराहां विच खलोंदी है, फाटकां दे कोल नगर दे लांघियां ते अते गुहां दे कोल ओ हाक मारदी है। हे मनुखो, मैं तानू ही पुकारदी हां, अते आदम बंसियां लई मेरी आवाज है। हे भोलियो, होशियारी सिखो, अते हे मूर्खो, तुसी मन विच चतर बनो। सुनो, मैं उत्तम गल्लां आखांगी, अते मेरे बुल खरियां गल्लां लई खुलणगे, क्यों जो मेरी जीव सच्चो सच आखेगी, अते मेरे बुल्लां नूं दुष्टताई तों घिण आउंदी है। मेरे मुंह दे सारे वचन धर्म दे हन, उन्हां विचों कोई भी बींगा डेढ़ा नहीं। समझ वाले दे लई ओह सभे सहज हन, अते ज्ञान प्राप्त करन वाले दे लई ओह खरे हन। चांदी नालों मेरी सिख्या नूं अते चोखे सोने नालों ज्ञान नूं ग्रहण करो, क्यों जो बुद्ध लाला नालों भी उत्तम है, अते सबो मनोहर वस्तां ओदे तुल नहीं हुंदियां। मैं बुद्ध स्याणप नाल दसदी हां, अते ज्ञान ते सूझी नूं मैं ही भाल के कढ़दी हां। यहोवा दा भय बुराई तो सू करना है, घमंड हंकार अते बुरी चाल नाल उठे मूह नाल भी मैं बैर रखदी हां। मत अते दनाई मेरी है, समझ मैं हां, सामर्थ मेरी है, पातशाह मेरी सहायता नाल पातशाही करदे हन, अते हाकम धर्म दे हुकम चलाउंदे हन। मेरे ही कारण सरदार सरदारी करदे हन, नाले धरती दे पतवंत अते सारे न्यायी भी जेडे मेरे नाल प्रीत लाउंदे हन, उहनां नाल मैं भी प्रीत लाउंदी हां, अते जेडे मनो ला के मैनू भालदे हन ओह मैनू लभ लैणगे। धन अते आदर मेरे हाथ विच हन, सगो सदीपक धन ते धर्म भी। मेरा फल सोने सगो चोखे सोने नालों चंगा है, अते मेरी प्राप्ति उत्तम चांदी नालों। मैं धर्म दे मार्ग विच अते न्यों दे राहां दे विचकार तुरदी हां, तां जो अपने प्रेमियां नूं धन दे वारिश बनावां अते उन्हां दे खजाने भरदी हां। यहोवा ने अपने काम दे आरंभ विच सगो अपने प्राचीन काल दे कम्मां तों भी मैनू कम्मां तों भी पहला मैनू रचिया, आद तो सगो मुढ़ तो ही मैं थापी गई। धरती दे हुण तो लै होण तो पहला जिस वेले डूंघाइयां नहीं सन मैं पैदा हुई, जद वगदे सोते नहीं सन, पहाड़ां दे रखण तो पहला अते पहाड़ियां तो पहला मैं पैदा हुई। जदों उन्हें ना धरती ना मैदान ना जगत दी पहली पहली धूड़ ही बनाई सी, जद उन्हें आकाश कायम कीते मैं उत्थे सा, जद डूंघाई उत्ते मंडल ठहराया तद उन्हें बदलां नूं उपरों स्थिर कीता अते डूंघाई दे चश्मे तकड़े कीते तद उन्हें समुंदर दे बन्ने ठहराए, भाई पानी ओदे हुक्मों बाहर ना जावे। जद उन्हें धरती दियां नीहां ठहराईयां तद मैं राज मिस्त्री दे समान ओदे नाल है सा, मैं नित उन्हूं रजाउंदी ते सदा ओदे अग्गे खेडदी रहिंदी। मैं ओदी बसाई हुई धरती उत्ते खेडदी रहिंदी अते आदम बंसियां नाल प्रसन्न हुंदी सा। सो हुण ए मेरे पुत्रो, तुसी मेरी सुनो, क्यों जो धन ओह हन जिहड़े मेरे राहां दी पालणा करदे हन। सिख्या नूं सुनो ते बुद्धवान बनो अते उस दे मुंह नूं ना मोड़ो अते उस तों मुंह ना मोड़ो। धन धन है ओह आदमी जो मेरी सुनदा है, जो मेरे बूहां उत्ते नित उड़ीक करदा अते मेरे दरवाजियां दी जगाठां कोल राखी करदा है। जेड़ा मैनू लभदा है ओह ज्यों लभदा है अते यहोवा तो कृपा पावेगा। पर जो मेरा पाप करदा है ओह अपनी जान दा नुकसान करदा है। जिन्ने मेरे नाल वैर रखदे हन
ਉਹ ਮੌਤ ਨਾਲ ਪ੍ਰੀਤ ਲਾਉਂਦੇ ਹਨ। ਆਮੀਨ। ਕਹੋਤਾਂ ਦੀ ਕਿਤਾਬ ਅਧਿਆਇ 9। ਬੁੱਧ ਅਤੇ ਮੂਰਖਣੀ। ਬੁੱਧ ਨੇ ਆਪਣਾ ਘਰ ਬਣਾਇਆ ਹੈ, ਉਹਨੇ ਆਪਣੇ 7 ਥੰਮ ਘੜ ਲਏ ਹਨ, ਉਹਨੇ ਆਪਣੇ ਪਸ਼ੂ ਕੱਟ ਲਏ, ਉਹਨੇ ਆਪਣੀ ਮਹਿ ਰਲਾ ਲਈ, ਉਹਨੇ ਆਪਣੀ ਮੇਜ ਵੀ ਸਜਾ ਲਈ, ਉਹਨੇ ਆਪਣੀਆਂ ਸ਼ੁਕਰੀਆਂ ਨੂੰ ਘੱਲਿਆ ਹੈ। ਉਹ ਨਗਰ ਦੀਆਂ ਉੱਚੀਆਂ ਥਾਵਾਂ ਤੋਂ ਪੁਕਾਰਦੀ ਹੈ, ਜੋ ਕੋਈ ਭੋਲਾ ਹੈ ਉਹ ਉਰੇ ਆ ਜਾਵੇ, ਅਤੇ ਜਿਹੜਾ ਨਿਰਬੁੱਧ ਹੈ ਉਸ ਨੂੰ ਉਹ ਇਹ ਆਖਦੀ ਹੈ, ਆਓ ਮੇਰੀ ਰੋਟੀ ਵਿੱਚੋਂ ਖਾਓ ਅਤੇ ਮੇਰੀ ਰਲਾਈ ਹੋਈ ਮਹਿ ਵਿੱਚੋਂ ਪੀਓ। ਭੋਲੇਪਣ ਨੂੰ ਛੱਡੋ ਤੇ ਜਿਉਂਦੇ ਰਹੋ ਅਤੇ ਸਮਝ ਦੇ ਰਾਹ ਸਿੱਧੇ ਤੁਰੋ। ਮਖੌਲੀਆਂ ਨੂੰ ਤਾੜਨ ਵਾਲਾ ਆਪਣੇ ਲਈ ਬੇਪਤੀ ਕਮਾਉਂਦਾ ਹੈ ਅਤੇ ਦੁਸ਼ਟ ਨੂੰ ਡਾਂਟਣ ਵਾਲੇ ਨੂੰ ਧੱਬਾ ਲੱਗਦਾ ਹੈ। ਮਖੌਲੀਆਂ ਨੂੰ ਨਾ ਤਾੜ, ਕਿਤੇ ਉਹ ਤੇਰਾ ਵੈਰੀ ਨਾ ਬਣ ਜਾਏ। ਬੁੱਧਵਾਨ ਨੂੰ ਤਾੜ ਤਾਂ ਉਹ ਤੇਰੇ ਨਾਲ ਪ੍ਰੇਮ ਰੱਖੇਗਾ। ਬੁੱਧਵਾਨ ਨੂੰ ਸਿੱਖਿਆ ਦੇ, ਉਹ ਹੋਰ ਵੀ ਬੁੱਧਵਾਨ ਹੋਵੇਗਾ। ਧਰਮੀ ਨੂੰ ਸਿਖਾ, ਉਹ ਵਿਦਿਆ ਵਿੱਚ ਵੱਧ ਜਾਵੇਗਾ। ਯਹੋਵਾ ਦਾ ਭੈ ਬੁੱਧ ਦਾ ਮੁੱਢ ਹੈ ਅਤੇ ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ। ਮੇਰੇ ਰਾਹੀਂ ਤੇਰੀ ਉਮਰ ਵਧੇਗੀ ਅਤੇ ਤੇਰੇ ਜਿਉਣ ਦੇ ਵਰੇ ਢੇਰ ਸਾਰੇ ਹੋਣਗੇ। ਜੇ ਤੂੰ ਬੁੱਧਵਾਨ ਹੈ ਤਾਂ ਤੂੰ ਆਪਣੇ ਲਈ ਬੁੱਧਵਾਨ ਹੈ, ਪਰ ਜੇ ਤੂੰ ਮਖੌਲੀਆਂ ਹੈ ਤਾਂ ਤੂੰ ਇਕੱਲਾ ਹੀ ਉਹਨੂੰ ਝਾਕੇਗਾ। ਮੂਰਖ ਤੀਵੀਂ ਬੜਬੋਲੀ ਹੈ, ਉਹ ਭੋਲੀ ਹੈ ਤੇ ਕੁੱਝ ਜਾਣਦੀ ਨਹੀਂ। ਉਹ ਆਪਣੇ ਘਰ ਦੇ ਬੂਹੇ ਕੋਲ ਅਤੇ ਨਗਰ ਦੇ ਉੱਚੀ ਥਾਈਂ ਮੂੜੇ ਉੱਤੇ ਬਹਿੰਦੀ ਹੈ। ਉਹ ਆਪਣੇ ਘਰ ਦੇ ਬੂਹੇ ਕੋਲ ਅਤੇ ਨਗਰ ਦੇ ਉੱਚੀ ਥਾਈਂ ਮੂੜੇ ਉੱਤੇ ਬਹਿੰਦੀ ਹੈ। ਭਾਈ ਰਾਈਆਂ ਨੂੰ ਸੱਦੇ, ਜਿਹੜੇ ਆਪਣੇ ਰਾਹ ਸਿੱਧੇ ਤੁਰੇ ਜਾਂਦੇ ਹਨ। ਜਿਹੜਾ ਭੋਲਾ ਹੈ ਉਹ ਉਰੇ ਆਵੇ, ਅਤੇ ਜੋ ਨਿਰਬੁੱਧ ਹੈ ਉਸ ਨੂੰ ਆਖਦੀ ਹੈ, ਚੋਰੀ ਦਾ ਪਾਣੀ ਮਿੱਠਾ ਅਤੇ ਲੁਕਮੀ ਰੋਟੀ ਸਵਾਦਲੀ ਹੈ। ਪਰ ਉਸ ਰਾਹੀ ਨੂੰ ਪਤਾ ਨਹੀਂ, ਜੋ ਉੱਥੇ ਭੂਤਨੇ ਹਨ ਅਤੇ ਉਸ ਤੀਵੀਂ ਦੇ ਪ੍ਰਾਹੁਣੇ ਪਤਾਲ ਦੀਆਂ ਡੂੰਘਾਈਆਂ ਵਿੱਚ ਹਨ। ਕਹੋਤਾਂ ਦੀ ਕਿਤਾਬ ਅਧਿਆਇ 10। ਧਰਮੀ ਅਤੇ ਦੁਸ਼ਟ। ਸੁਲੇਮਾਨ ਦੀਆਂ ਕਹੋਤਾਂ। ਬੁੱਧਵਾਨ ਪੁੱਤਰ ਆਪਣੇ ਪਿਓ ਦਾ ਆਦਰ ਕਰਦਾ ਹੈ, ਪਰ ਮੂਰਖ ਪੁੱਤਰ ਆਪਣੀ ਮਾਂ ਦੇ ਲਈ ਦੁੱਖ ਹੈ। ਬਦੀ ਦੇ ਖਜ਼ਾਨਿਆਂ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ। ਧਰਮੀ ਦੀ ਜਾਨ ਨੂੰ ਯਹੋਵਾ ਭੁੱਖਾ ਨਾ ਰਹਿਣ ਦੇਵੇਗਾ, ਪਰ ਦੁਸ਼ਟ ਦੀ ਲੋਚ ਉਹ ਦਫਾ ਕਰੇਗਾ। ਢਿੱਲਾ ਹੱਥ ਕੰਗਾਲ ਕਰਦਾ ਹੈ, ਪਰ ਆਦਮੀ ਦਾ ਹੱਥ ਧਨੀ ਬਣਾਉਂਦਾ ਹੈ, ਪਰ ਉਦਮੀ ਦਾ ਹੱਥ ਧਨੀ ਬਣਾ ਦਿੰਦਾ ਹੈ। ਜਿਹੜਾ ਉਹ ਨਾਲ ਵਿੱਚ ਇਕੱਠਿਆਂ ਕਰਦਾ ਹੈ ਉਹ ਸਿਆਣਾ ਪੁੱਤਰ ਹੈ, ਪਰ ਜਿਹੜਾ ਵਾਢੀ ਦੇ ਵੇਲੇ ਸੌਂ ਰਹਿੰਦਾ ਹੈ ਉਹ ਸ਼ਰਮਿੰਦਾ ਕਰਨ ਵਾਲਾ ਪੁੱਤਰ ਹੈ। ਧਰਮੀ ਦੇ ਸਿਰ ਨੂੰ ਆਸ਼ੀਸ਼ਾਂ ਮਿਲਦੀਆਂ ਹਨ ਪਰ ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਧੱਕ ਲੈਂਦਾ ਹੈ। ਧਰਮੀ ਦੀ ਯਾਦ ਮੁਬਾਰਕ ਹੈ, ਪਰ ਦੁਸ਼ਟਾਂ ਦਾ ਨਾਂ ਸੜ ਜਾਵੇਗਾ। ਮਨ ਦਾ ਬੁੱਧਵਾਨ ਹੁਕਮ ਮੰਨੇਗਾ, ਪਰ ਬਕਵਾਸੀ ਮੂਰਖ ਡਿੱਗ ਪਵੇਗਾ। ਸਿੱਧਾ ਤੁਰਨ ਵਾਲਾ ਬੇਟਕੇ ਤੁਰਦਾ ਹੈ, ਅਤੇ ਜਿਹੜਾ ਬਿੰਗੀ ਚਾਲ ਚੱਲਦਾ ਹੈ ਉਹ ਉਜਾਗਰ ਹੋ ਜਾਵੇਗਾ। ਜਿਹੜਾ ਅੱਖੀਆਂ ਮਟਕਾਉਂਦਾ ਹੈ ਉਹ ਸੋਗ ਪਾਉਂਦਾ ਹੈ, ਅਤੇ ਬਕਵਾਸੀ ਮੂਰਖ ਡਿੱਗ ਪਵੇਗਾ। ਧਰਮੀ ਦਾ ਮੂੰਹ ਜਿਉਣ ਦਾ ਚਸ਼ਮਾ ਹੈ, ਪਰ ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਢੱਕ ਲੈਂਦਾ ਹੈ। ਬੈਰ ਝਗੜੇ ਛੇੜਦਾ ਹੈ, ਪਰੰਤੂ ਪ੍ਰੇਮ ਸਭਨਾ ਅਪਰਾਧਾਂ ਨੂੰ ਢੱਕ ਲੈਂਦਾ ਹੈ। ਸਮਝ ਵਾਲੇ ਦੀਆਂ ਬੁੱਲਾਂ ਵਿੱਚ ਬੁੱਧ ਲੱਭਦੀ ਹੈ, ਪਰ ਬੇਸਮਝ ਦੀ ਪਿੱਠ ਲਈ ਸ਼ੂਸ਼ਕ ਹੈ। ਬੁੱਧਵਾਨ ਗਿਆਨ ਨੂੰ ਰੱਖ ਛੱਡਦੇ ਹਨ, ਪਰੰਤੂ ਮੂਰਖ ਦਾ ਮੂੰਹ ਵਿਨਾਸ਼ ਦੇ ਨੇੜੇ ਹੈ। ਧਨੀ ਦਾ ਧਨ ਉਹਦਾ ਪੱਕਾ ਨਗਰ ਹੈ, ਪਰ ਕੰਗਾਲਾਂ ਦਾ ਵਿਨਾਸ਼ ਉਹਨਾਂ ਦੀ ਥੋੜੋ ਹੈ। ਧਰਮੀ ਦੀ ਮਿਹਨਤ ਜਿਉਣ ਲਈ ਹੈ, ਪਰ ਦੁਸ਼ਟਾਂ ਦਾ ਨਫਾ ਪਾਪ ਲਈ ਹੈ। ਜਿਹੜਾ ਸਿੱਖਿਆ ਨੂੰ ਮੰਨਦਾ ਉਹ ਤਾਂ ਜਿਉਣ ਦੇ ਰਾਹ ਉੱਤੇ ਹੈ, ਪਰ ਜਿਹੜਾ ਤਾੜ ਨੂੰ ਰੱਦ ਕਰਦਾ ਉਹ ਰਾਹ ਤੋਂ ਭੁੱਲਿਆ ਹੋਇਆ ਹੈ। ਜਿਹੜਾ ਵੈਰ ਨੂੰ ਢੱਕ ਰੱਖਦਾ ਹੈ ਉਹ ਝੂਠੇ ਬੁੱਲਾਂ ਵਾਲਾ ਹੈ, ਅਤੇ ਜਿਹੜਾ ਉੱਜ ਲਾਉਂਦਾ ਹੈ ਉਹ ਮੂਰਖ ਹੈ। ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ, ਪਰ ਜੋ ਆਪਣਿਆਂ ਬੁੱਲਾਂ ਨੂੰ ਰੋਕਦਾ ਹੈ ਉਹ ਦਾਨਾ ਹੈ। ਧਰਮੀ ਦੀ ਰਸਨਾ ਖਰੀ ਜਾਂਦੀ ਹੈ, ਦੁਸ਼ਟ ਦਾ ਮਨ ਤੁੱਛ ਹੈ। ਧਰਮੀ ਦੇ ਬੁੱਲ ਬਹੁਤਿਆਂ ਨੂੰ ਰਜਾਉਂਦੇ ਹਨ, ਪਰ ਮੂਰਖ ਬੇਸਮਝੀ ਦੇ ਕਾਰਨ ਮਰਦੇ ਹਨ। ਯਹੋਵਾ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ। ਮੂਰਖ ਲਈ ਤਾਂ ਸ਼ਰਾਰਤ ਕਰਨੀ ਹਾਸੇ ਦੀ ਗੱਲ ਹੈ, ਪਰ ਸਮਝ ਵਾਲੇ ਮਨੁੱਖ ਲਈ ਬੁੱਧ ਹੈ। ਦੁਸ਼ਟ ਦਾ ਭੈ ਉਹ ਉਸ ਉੱਤੇ ਆਣ ਪਵੇਗਾ। ਧਰਮੀ ਦੀ ਇੱਛਾ ਪੂਰੀ ਕੀਤੀ ਜਾਵੇਗੀ। ਜਿਵੇਂ ਬਾਬ ਰੋਲਾ ਲੰਘ ਜਾਂਦਾ ਹੈ,
ਉਵੇਂ ਦੁਸ਼ਟ ਨਹੀਂ ਰਹਿੰਦਾ। ਪਰ ਧਰਮੀ ਇੱਕ ਅਟਲ ਨਿਉ ਹੈ, ਜਿਵੇਂ ਦੰਦਾਂ ਲਈ ਸਿਰਕਾ ਅਤੇ ਅੱਖੀਆਂ ਲਈ ਧੂੰਆਂ ਹੈ, ਉਵੇਂ ਹੀ ਆਲਸੀ ਆਪਣੇ ਘੱਲਣ ਵਾਲਿਆਂ ਲਈ ਹੈ। ਯਹੋਵਾ ਦਾ ਭੈ ਉਮਰ ਵਧਾਉਂਦਾ ਹੈ, ਪਰ ਦੁਸ਼ਟਾਂ ਦੇ ਵਰੇ ਥੋੜੇ ਹੋਣਗੇ। ਧਰਮੀ ਦੀ ਆਸ ਅਨੰਦਤਾ ਹੈ, ਪਰ ਦੁਸ਼ਟ ਦੀ ਉਡੀਕ ਮਿਟ ਜਾਵੇਗੀ। ਯਹੋਵਾ ਦਾ ਰਾਹ ਖਰਿਆਂ ਲਈ ਪੱਕਾ ਕਿਲਾ ਹੈ, ਪਰ ਕੁਕਰਮੀਆਂ ਲਈ ਵਿਨਾਸ਼ ਹੈ। ਧਰਮੀ ਤਾਂ ਸਦਾ ਅਟਲ ਰਹਿਣਗੇ, ਪਰ ਦੁਸ਼ਟ ਧਰਤੀ ਉੱਤੇ ਨਾ ਵਸਣਗੇ। ਧਰਮੀ ਦਾ ਮੂੰਹ ਬੁੱਧ ਦਾ ਫਲ ਦਿੰਦਾ ਹੈ, ਪਰ ਟੇਢੀ ਜੀਵ ਵੱਢੀ ਜਾਵੇਗੀ। ਧਰਮੀ ਦੇ ਬੁੱਲ ਮਨ ਭਾਉਂਦੀ ਗੱਲ ਜਾਣਦੇ ਹਨ, ਪਰ ਦੁਸ਼ਟ ਦਾ ਮੂੰਹ ਉਲਟੀਆਂ ਗੱਲਾਂ ਬੋਲਦਾ ਹੈ। ਆਮੇਨ। ਕਹੋਤਾਂ ਦੀ ਕਿਤਾਬ ਅਧਿਆਏ 11। ਧਰਮੀ ਅਤੇ ਦੁਸ਼ਟ। ਛਲ ਵਾਲੀ ਤੱਕੜੀ ਤੋਂ ਯਹੋਵਾ ਨੂੰ ਘਿਣ ਆਉਂਦੀ ਹੈ, ਪਰੰਤੂ ਪੂਰੇ ਤੋਲ ਤੋਂ ਉਹ ਪ੍ਰਸੰਨ ਹੁੰਦਾ ਹੈ। ਹੰਕਾਰ ਦੇ ਨਾਲ ਖੁਆਰੀ ਆਉਂਦੀ ਹੈ, ਪਰ ਦੀਨਾਂ ਦੇ ਨਾਲ ਬੁੱਧ ਹੈ। ਸਿੱਧਿਆਂ ਦੀ ਖਰਿਆਈ ਉਹਨਾਂ ਦੀ ਅਗਵਾਈ ਕਰੇਗੀ, ਪਰ ਛਲੀਏ ਦੀ ਟੇਢ ਉਹਨਾਂ ਦਾ ਨਾਸ਼ ਕਰੇਗੀ। ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ। ਸੰਪੂਰਨ ਆਦਮੀ ਦਾ ਧਰਮ ਉਹਦਾ ਰਾਹ ਸਿੱਧਾ ਰੱਖੇਗਾ, ਪਰ ਦੁਸ਼ਟ ਜਨ ਆਪਣੀ ਦੁਸ਼ਟਤਾਈ ਨਾਲ ਹੀ ਡਿੱਗ ਪਵੇਗਾ। ਸਿੱਧਿਆਂ ਦਾ ਧਰਮ ਉਹਨਾਂ ਨੂੰ ਛੁਡਾਉਂਦਾ ਹੈ, ਪਰ ਛਲੀਏ ਆਪਣੀ ਹੀ ਲੋਚ ਵਿੱਚ ਫਸ ਜਾਂਦੇ ਹਨ। ਜਦ ਦੁਸ਼ਟ ਜਨ ਮਰਦਾ ਹੈ, ਤਦ ਉਹਦੀ ਉਡੀਕ ਵੀ ਮਿਟ ਜਾਂਦੀ ਅਤੇ ਬੁਰਿਆਂ ਦੀ ਆਸ ਦਾ ਨਾਸ਼ ਹੋ ਜਾਂਦਾ ਹੈ। ਧਰਮੀ ਵਿਪਤਾ ਤੋਂ ਛੁਡਾਇਆ ਜਾਂਦਾ ਹੈ, ਪਰ ਦੁਸ਼ਟ ਉਸੇ ਵਿੱਚ ਆ ਪੈਂਦਾ ਹੈ। ਬੇਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਦਾ ਨਾਸ਼ ਕਰਦਾ ਹੈ, ਪਰ ਧਰਮੀ ਗਿਆਨ ਦੇ ਕਾਰਨ ਛੁਡਾਏ ਜਾਂਦੇ ਹਨ। ਜਦ ਧਰਮੀ ਨੂੰ ਸੁੱਖ ਹੁੰਦਾ ਹੈ, ਤਦ ਨਗਰ ਬਾਗ ਵਾਗ ਹੁੰਦਾ ਹੈ, ਪਰ ਜਦ ਦੁਸ਼ਟਾਂ ਦਾ ਨਾਸ਼ ਹੁੰਦਾ ਤਾਂ ਜੈਕਾਰੇ ਹੁੰਦੇ ਹਨ। ਸਚਾਰਿਆਂ ਦੀਆਂ ਅਸ਼ੀਸ਼ਾਂ ਨਾਲ ਨਗਰ ਦਾ ਵਾਧਾ ਹੁੰਦਾ ਹੈ, ਪਰ ਦੁਸ਼ਟਾਂ ਦੇ ਬੋਲਾਂ ਨਾਲ ਢਹੀ ਜਾਂਦਾ ਹੈ। ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਨਿਰਬੁੱਧ ਹੈ, ਪਰ ਬੁੱਧ ਵਾਲਾ ਪੁਰਸ਼ ਚੁੱਪ ਕਰ ਰਹਿੰਦਾ ਹੈ। ਬਕਵਾਸੀ ਛਿਪੀਆਂ ਗੱਲਾਂ ਨੂੰ ਪ੍ਰਗਟ ਕਰਦਾ ਹੈ, ਪਰ ਮਤਵਰ ਰੂਹ ਵਾਲਾ ਗੱਲ ਨੂੰ ਲੁਕੋ ਰੱਖਦਾ ਹੈ। ਜਦੋਂ ਅਗਵਾਈ ਨਹੀਂ ਤਾਂ ਲੋਕ ਡਿੱਗ ਪੈਂਦੇ ਹਨ, ਪਰ ਬਹੁਤੇ ਤਲਾਉਆਂ ਨਾਲ ਬਚਾਓ ਹੈ। ਜਿਹੜਾ ਪਰਾਏ ਮਨੁੱਖ ਦਾ ਜਾਮਨ ਬਣੇ ਉਹ ਵੱਡਾ ਦੁਖੀ ਹੋਵੇਗਾ, ਪਰ ਜਿਹੜਾ ਜਾਮਨੀ ਤੋਂ ਘਿਣ ਕਰੇ ਉਹ ਸੁਖੀ ਰਹੇਗਾ। ਦਇਆਵਾਨ ਤੀਮੀ ਦਾ ਆਦਰ ਹੁੰਦਾ ਹੈ, ਅਤੇ ਭਿਆਨਕ ਪੁਰਸ਼ਾਂ ਨੂੰ ਧਨ ਹੀ ਪ੍ਰਾਪਤ ਹੁੰਦਾ ਹੈ। ਦਿਆਲੂ ਮਨੁੱਖ ਆਪਣੀ ਜਾਨ ਦਾ ਭਲਾ ਕਰਦਾ ਹੈ, ਪਰ ਜਿਹੜਾ ਨਿਰਦਈ ਹੈ ਉਹ ਆਪਣੇ ਹੀ ਸਰੀਰ ਨੂੰ ਦੁੱਖ ਦਿੰਦਾ ਹੈ। ਦੁਸ਼ਟ ਝੂਠੀ ਮਨਜ਼ੂਰੀ ਲੈਂਦਾ ਹੈ, ਪਰ ਜਿਹੜਾ ਧਰਮ ਬੀਜਦਾ ਹੈ ਉਹਨੂੰ ਸੱਚਾ ਫਲ ਮਿਲਦਾ ਹੈ। ਧਰਮ ਸੱਚਮੁੱਚ ਜਿਉਣ ਦੇ ਲਈ ਹੈ, ਪਰ ਜਿਹੜਾ ਬੁਰਾਈ ਦਾ ਪਿੱਛਾ ਕਰਦਾ ਹੈ ਉਹ ਪਿੱਛਾ ਕਰਦਾ ਹੈ ਆਪਣੀ ਮੌਤ ਲਈ ਕਰਦਾ ਹੈ। ਜਿਹੜੇ ਮਨ ਦੇ ਟੇਢੇ ਹਨ ਉਹਨਾਂ ਕੋਲੋਂ ਯਹੋਵਾ ਨੂੰ ਘਿਣ ਆਉਂਦੀ ਹੈ, ਪਰ ਖਰੀ ਚਾਲ ਵਾਲਿਆਂ ਤੋਂ ਉਹ ਪ੍ਰਸੰਨ ਹੁੰਦਾ ਹੈ। ਇਹ ਪੱਕ ਮੰਨੋ, ਭਾਈ ਡਨ ਬਿਨਾ ਦੁਸ਼ਟ ਨਾ ਛੁੱਟੇਗਾ, ਪਰ ਧਰਮੀ ਦੀ ਅੰਸ਼ ਛੁਡਾਈ ਜਾਵੇਗੀ। ਸੂਰ ਦੇ ਨੱਕ ਵਿੱਚ ਸੋਨੇ ਦੀ ਨੱਤ, ਰੂਪਵੰਦ ਇਸਤਰੀ ਤੋਂ ਰੂਪਵੰਦ ਇਸਤਰੀ ਜੋ ਵਿਵੇਕਹੀਨ ਹੈ, ਰੂਪਵੰਦ ਇਸਤਰੀ ਜੋ ਵਿਵੇਕਹੀਨ ਹੈ ਇਹੋ ਜਿਹੀ ਹੈ। ਧਰਮੀ ਦਾ ਮਨੋਰਥ ਨੇਕ ਹੀ ਹੈ, ਪਰ ਦੁਸ਼ਟ ਦੀ ਉਡੀਕ ਗਹਿਰ ਹੈ। ਕੋਈ ਤਾਂ ਵੱਢਦਾ ਹੈ, ਫਿਰ ਵੀ ਉਹਦਾ ਮਾਲ ਵੱਧਦਾ ਹੈ, ਅਤੇ ਕੋਈ ਸੋਗ, ਕੋਈ ਤਾਂ ਵੰਡਦਾ ਹੈ ਪਰ ਫਿਰ ਵੀ ਉਹਦਾ ਮਾਲ ਵੱਧਦਾ ਹੈ, ਅਤੇ ਕੋਈ ਜੋਗ ਖਰਚ ਤੋਂ ਸਰਪਾ ਕਰਦਾ ਹੈ ਤੇ ਕੰਗਾਲ ਹੀ ਰਹਿੰਦਾ ਹੈ। ਸੁਖੀ ਜਨ ਮੋਟਾ ਹੋ ਜਾਵੇਗਾ, ਤੇ ਜੋ ਸਿੰਜਦਾ ਹੈ ਉਹ ਆਪ ਹੀ ਸਿੰਜਿਆ ਜਾਵੇਗਾ। ਜਿਹੜਾ ਅਨਾਜ ਨੂੰ ਦੱਬ ਛੱਡਦਾ ਹੈ ਉਹਨੂੰ ਤਾਂ ਲੋਕ ਫਿਟਕਾਰ ਦਿੰਦੇ ਹਨ, ਪਰ ਜਿਹੜਾ ਵੇਚ ਛੱਡਦਾ ਹੈ ਉਹਦੇ ਸਿਰ ਨੂੰ ਅਸ਼ੀਸ਼ਾਂ ਦਿੰਦੇ ਹਨ। ਜਿਹੜਾ ਉੱਦਮ ਨਾਲ ਭਲਾਈ ਨੂੰ ਭਾਲਦਾ ਉਹ ਪ੍ਰਸੰਨਤਾ ਨੂੰ ਲੱਭਦਾ ਹੈ, ਪ੍ਰਸੰਸਾ ਨੂੰ ਲੱਭਦਾ ਹੈ, ਪਰ ਜਿਹੜਾ ਬੁਰਾਈ ਨੂੰ ਢੂੰਡਦਾ ਹੈ ਉਹੀ ਉਸ ਤੇ ਆ ਪਵੇਗੀ। ਜਿਹੜਾ ਆਪਣੇ ਧਨ ਉੱਤੇ ਆਸਰਾ ਰੱਖਦਾ ਹੈ ਉਹ ਡਿੱਗ ਪਵੇਗਾ, ਪਰ ਧਰਮੀ ਹਰੇ ਪੱਤੇ ਵਾਂਗੂ ਲਹਿਰਾਉਣਗੇ। ਜਿਹੜਾ ਆਪਣੇ ਟੱਬਰ ਨੂੰ ਦੁਖੀ ਕਰਦਾ ਹੈ ਉਹ ਹਵਾ ਨੂੰ ਵਿਰਸੇ ਵਿੱਚ ਲਵੇਗਾ, ਅਤੇ ਮੂਰਖ ਬੁੱਧਵਾਨ ਦਾ ਗੋਲਾ ਹੋਵੇਗਾ। ਧਰਮੀ ਦਾ ਫਲ ਜਿਉਣ ਦਾ ਵਿਰਸ਼ ਹੈ, ਅਤੇ ਜਿਹੜਾ ਬੁੱਧਵਾਨ ਹੈ ਉਹ ਲੋਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ। ਵੇਖੋ, ਧਰਮੀ ਵੀ ਇਸ ਲੋਕ ਵਿੱਚ ਆਪਣਾ ਫਲ ਭੋਗਦੇ ਹਨ।
दुष्ट अते पापी किन्ना वधीक हो गणगे। आमीन। कहौता अध्याय 12। जो सुधार नाल प्रीत रखता है वो ज्ञान नाल प्रीत रखता है, पर जो ताड़ नूं बुरा जानता है वो पशु वर्गा है। भले मानस को यहोवा प्रसन्न हुंदा है, पर बुरियां जुगतां वाले नूं वो दोषी ठहराउंदा है। कोट नाल कोई मनुख अस्थिर नहीं हुंदा, पर धर्मी दी जड़ कदी पुट्टी ना जावे। पतवंती तीवी अपने पति दा मुकट है, पर खज्जल करन वाली ओदियां हड्डियां दा साड़ा है। धर्मी दियां चितमणियां तां न्यों वालियां हुंदियां हन, पर दुष्टां दे मते छल हुंदे हन। दुष्टां दियां गल्लां खून दे घात दियां हन, पर सचारां दे मूंह उन्हां नूं छड़ा लैंदे हन। दुष्ट उलटाए जांदे अते ओह हुंदी ही नहीं, पर धर्मी दा घर खड़ा रहेगा। आदमी दा जस ओदी चतराई दे अनुसार हुंदा है, पर पुट्ठे दिल वाला तुच्छ समझिया जांदा है। मतहीन जी दे कोल टहलुआ है, उस नाल चंगा है जो वड्याई मारदा, पर रोटियों भी तंग है। धर्मी अपने पशु दे प्राणा दी भी शुद्ध रखदा है, पर दुष्टां दा रहम निर्दयी है। जेड़ा अपनी भौ नूं दब के बाहेगा और रच के खावेगा, ते जो निकम्मियां गल्लां दा पिछा करदा है वो निर्बुद्ध है। दुष्ट बुराई दे जाल लई दौड़दा है, पर धर्मियां दी जड़ फलदी है। बुरियार अपने भुलां दे अपराध नाल फस जांदा है, पर धर्मी दुख तों बच निकलदा है। आदमी अपने वचनां दे फल दे कारण भलाई नाल तृप्त हुंदा है, अते जेही किसे दी करनी तेही उसे दी भरनी। मूर्ख दी चाल ओदी अपनी निगाह विच चंगी है, पर बुद्धवान सलाह नूं मन लैंदा है। मूर्ख दी खचट प्रगट हो जांदी है, पर स्याणा अपजस नूं छुपा लैंदा है। जेड़ा सच बोलदा है ओ धर्म नूं दसदा है, पर झूठा गवाह छल नूं। बेसोचे बोलण वाले दीयां गल्लां तलवार वांगू बिंदियां हन, पर बुद्धवान दी जवान चंगा कर दिंदी है। सच्चे बुल सदा ताई रहणगे, पर झूठी जीव छिन्न मात्र दी है। बुरियां जुगतां करन वालियां दे मन विच छल हुंदा है, पर शांति दे सलाहुआं लई आनंद हुंदा है। धर्मी उत्ते कोई बुराई नहीं आ पवेगी, पर दुष्ट बिपता नाल भरे रहिंदे हन। झूठे बुल यहोवा लई घिनौने हन, पर जो वफादारी वरतदे हन ओ उहनां नूं पसंद करदा है। सियाणा आदमी ज्ञान नूं लुकाई रखदा है, पर मूर्ख दा दिल मूर्खताई दा प्रचार करदा है। उद्यमी दा हथ हाकमी करेगा, पर आलसी कर देण वाला बनेगा। मनुख दे दिल विच चिंता उहनूं झुका दिंदी है, पर चंगा वचन उहनूं आनंद कर दिंदा है। धर्मी अपने गुआंढी नूं राह दसदा है, पर दुष्टां दी चाल उहनूं भुला दिंदी है। आलसी मनुख शिकार करके उहनूं भुंदा भी नहीं, पर आदमी दा अनमोल पदार्थ उद्यमी लई है। धर्म दे राह विच जाउण है, अते उहदे पहे विच मुल्लों मौत नहीं। आमीन। कहौतां दी किताब अध्याय 13। बुद्धवान पुत्र तां अपने प्यो दी सिख्या सुनदा है, पर मखौलिया ताड़ नूं नहीं सुनदा। मनुख अपने मुंह दे फल तों भलाई नूं, परंतु छलिए दी जान जुलम नूं खावेगी। जो अपने मुंह दी राखी करदा है ओ अपनी जान दी पालना करदा है, पर जो अपने बुल्लां नूं टटदा है ओदे लई बर्बादी होवेगी। घोलिए दा जी तां लोचदा, पर ओनूं लभदा कुछ भी नहीं, पर उद्यमी दी जान मोटी हो जावेगी। धर्मी नूं झूठ तों सूग आउंदी है, पर दुष्ट शर्म अते खजलपुणे ते चलदा है। जिहड़ा सिद्धी चाल चलदा है धर्म ओदी रक्षा करदा है, पर दुष्टपणा पापी नूं उल्टा दिंदा है। कोई तां धनी बणिया फिरदा है, पर ओदे कोल कख वी नहीं, अते कोई कंगाल बणिया फिरदा है, पर ओदे कोल बहुत धन है। मनुख दी जान दी चट्टी ओदा धन है, पर निर्धन धमकी नूं सुनदा ही नहीं। धर्मी दी जोत मौज मारदी, पर दुष्ट दा दीवा बुझाया जावेगा। हंकार नाल झगड़े ही झगड़े हुंदे हन, पर जिहड़े सलाह नूं मनदे हन उहनां नाल बुद्ध है। ऐवें किवें दा धन घट जावेगा, पर मेहनत दा धन वध जावेगा। आस दी ढिल दिल नूं बीमार करदी है, पर आस दा पूरा होना जीवन दा विरश है। जिहड़ा वचन नूं तुच्छ जानदा है
ਉਹ ਆਪਣਾ ਨਾਸ਼ ਕਰਦਾ ਹੈ, ਪਰ ਜਿਹੜਾ ਹੁਕਮ ਦਾ ਭੈ ਮੰਨਦਾ ਹੈ ਉਹਨੂੰ ਚੰਗਾ ਫਲ ਮਿਲਦਾ ਹੈ। ਬੁੱਧਵਾਨ ਦੀ ਤਾਲੀਮ ਜਿਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰਹਿਣ ਲਈ ਹੈ। ਸ਼ੁੱਧ ਬੁੱਧ ਦੇ ਕਾਰਨ ਮਨ ਤਾਂ ਹੁੰਦੀ ਹੈ, ਪਰ ਛਲੀਆਂ ਦਾ ਰਾਹ ਬਿਖੜਾ ਹੁੰਦਾ ਹੈ। ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ, ਪਰ ਮੂਰਖ ਆਪਣੀ ਮੂਰਖਤਾਈ ਨੂੰ ਫੈਲਾਉਂਦਾ ਫਿਰਦਾ ਹੈ। ਦੁਸ਼ਟ ਹਰ ਕਾਰਾਂ ਬਿਪਤਾਂ ਵਿੱਚ ਡੇਗ ਦਿੰਦਾ ਹੈ, ਪਰ ਮਤਵਾਰ ਏਲਚੀ ਚੰਗਾ ਕਰਦਾ ਹੈ। ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਕੰਗਾਲ ਤੇ ਸ਼ਰਮਿੰਦਾ ਹੋਵੇਗਾ, ਪਰ ਜੋ ਤਾੜ ਵੱਲ ਚਿੱਤ ਲਾਉਂਦਾ ਹੈ ਉਹਦਾ ਆਦਰ ਹੋਵੇਗਾ। ਜਦ ਇੱਛਾ ਪੂਰੀ ਹੁੰਦੀ ਹੈ ਤਾਂ ਜੀ ਨੂੰ ਮਿੱਠਾ ਲੱਗਦਾ ਹੈ, ਪਰ ਬੁਰਾਈ ਨੂੰ ਛੱਡਣਾ ਮੂਰਖਾਂ ਨੂੰ ਬੁਰਾ ਲੱਗਦਾ ਹੈ। ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁੱਖ ਹੋਵੇਗਾ। ਬਿਪਤਾ ਪਾਪੀਆਂ ਦੇ ਪਿੱਛੇ ਪੈਂਦੀ ਹੈ, ਪਰ ਧਰਮੀਆਂ ਨੂੰ ਚੰਗਾ ਫਲ ਮਿਲੇਗਾ। ਭਲਾ ਪੁਰਸ਼ ਆਪਣੇ ਪੋਤਰਿਆਂ ਲਈ ਵੀ ਮਿਰਾਸ ਛੱਡ ਜਾਂਦਾ ਹੈ, ਪਰ ਪਾਪੀ ਦਾ ਮਾਲ ਧਨ ਧਰਮੀ ਲਈ ਜੋੜੀਦਾ ਹੈ। ਨਿਰਧਨ ਦੀ ਪੈਲੀ ਵਿੱਚ ਢੇਰ ਸਾਰਾ ਆਹਾਰ ਪੈਦਾ ਹੁੰਦਾ ਹੈ, ਪਰ ਅਜਿਹਾ ਵੀ ਹੈ ਜੋ ਕੋਨਿਆਂ ਦੇ ਕਾਰਨ ਉੱਜੜ ਜਾਂਦਾ ਹੈ। ਜਿਹੜਾ ਪੁੱਤਰ ਉੱਤੇ ਸ਼ੂਸ਼ਕ ਨਹੀਂ ਚਲਾਉਂਦਾ ਉਹ ਉਸਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ। ਧਰਮੀ ਤਾਂ ਰੱਜ ਕੇ ਖਾਂਦਾ ਹੈ, ਪਰ ਦੁਸ਼ਟ ਦਾ ਢਿੱਡ ਨਹੀਂ ਭਰਦਾ। ਆਮੀਨ। ਕਹੋਤਾਂ ਦੀ ਕਿਤਾਬ ਅਧਿਆਏ 14। ਬੁੱਧਵਾਨ ਤੀਮੀ ਤਾਂ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖ ਆਪਣੀ ਹੀ ਹੱਥੀ ਉਹਨੂੰ ਢਾ ਦਿੰਦੀ ਹੈ। ਜਿਹੜਾ ਸਿੱਧੀ ਚਾਲ ਚੱਲਦਾ ਹੈ ਉਹ ਯਹੋਵਾ ਦਾ ਭੈ ਮੰਨਦਾ ਹੈ, ਪਰ ਜਿਹੜਾ ਬਿੰਗੀ ਚਾਲ ਚੱਲਦਾ ਹੈ ਉਹ ਉਸ ਨੂੰ ਤੁੱਛ ਜਾਣਦਾ ਹੈ। ਮੂਰਖ ਦੇ ਮੂੰਹ ਵਿੱਚ ਹੰਕਾਰ ਦੀ ਲਾਠੀ ਹੈ, ਪਰ ਬੁੱਧਵਾਨਾਂ ਦੇ ਬੁੱਲ ਉਹਨਾਂ ਦੀ ਰੱਖਿਆ ਕਰਦੇ ਹਨ। ਜਿੱਥੇ ਬਲਦ ਨਹੀਂ ਉੱਥੇ ਖੁਰਲੀ ਸੁਥਰੀ ਰਹਿੰਦੀ ਹੈ, ਪਰ ਬਲਦ ਦੇ ਜ਼ੋਰ ਨਾਲ ਅੰਨ ਬਾਲਾ ਪੈਦਾ ਹੁੰਦਾ ਹੈ। ਮਤਵਰ ਗਵਾਹ ਝੂਠ ਨਹੀਂ ਬੋਲਦਾ, ਪਰ ਝੂਠਾ ਗਵਾਹ ਝੂਠ ਹੀ ਮਾਰਦਾ ਹੈ। ਮਖੌਲੀਆ ਬੁੱਧ ਨੂੰ ਭਾਲਦਾ ਹੈ, ਪਰ ਉਹ ਉਸ ਨੂੰ ਨਹੀਂ ਲੱਭਦੀ, ਪਰੰਤੂ ਸਮਝ ਵਾਲੇ ਨੂੰ ਗਿਆਨ ਸਹਿਜ ਨਾਲ ਹੀ ਮਿਲ ਜਾਂਦਾ ਹੈ। ਮੂਰਖ ਤੋਂ ਲਾਭੇ ਹੋ ਜਾ, ਕਿਉਂ ਜੋ ਤੂੰ ਉਹਦੇ ਬੁੱਲਾਂ ਤੋਂ ਗਿਆਨ ਨਾ ਪਾਏਗਾ। ਸਿਆਣੇ ਦੀ ਬੁੱਧ ਆਪਣੇ ਰਾਹ ਨੂੰ ਸਮਝਣਾ ਹੈ, ਪਰ ਮੂਰਖ ਦੀ ਮੂਰਖਤਾਈ ਛਲ ਹੀ ਹੈ। ਮੂਰਖ ਪਾਪ ਕਰਕੇ ਖੁਸਦੇ ਹਨ, ਪਰ ਸਚਿਆਰਾਂ ਦੇ ਵਿਚਕਾਰ ਰਜਾਮੰਦੀ ਹੁੰਦੀ ਹੈ। ਮਨ ਆਪ ਹੀ ਆਪਣੀ ਕੁੜੱਤਣ ਜਾਣਦਾ ਹੈ, ਉਹਦੀ ਖੁਸ਼ੀ ਵਿੱਚ ਕੋਈ ਪਰਾਇਆ ਲੱਤ ਅੜਾ ਨਹੀਂ ਸਕਦਾ। ਦੁਸ਼ਟ ਦਾ ਘਰ ਉੱਜੜ ਜਾਵੇਗਾ, ਪਰ ਸਚਾਰਿਆਂ ਦਾ ਤੰਬੂ ਲਾਭਵੰਤ ਹੋਵੇਗਾ। ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹਦੇ ਅੰਤ ਵਿੱਚ ਮੌਤ ਦੇ ਰਾਹ ਹਨ। ਹਾਸੇ ਵਿੱਚ ਵੀ ਚਿੱਤ ਉਦਾਸ ਰਹਿੰਦਾ ਹੈ, ਅਤੇ ਆਨੰਦ ਦੇ ਅੰਤ ਵਿੱਚ ਵੀ ਸੋਗ ਹੁੰਦਾ ਹੈ। ਮਨਮੁੱਖ ਆਪਣੀ ਚਾਲ ਦਾ ਅਤੇ ਸਰਮੁੱਖ ਆਪਣੀ ਕੀਤੀ ਦਾ ਫਲ ਭੋਗੇਗਾ। ਭੋਲਾ ਹਰੇਕ ਗੱਲ ਨੂੰ ਸਤ ਮੰਨਦਾ ਹੈ, ਪਰ ਸਿਆਣਾ ਵੇਖਭਾਲ ਕਰਕੇ ਚੱਲਦਾ ਹੈ। ਬੁੱਧਵਾਨ ਤਾਂ ਭੈ ਕਰਕੇ ਬੁਰਾਈ ਤੋਂ ਲਾਭੇ ਰਹਿੰਦਾ ਹੈ, ਪਰ ਮੂਰਖ ਢੀਟ ਹੋ ਕੇ ਨਿਡਰ ਰਹਿੰਦਾ ਹੈ। ਜਿਹੜਾ ਛੇਤੀ ਗੁੱਸੇ ਹੋ ਜਾਂਦਾ ਹੈ ਉਹ ਮੂਰਖਤਾ ਹੀ ਕਰਦਾ ਹੈ, ਅਤੇ ਬੁਰੇ ਮਤੇ ਪਕਾਉਣ ਵਾਲੇ ਨਾਲ ਵੈਰ ਕੀਤਾ ਜਾਂਦਾ ਹੈ। ਭੋਲਿਆਂ ਲੋਕਾਂ ਦੇ ਵੱਡੇ ਵਿੱਚ ਤਾਂ ਮੂਰਖਤਾ ਹੀ ਆਉਂਦੀ ਹੈ, ਪਰ ਸਿਆਣਿਆਂ ਦੇ ਸਿਰ ਉੱਤੇ ਗਿਆਨ ਦਾ ਮੁਕਟ ਰੱਖਿਆ ਜਾਂਦਾ ਹੈ। ਭੈੜੇ ਭਲਿਆਂ ਦੇ ਅੱਗੇ ਨਿਉਂਦੇ ਹਨ, ਅਤੇ ਦੁਸ਼ਟ ਧਰਮੀ ਦੇ ਫਾਟਕਾਂ ਦੇ ਅੱਗੇ। ਕੰਗਾਲ ਆਪਣੇ ਗਵਾਂਢੀ ਲਈ ਵੀ ਘਿਨਾਉਣਾ ਹੈ, ਪਰ ਧਨਵਾਨ ਦੇ ਪ੍ਰੇਮੀ ਢੇਰ ਸਾਰੇ ਹੁੰਦੇ ਹਨ। ਜਿਹੜਾ ਆਪਣੇ ਗਵਾਂਢੀ ਨੂੰ ਤੁੱਛ ਜਾਣਦਾ ਹੈ ਉਹ ਪਾਪ ਕਰਦਾ ਹੈ, ਅਤੇ ਜੋ ਮਸਕੀਨਾਂ ਉੱਤੇ ਤਰਸ ਖਾਂਦਾ ਹੈ ਉਹ ਧਨਵਾਨ ਹੈ। ਜਿਹੜੇ ਬੁਰੀਆਂ ਜੁਗਤਾਂ ਕੱਢਦੇ ਹਨ ਭਲਾ ਉਹ ਭੁੱਲ ਨਹੀਂ ਸਕਦੇ, ਪਰ ਜਿਹੜੇ ਭਲੀਆਂ ਜੁਗਤਾਂ ਕਰਦੇ ਹਨ ਉਹਨਾਂ ਨਾਲ ਦਇਆ ਤੇ ਸੱਚਾਈ ਹੁੰਦੀ ਹੈ। ਮਿਹਨਤ ਨਾਲ ਸਦਾ ਖੱਟੀ ਹੁੰਦੀ ਹੈ, ਪਰ ਬੁੱਲਾਂ ਦੇ ਬਕਵਾਸ ਨਾਲ ਤਾਂ ਥੁੜ ਹੀ ਰਹਿੰਦੀ ਹੈ। ਬੁੱਧਵਾਨਾਂ ਦਾ ਧਨ ਉਹਨਾਂ ਦਾ ਮੁਕਟ ਹੈ, ਪਰ ਮੂਰਖਾਂ ਦੀ ਲੜੀ ਮੂਰਖਤਾਈ ਹੀ ਹੈ। ਸੱਚਾ ਗਵਾਹ ਤਾਂ ਪ੍ਰਾਣਾਂ ਨੂੰ ਛੱਡ ਲੈਂਦਾ ਹੈ, ਪਰ ਧੋਖੇਬਾਜ਼ ਕੁੜ ਮਾਰਦਾ ਹੈ। ਯਹੋਵਾ ਦੇ ਭੈ ਵਿੱਚ ਪੱਕਾ ਭਰੋਸਾ ਹੈ, ਅਤੇ ਉਹਦੇ ਪੁੱਤਰਾਂ ਲਈ ਪਨਾਹ ਦਾ ਥਾਂ ਹੈ। ਯਹੋਵਾ ਦਾ ਭੈ ਜਿਉਣ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਾਰ ਪਰੇ ਰੱਖਦਾ ਹੈ। ਰਈਅਤ ਦੇ ਵਾਧੇ ਨਾਲ ਰਾਜੇ ਦੀ ਸ਼ਾਨ ਹੁੰਦੀ ਹੈ, ਪਰ ਉੱਤਮ
ਦੇ ਘੱਟ ਹੋਣ ਨਾਲ ਹਾਕਮ ਦੀ ਤਬਾਹੀ ਹੁੰਦੀ ਹੈ। ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ ਵਾਲਾ ਹੈ, ਪਰ ਤੱਤੀ ਤਬੀਅਤ ਵਾਲਾ ਮੂਰਖਤਾਈ ਨੂੰ ਉੱਚਾ ਕਰਦਾ ਹੈ। ਸ਼ਾਂਤ ਮਨ ਸਰੀਰ ਦਾ ਜਿਉਣ ਹੈ, ਪਰ ਖੁਣਸ ਹੱਡੀਆਂ ਦਾ ਸਾੜ ਹੈ। ਜਿਹੜਾ ਗਰੀਬ ਉੱਤੇ ਹਨੇਰ ਕਰਦਾ ਹੈ ਉਹ ਆਪਣੇ ਕਰਤਾ ਨੂੰ ਉਲਾਂਭਾ ਦਿੰਦਾ ਹੈ, ਪਰ ਜਿਹੜਾ ਕੰਗਾਲ ਉੱਤੇ ਦਇਆ ਕਰਦਾ ਹੈ ਉਹ ਉਸ ਦੀ ਮਹਿਮਾ ਕਰਦਾ ਹੈ। ਦੁਸ਼ਟ ਤਾਂ ਆਪਣੀ ਬੁਰਾਈ ਨਾਲ ਢਹਿ ਜਾਂਦਾ ਹੈ, ਪਰ ਧਰਮੀ ਆਪਣੀ ਮੌਤ ਵਿੱਚ ਵੀ ਪਨਾਹ ਲੈਂਦਾ ਹੈ। ਸਮਝ ਵਾਲੇ ਦੇ ਮਨ ਵਿੱਚ ਬੁੱਧ ਵਾਸ ਕਰਦੀ ਹੈ, ਪਰ ਮੂਰਖ ਦੇ ਅੰਦਰ ਜੋ ਕੁਛ ਹੈ ਉਹ ਪ੍ਰਗਟ ਹੋ ਜਾਂਦਾ ਹੈ। ਧਰਮ ਕੌਮ ਦੀ ਉੱਨਤੀ ਕਰਦਾ ਹੈ, ਪਰ ਪਾਪ ਉਮਤ ਲਈ ਮੂੰਹ ਕਾਲਾ ਹੈ। ਬੁੱਧਵਾਨ ਨੌਕਰ ਤੋਂ ਪਾਤਸ਼ਾਹ ਪ੍ਰਸੰਨ ਹੁੰਦਾ ਹੈ, ਪਰ ਲੱਜਾਵਾਨ ਕਰਨ ਵਾਲੇ ਉੱਤੇ ਉਹਦੀ ਕਰੋਪੀ ਹੁੰਦੀ ਹੈ। ਕਹੋਤਾਂ ਦੀ ਕਿਤਾਬ ਅਧਿਆਇ 15। ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ। ਬੁੱਧਵਾਨ ਦੀ ਜੀਵ ਗਿਆਨ ਦਾ ਠੀਕ ਵਖਾਣ ਕਰਦੀ ਹੈ, ਪਰ ਮੂਰਖਾਂ ਦੇ ਮੂੰਹੋਂ ਬਸ ਮੂਰਖਤਾ ਹੀ ਉੱਛੜਦੀ ਹੈ। ਯਹੋਵਾ ਦੀਆਂ ਅੱਖਾਂ ਸਭਨੀ ਥਾਈ ਲੱਗੀਆਂ ਰਹਿੰਦੀਆਂ ਹਨ ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ। ਸਿਹਤ ਦੇਣ ਵਾਲੀ ਰਚਨਾ ਜਿਉਣ ਦਾ ਵਿਰਸ਼ ਹੈ, ਪਰ ਉਹਦੇ ਵਿੱਚ ਆਕੀਪਣਾ ਆਤਮਾ ਦਾ ਤੋੜਨਾ ਹੈ। ਮੂਰਖ ਆਪਣੇ ਪਿਓ ਦੀ ਸਿੱਖਿਆ ਨੂੰ ਤੁੱਛ ਜਾਣਦਾ ਹੈ, ਪਰ ਜਿਹੜਾ ਤਾੜ ਨੂੰ ਮੰਨਦਾ ਹੈ ਉਹ ਸਿਆਣਾ ਹੈ। ਧਰਮੀ ਦੇ ਘਰ ਵਿੱਚ ਵੱਡਾ ਧਨ ਹੈ, ਪਰ ਦੁਸ਼ਟ ਦੀ ਖੱਟੀ ਨਾਲ ਕਸ਼ਟ ਹੁੰਦਾ ਹੈ। ਬੁੱਧਵਾਨ ਦੇ ਬੁੱਲ ਗਿਆਨ ਨੂੰ ਖਿਲਾਰਦੇ ਹਨ, ਪਰ ਮੂਰਖਾਂ ਦਾ ਮਨ ਇਉਂ ਨਹੀਂ ਕਰਦਾ। ਦੁਸ਼ਟ ਦੀ ਭੇਂਟ ਤੋਂ ਯਹੋਵਾ ਨੂੰ ਘਿਣ ਆਉਂਦੀ ਹੈ, ਪਰ ਸਚਾਰਿਆਂ ਦੀ ਪ੍ਰਾਰਥਨਾ ਤੋਂ ਉਹ ਪ੍ਰਸੰਨ ਹੁੰਦਾ ਹੈ। ਦੁਸ਼ਟ ਦੀ ਚਾਲ ਤੋਂ ਯਹੋਵਾ ਨੂੰ ਘਿਣ ਆਉਂਦੀ ਹੈ, ਪਰ ਧਰਮ ਦਾ ਪਿੱਛਾ ਕਰਨ ਵਾਲੇ ਨਾਲ ਉਹ ਪ੍ਰੇਮ ਕਰਦਾ ਹੈ। ਜਿਹੜਾ ਰਾਹ ਨੂੰ ਤਿਆਗ ਦਿੰਦਾ ਹੈ ਉਹਨੂੰ ਸਖਤ ਤਾੜ ਮਿਲਦੀ ਹੈ, ਅਤੇ ਸਮਝੌਤੀ ਨੂੰ ਬੁਰਾ ਜਾਣਨ ਵਾਲਾ ਮਰੇਗਾ। ਪਤਾਲ ਅਤੇ ਵਿਨਾਸ਼ ਲੋਕ ਵੀ ਯਹੋਵਾ ਦੇ ਅੱਗੇ ਖੁੱਲੇ ਪਏ ਹਨ, ਤਾਂ ਭਲਾ ਆਦਮ ਵੰਸ਼ੀਆਂ ਦੇ ਮਨ ਕਿੱਕਰ ਨਾ ਹੋਣਗੇ। ਮਖੌਲੀਆ ਤਾੜ ਨੂੰ ਪਸੰਦ ਨਹੀਂ ਕਰਦਾ, ਤੇ ਨਾ ਉਹ ਬੁੱਧਵਾਨ ਕੋਲ ਜਾਂਦਾ ਹੈ। ਮਨ ਆਨੰਦ ਹੋਵੇ ਤਾਂ ਮੁੱਖ ਉੱਤੇ ਵੀ ਖੁਸ਼ੀ ਹੁੰਦੀ ਹੈ, ਪਰ ਮਨ ਦੇ ਸੋਗ ਨਾਲ ਆਤਮਾ ਨਿਰਾਸ਼ ਹੁੰਦਾ ਹੈ। ਸਮਝ ਵਾਲੇ ਦਾ ਮਨ ਗਿਆਨ ਦੀ ਖੋਜ ਕਰਦਾ ਹੈ, ਪਰ ਮੂਰਖ ਦਾ ਮੂੰਹ ਮੂਰਖਤਾ ਹੀ ਚੱਲਦਾ ਹੈ। ਮਸਕੀਨ ਦੇ ਸਭੇ ਦਿਨ ਬੁਰੇ ਹੁੰਦੇ ਹਨ, ਪਰ ਚੰਗੇ ਦਿਲ ਵਾਲਾ ਸਦਾ ਦੌਤਾਂ ਪੜਾਉਂਦਾ ਜਾਂਦਾ ਹੈ। ਉਹ ਥੋੜਾ ਜਿਹਾ ਜੋ ਯਹੋਵਾ ਦੇ ਭੈ ਨਾਲ ਹੋਵੇ ਉਸ ਵੱਡੇ ਖਜ਼ਾਨੇ ਨਾਲੋਂ ਚੰਗਾ ਹੈ ਜਿਹਦੇ ਨਾਲ ਘਬਰਾਹਟ ਹੋਵੇ। ਸਾਗ ਪੱਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲਦ ਨਾਲੋਂ ਜਿੱਥੇ ਬੈਰ ਹੈ ਚੰਗਾ ਹੈ। ਕ੍ਰੋਧੀ ਛੇੜਖਾਨੀ ਕਰਦਾ ਹੈ, ਪਰ ਜਿਹੜਾ ਗੁੱਸੇ ਵਿੱਚ ਧੀਮਾ ਹੈ ਉਹ ਝਗੜੇ ਨੂੰ ਮਿਟਾਉਂਦਾ ਹੈ। ਆਲਸੀ ਦਾ ਰਾਹ ਕੰਡਿਆਂ ਦੀ ਬਾੜ ਹੈ, ਪਰ ਸਚਿਆਰਾਂ ਦਾ ਮਾਰਗ ਸਾਂ ਰਾਹ ਹੈ। ਬੁੱਧਵਾਨ ਪੁੱਤਰ ਆਪਣੇ ਪਿਓ ਨੂੰ ਆਨੰਦ ਰੱਖਦਾ ਹੈ, ਪਰ ਮੂਰਖ ਆਦਮੀ ਆਪਣੀ ਮਾਂ ਨੂੰ ਨੀਚ ਸਮਝਦਾ ਹੈ। ਨਿਰਬੁੱਧ ਮੂਰਖਤਾਈ ਤੋਂ ਆਨੰਦ ਹੁੰਦਾ ਹੈ, ਅਤੇ ਸਮਝ ਵਾਲਾ ਪੁਰਸ਼ ਸਿੱਧੀ ਚਾਲ ਚੱਲਦਾ ਹੈ। ਜੇ ਸਲਾਹ ਨਾ ਮੰਨੇ ਤਾਂ ਪ੍ਰੋਜਨ ਰੁਕ ਜਾਂਦੇ ਹਨ ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਉਹ ਕਾਇਮ ਹੋ ਜਾਂਦੇ ਹਨ। ਮਨੁੱਖ ਆਪਣੇ ਮੂੰਹ ਦੇ ਉੱਤਰ ਤੋਂ ਪ੍ਰਸੰਨ ਹੁੰਦਾ ਹੈ, ਅਤੇ ਜਿਹੜਾ ਵਚਨ ਵੇਲੇ ਸਿਰ ਕਹਿੰਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ। ਸਿਆਣੇ ਦੇ ਲਈ ਜਿਉਣ ਦਾ ਰਾਹ ਉਤਾਹਾਂ ਹੋ ਜਾਂਦਾ ਹੈ, ਤਾਂ ਜੋ ਉਹ ਪਤਾਲ ਦੇ ਹੇਠੋਂ ਪਰੇ ਰਹੇ।
ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ। ਬੁਰਾਈ ਤੋਂ ਲਾਭੇ ਰਹਿਣਾ ਚਾਰਿਆਂ ਦਾ ਸਹਾਰਾ ਹੈ। ਜਿਹੜਾ ਆਪਣੀ ਚਾਲ ਦੀ ਚੌਕਸੀ ਕਰਦਾ ਹੈ ਉਹ ਆਪਣੀ ਜਾਨ ਨੂੰ ਬਚਾਉਂਦਾ ਹੈ। ਨਾਸ਼ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘਮੰਡੀ ਰੂਹ ਹੁੰਦੀ ਹੈ। ਘਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਮਸਕੀਨਾਂ ਦੇ ਸੰਗ ਅੰਝਾ ਹੋ ਕੇ ਰਹਿਣਾ ਚੰਗਾ ਹੈ। ਜਿਹੜਾ ਵਚਨ ਉੱਤੇ ਚਿੱਤ ਲਾਉਂਦਾ ਹੈ ਉਹਦਾ ਭਲਾ ਹੋਵੇਗਾ, ਅਤੇ ਜਿਹੜਾ ਯਹੋਵਾ ਤੇ ਭਰੋਸਾ ਰੱਖਦਾ ਹੈ ਉਹ ਧਨ ਹੈ। ਜਿਹੜਾ ਬੁੱਧਵਾਨ ਹੈ ਉਹ ਵਿਵੇਕੀ ਕਹਾਉਂਦਾ ਹੈ, ਅਤੇ ਮਿੱਠੇ ਬੋਲਣ ਨਾਲ ਕਾਇਲ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ। ਬੁੱਧਵਾਨ ਦੇ ਲਈ ਬੁੱਧ ਜਿਉਣ ਦਾ ਸੋਤਾ ਹੈ, ਪਰ ਮੂਰਖਾਂ ਦੀ ਸਿੱਖਿਆ ਮੂਰਖਤਾ ਹੀ ਹੈ। ਬੁੱਧਵਾਨ ਦਾ ਮਨ ਉਹਦੇ ਮੂੰਹ ਨੂੰ ਸਿਖਾਉਂਦਾ ਹੈ ਅਤੇ ਉਹਦੇ ਬੁੱਲਾਂ ਨੂੰ ਗਿਆਨ ਦਿੰਦਾ ਹੈ। ਸ਼ੁਭ ਵਚਨ ਮਖੀਰ ਦੀ ਛੱਲੀ ਵਾਂਗੂ ਹਨ, ਉਹ ਜੀ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ ਦਿੰਦੇ। ਇੱਕ ਅਜਿਹਾ ਰਾਹ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹਦੇ ਅੰਤ ਵਿੱਚ ਮੌਤ ਦੇ ਰਾਹ ਹਨ। ਮਨਜ਼ੂਰ ਦੀ ਭੁੱਖ ਉਸ ਤੋਂ ਮਨਜ਼ੂਰੀ ਕਰਾਉਂਦੀ ਹੈ। ਉਸ ਦਾ ਮੂੰਹ ਜੋ ਉਹਨੂੰ ਉਭਾਲਦਾ ਹੈ। ਨਿਕੰਮਾ ਪੁਰਸ਼ ਬੁਰਾਈ ਨੂੰ ਉੱਠਦਾ ਹੈ ਤੇ ਉਹਦੇ ਬੁੱਲਾਂ ਵਿੱਚ ਜਾਣੋ ਸਾੜਨ ਵਾਲੀ ਅੱਗ ਹੁੰਦੀ ਹੈ। ਟੇਟਾ ਮਨੁੱਖ ਝਗੜੇ ਚੁੱਕਦਾ ਹੈ ਅਤੇ ਚੁਗਲੀ ਕਰਨ ਵਾਲਾ ਜਾਨੀ ਮਿੱਤਰਾਂ ਵਿੱਚ ਫੁੱਟ ਪਾ ਦਿੰਦਾ ਹੈ। ਹਨੇਰ ਕਰਨ ਵਾਲਾ ਆਪਣੀ ਗਵਾਂਢੀ ਨੂੰ ਫਸਲਾ ਕੇ ਭੈੜੇ ਰਾਹ ਵਿੱਚ ਪਾ ਦਿੰਦਾ ਹੈ। ਅੱਖੀਆਂ ਮਟਕਾਉਣ ਵਾਲਾ ਟੇਢੇ ਕੰਮ ਸੋਚਦਾ ਹੈ। ਬੁੱਲ ਕੁੱਟਣ ਵਾਲਾ ਬੁਰਾਈ ਕਰ ਛੱਡਦਾ ਹੈ। ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ। ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰ ਵੀਰ ਨਾਲੋਂ ਅਤੇ ਆਪਣੀ ਰੂਹ ਨੂੰ ਬਸ ਵਿੱਚ ਰੱਖਣ ਵਾਲਾ ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ। ਬੁੱਕਲ ਵਿੱਚ ਗੁਣੇ ਪਾਏ ਜਾਂਦੇ ਹਨ, ਪਰ ਉਹਨਾਂ ਦਾ ਫੈਸਲਾ ਯਹੋਵਾ ਵੱਲੋਂ ਹੀ ਹੁੰਦਾ ਹੈ। ਆਮੀਨ ਆਮੀਨ। ਕਹਾਉਤਾਂ ਦੀ ਕਿਤਾਬ ਅਧਿਆਇ 17। ਚੈਨ ਨਾਲ ਰੁੱਖੀ ਮਿੱਸੀ ਇਹਦੇ ਨਾਲੋਂ ਚੰਗੀ ਹੈ, ਭਾਈ ਘਰ ਵਿੱਚ ਬਹੁਤ ਪਦਾਰਥ ਹੋਣ ਪਰ ਝਗੜਾ ਹੋਵੇ। ਸਿਆਣਾ ਟਹਿਲੂਆ ਖੱਜਲ ਕਰਨ ਵਾਲੇ ਪੁੱਤਰ ਉੱਤੇ ਹੁਕਮ ਚਲਾਵੇਗਾ ਅਤੇ ਭਰਾਵਾਂ ਵਿੱਚ ਡੰਡ ਦਾ ਹਿੱਸਾ ਪਾਵੇਗਾ। ਕੁਕਰਮੀ ਖੋਟੇ ਬੁੱਲਾਂ ਵੱਲ ਧਿਆਨ ਦਿੰਦਾ ਹੈ ਅਤੇ ਝੂਠਾ ਸ਼ਰਾਰਤੀ ਜਵਾਨ ਵੱਲ ਕੰਨ ਲਾਉਂਦਾ ਹੈ। ਜਿਹੜਾ ਦੀਨ ਨੂੰ ਠੱਠਾ ਮਾਰਦਾ ਹੈ ਉਹ ਉਸ ਦੇ ਕਰਤਾ ਨੂੰ ਉਲਾਂਭਾ ਦਿੰਦਾ ਹੈ, ਅਤੇ ਜੋ ਬਿਪਤਾ ਤੋਂ ਆਨੰਦ ਹੁੰਦਾ ਹੈ ਡਨੋ ਬਿਨਾਂ ਨਾ ਛੁੱਟੇਗਾ। ਪੋਤੇ ਬੁੱਢਿਆਂ ਦਾ ਮੁਕਟ ਹਨ ਅਤੇ ਪੁੱਤਰਾਂ ਦੀ ਸੋਭਾ ਉਹਨਾਂ ਦੇ ਪਿਓ ਹਨ। ਜਦ ਮਿੱਠਾ ਬੋਲ ਮੂਰਖ ਨੂੰ ਨਹੀਂ ਫੱਬਦਾ ਤਾਂ ਪਤਵੰਤ ਉਹਨੂੰ ਝੂਠੇ ਬੋਲ ਕਿਵੇਂ ਫੱਬਣਗੇ। ਵੱਡੀ ਉਹਦੇ ਦੇਣ ਵਾਲੇ ਦੀਆਂ ਅੱਖਾਂ ਵਿੱਚ ਬਹੁਮੁੱਲਾ ਰਤਨ ਹੈ, ਜਿੱਧਰ ਉਹ ਮੂੰਹ ਕਰਦਾ ਹੈ ਉਹ ਸਫਲ ਹੁੰਦਾ ਹੈ। ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਭਾਲਦਾ ਹੈ, ਪਰ ਜੋ ਕਿਸੇ ਗੱਲ ਨੂੰ ਬਰਾਬਰ ਛੇੜਦਾ ਹੈ ਉਹ ਜਾਨੀ ਮਿੱਤਰਾਂ ਵਿੱਚ ਫੁੱਟ ਪਾ ਦਿੰਦਾ ਹੈ। ਸਮਝ ਵਾਲੇ ਤੇ ਇੱਕ ਤਾੜ ਮੂਰਖ ਦੇ 100 ਕੋਰੜਿਆਂ ਨਾਲੋਂ ਬਹੁਤ ਅਸਰ ਕਰਦੀ ਹੈ। ਭੈੜਾ ਪੁਰਸ਼ ਬਸ ਆਕੀਪੁਣਾ ਕਰਨਾ ਹੀ ਚਾਹੁੰਦਾ ਹੈ, ਸੋ ਇੱਕ ਜ਼ਾਲਮ ਹਰਕਾਰਾ ਉਹਦੇ ਵਿਰੋਧ ਘੱਲਿਆ ਜਾਵੇਗਾ। ਰਿਸ਼ਨੀ ਜਿਹਦੇ ਬੱਚੇ ਖੁੱਸ ਗਏ ਹੋਣ ਮਨੁੱਖ ਨੂੰ ਟੱਕਰੇ, ਪਰ ਨਾ ਕਿ ਮੂਰਖ ਆਪਣੀ ਮੂਰਖਤਾਈ ਵਿੱਚ। ਜਿਹੜਾ ਭਲਾਈ ਦੇ ਬੱਟੇ ਬੁਰਾਈ ਕਰਦਾ ਹੈ ਉਹਦੇ ਘਰੋਂ ਬੁਰਾਈ ਕਦੀ ਨਾ ਹਟੇਗੀ। ਝਗੜੇ ਦਾ ਮੁੰਡ ਪਾਣੀ ਦੇ ਵਹਾਅ ਵਰਗਾ ਹੈ, ਇਸ ਲਈ ਝਗੜਾ ਛੇੜਨ ਤੋਂ ਪਹਿਲਾਂ ਉਹਨੂੰ ਛੱਡ ਦੇ। ਜਿਹੜਾ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਜਿਹੜਾ ਧਰਮੀ ਤੇ ਦੋਸ਼ ਲਾਉਂਦਾ ਹੈ ਯਹੋਵਾ ਉਹਨਾਂ ਦੋਹਾਂ ਤੋਂ ਘਿਣ ਕਰਦਾ ਹੈ। ਮੂਰਖ ਦੇ ਹੱਥ ਵਿੱਚ ਬੁੱਧ ਨੂੰ ਮੁੱਲ ਲੈਣ ਲਈ ਪੈਸਾ ਕਿਉਂ ਹੋਵੇ ਜਦ ਉਹ ਚਾਹ ਨਹੀਂ ਕਰਦਾ। ਮਿੱਤਰ ਹਰ ਵੇਲੇ ਪ੍ਰੇਮ ਕਰਦਾ ਹੈ ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ। ਬੇਸਮਝ ਆਦਮੀ ਹੱਥ ਮਾਰਦਾ ਹੈ ਅਤੇ ਆਪਣੇ ਗਵਾਂਢੀ ਦੇ ਸਾਹਮਣੇ ਚਾਵਨ ਬਣ ਜਾਂਦਾ ਹੈ। ਅਪਰਾਧ ਦਾ ਪ੍ਰੇਮੀ ਕੁਵੱਤ ਦਾ ਪ੍ਰੇਮੀ ਹੈ, ਜਿਹੜਾ ਆਪਣੇ ਦਰਵਾਜੇ ਨੂੰ ਉੱਚਾ ਕਰਦਾ ਹੈ ਉਹ ਆਪਣਾ ਨਾਸ਼ ਭਾਲਦਾ ਹੈ। ਪੁੱਠੇ ਦਿਲ ਵਾਲਾ ਭਲਾਈ ਨਾ ਪਾਵੇਗਾ ਅਤੇ ਉਲਟੀ ਜਵਾਨ ਵਾਲਾ ਬਿਪਤਾ ਵਿੱਚ ਡਿੱਗੇਗਾ। ਮੂਰਖ ਦਾ ਜਮਾਉਣ ਵਾਲਾ ਦੁੱਖ ਹੀ ਪਾਉਂਦਾ ਹੈ ਅਤੇ ਮੂਰਖ ਦੇ ਪਿਓ ਨੂੰ ਕੁਝ ਆਨੰਦ ਨਹੀਂ। ਖੁਸ਼ ਦਿਲੀ ਦਵਾ ਵਾਂਗੂ ਚੰਗਾ ਕਰਦੀ ਹੈ, ਪਰ ਉਦਾਸ ਆਤਮਾ ਹੱਡੀਆਂ ਨੂੰ ਸੁਕਾਉਂਦਾ ਹੈ। ਦੁਸ਼ਟ ਬੁੱਕਲ ਵਿੱਚੋਂ ਵੱਢੀ ਲੈਂਦਾ ਹੈ, ਭਾਈ ਉਹ ਨਿਉਂ ਦੇ ਮਾਰਗਾਂ ਨੂੰ ਵਿਗਾੜ ਦੇਵੇ। ਬੁੱਧ ਸਮਝ ਵਾਲੇ ਦੇ ਅੱਗੇ ਰਹਿੰਦੀ ਹੈ, ਪਰ ਮੂਰਖ ਦੀਆਂ ਅੱਖੀਆਂ ਧਰਤੀ ਦੇ ਬੰਨਿਆਂ ਵੱਲ ਲੱਗੀਆਂ ਰਹਿੰਦੀਆਂ ਹਨ। ਮੂਰਖ ਪੁੱਤਰ ਆਪਣੇ ਪਿਓ ਲਈ ਗਮ ਅਤੇ ਆਪਣੀ ਮਾਂ ਲਈ ਕੁੜਤਣ ਹੈ। ਧਰਮੀ ਨੂੰ ਡੰਨ ਲਾਉਣਾ ਚੰਗਾ ਨਹੀਂ, ਨਾ ਪਤਵੰਤਾਂ ਨੂੰ ਸਿਧਾਈ ਦੇ ਕਾਰਨ ਮਾਰਨਾ। ਗਿਆਨਵਾਨ
ਘੱਟ ਬੋਲਦਾ ਹੈ ਅਤੇ ਸਮਝ ਵਾਲਾ ਸੀਲ ਸੁਭਾਅ ਹੁੰਦਾ ਹੈ। ਮੂਰਖ ਵੀ ਜਿੰਨਾ ਚਿਰ ਚੁੱਪ ਰਹੇ ਬੁੱਧਵਾਨ ਹੀ ਗਿਣੀਦਾ ਹੈ। ਜੇ ਬੁੱਲ ਬੰਦ ਰੱਖੇ ਤਾਂ ਸਿਆਣਾ ਸਮਝੀਦਾ ਹੈ। ਆਮੀਨ ਆਮੀਨ। ਖੋਤਾਂ ਦੀ ਕਿਤਾਬ ਅਧਿਆਏ 18। ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਾ ਭਾਲਦਾ ਹੈ, ਉਹ ਸਾਰੀ ਖਰੀ ਬੁੱਧ ਦੇ ਵਿਰੋਧ ਚਿੜਦਾ ਹੈ। ਮੂਰਖ ਸਮਝ ਤੋਂ ਖੁਸ਼ ਨਹੀਂ ਹੁੰਦਾ, ਪਰ ਇਸ ਤੋਂ ਭਾਈ ਉਹਦੇ ਮਨ ਦਾ ਹਾਲ ਭੁੱਲ ਜਾਵੇ। ਦੁਸ਼ਟਾਂ ਦੇ ਨਾਲ ਅਪਮਾਨ ਅਤੇ ਨਿਰਾਦਰੀ ਦੇ ਨਾਲ ਲਾਜ ਆਉਂਦੀ ਹੈ। ਮਨੁੱਖ ਦੇ ਮੂੰਹ ਦੇ ਵਚਨ ਡੂੰਘੇ ਪਾਣੀ ਵਰਗੇ ਹਨ, ਬੁੱਧ ਦਾ ਚਸ਼ਮਾ ਬਗਦੀ ਨਦੀ ਜਿਹਾ ਹੈ। ਦੁਸ਼ਟਾਂ ਦੀ ਰਹਿ ਕਰਨੀ ਚੰਗੀ ਨਹੀਂ, ਨਾ ਅਦਾਲਤ ਵਿੱਚ ਧਰਮੀ ਦਾ ਹੱਕ ਮਾਰਨਾ। ਮੂਰਖ ਦੇ ਬੁੱਲ ਝਗੜਾ ਲਿਆਉਂਦੇ ਹਨ ਅਤੇ ਉਹਦਾ ਮੂੰਹ ਕੋਟਲੇ ਮੰਗਦਾ ਹੈ। ਮੂਰਖ ਦਾ ਮੂੰਹ ਉਹਦੀ ਬਰਬਾਦੀ ਹੈ ਅਤੇ ਉਹਦੇ ਬੁੱਲ ਉਹਦੀ ਜਾਨ ਲਈ ਫਾਹੀ ਹਨ। ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸਵਾਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਉਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ। ਜਿਹੜਾ ਕੰਮ ਕਰਨ ਵਿੱਚ ਆਲਸੀ ਹੈ ਉਹ ਉਡਾਓ ਦਾ ਭਰਾ ਹੈ। ਯਹੋਵਾ ਦਾ ਨਾਮ ਇੱਕ ਪੱਕਾ ਵਰਜ ਹੈ, ਧਰਮੀ ਭੱਜ ਕੇ ਉਹਦੇ ਵਿੱਚ ਜਾਂਦਾ ਤੇ ਵਚਿਆ ਰਹਿੰਦਾ। ਧਨਵਾਨ ਦੀ ਮਾਇਆ ਉਹਦੇ ਲੇਖੇ ਪੱਕਾ ਨਗਰ ਅਤੇ ਉੱਚੀ ਸ਼ਹਿਰ ਪਨਾਹ ਵਾਂਗੂ ਹੈ। ਨਾਸ਼ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ, ਪਰ ਆਦਰ ਤੋਂ ਪਹਿਲਾਂ ਅਧੀਨਗੀ ਹੁੰਦੀ ਹੈ। ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ ਇਹ ਉਹਦੇ ਲਈ ਮੂਰਖਤਾਈ ਅਤੇ ਲਾਜ ਹੈ। ਮਨੁੱਖ ਦਾ ਆਤਮਾ ਉਹਦੀ ਬਿਮਾਰੀ ਨੂੰ ਝੱਲੇਗਾ, ਪਰ ਅਦਾਸ ਆਤਮਾ ਨੂੰ ਕੌਣ ਸਹਿ ਸਕੇ। ਸਿਆਣਾ ਪੁਰਸ਼ ਗਿਆਨ ਨੂੰ ਪ੍ਰਾਪਤ ਕਰਦਾ ਹੈ ਅਤੇ ਬੁੱਧਵਾਨ ਦੇ ਕੰਨ ਗਿਆਨ ਦੀ ਭਾਲ ਕਰਦੇ ਹਨ। ਨਜ਼ਰਾਨਾ ਆਦਮੀ ਦੇ ਲਈ ਢੋ ਬਣਾ ਦਿੰਦਾ ਹੈ ਅਤੇ ਉਹਨੂੰ ਵੱਡਿਆਂ ਲੋਕਾਂ ਦੇ ਅੱਗੇ ਪਹੁੰਚਾ ਦਿੰਦਾ ਹੈ। ਜਿਹੜਾ ਮੁਕੱਦਮੇ ਵਿੱਚ ਪਹਿਲਾਂ ਬੋਲਦਾ ਹੈ ਉਹ ਸੱਚਾ ਜਾਪਦਾ ਹੈ, ਪਰ ਉਹਦਾ ਗੁਆਂਢੀ ਆਣ ਕੇ ਉਹਦੀ ਕਲੀ ਖੋਲਦਾ ਹੈ। ਗੁਣਾ ਪਾਉਣ ਨਾਲ ਝਗੜੇ ਮੁੱਕ ਜਾਂਦੇ ਹਨ ਅਤੇ ਜ਼ਬਰਦਸਤਾਂ ਦੇ ਵਿੱਚ ਫੈਸਲਾ ਹੋ ਜਾਂਦਾ ਹੈ। ਰੁੱਸੇ ਹੋਏ ਭਰਾ ਨੂੰ ਮਨਾਉਣਾ ਪੱਕੇ ਸ਼ਹਿਰ ਦੇ ਜਿੱਤਣ ਨਾਲੋਂ ਵੀ ਔਖਾ ਹੈ। ਝਗੜੇ ਕਿਲੇ ਦੇ ਹੋੜੇ ਵਰਗੇ ਹੁੰਦੇ ਹਨ। ਆਦਮੀ ਦਾ ਢਿੱਡ ਉਹਦੇ ਮੂੰਹ ਦੇ ਫਲ ਨਾਲ ਭਰਦਾ ਹੈ ਅਤੇ ਆਪਣੇ ਬੁੱਲਾਂ ਦੀ ਪ੍ਰਾਪਤੀ ਨਾਲ ਔਰ ਰਚਦਾ ਹੈ। ਮੌਤ ਅਤੇ ਜਿਉਣ ਦੋਵੇਂ ਜੀਵ ਦੇ ਵਸ ਵਿੱਚ ਹਨ ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਉਹ ਉਸ ਦਾ ਫਲ ਖਾਣਗੇ। ਜਿਹਨੂੰ ਬੌਟੀ ਲੱਭੀ ਉਹਨੂੰ ਚੰਗੀ ਵਸਤ ਲੱਭੀ ਅਤੇ ਯਹੋਵਾ ਦੀ ਕਿਰਪਾ ਉਸ ਉੱਤੇ ਹੋਈ। ਦੀਨ ਤਾਂ ਤਰਲੇ ਕਰਕੇ ਬੋਲਦਾ ਹੈ, ਪਰ ਧੰਨਵਾਨ ਕੜਾਈ ਨਾਲ ਉੱਤਰ ਦਿੰਦਾ ਹੈ। ਬਹੁਤ ਸਾਰੇ ਮਿੱਤਰ ਨੁਕਸਾਨ ਦੇ ਕਾਰਨ ਹਨ, ਪਰ ਅਜਿਹਾ ਵੀ ਹਿਤਕਾਰੀ ਹੈ ਜੋ ਭਰਾ ਨਾਲੋਂ ਵੀ ਵੱਧ ਚਿਪਕਦਾ ਹੈ। ਆਮੀਨ। ਕਹਾਉਤਾਂ ਦੀ ਕਿਤਾਬ ਅਧਿਆਇ 19। ਉਲਟੇ ਬੁੱਲਾਂ ਵਾਲੇ ਨਾਲੋਂ ਜੋ ਮੂਰਖ ਹੈ ਉਹ ਦੀਨ ਚੰਗਾ ਹੈ ਜਿਹੜਾ ਸਿੱਧੀ ਚਾਲ ਚੱਲਦਾ ਹੈ। ਜਾਨ ਦਾ ਗਿਆਨ ਤੋਂ ਰਹਿਤ ਹੋਣਾ ਵੀ ਚੰਗਾ ਨਹੀਂ ਅਤੇ ਜਿਹੜਾ ਪੈਰਾਂ ਨਾਲ ਕਾਹਲੀ ਕਰਦਾ ਹੈ ਉਹ ਕਰਾਹੇ ਪੈ ਜਾਂਦਾ ਹੈ। ਆਦਮੀ ਦੀ ਮੂਰਖਤਾਈ ਉਹਨੂੰ ਗੁਮਰਾਹ ਕਰ ਦਿੰਦੀ ਹੈ ਤੇ ਉਹਦਾ ਮਨ ਯਹੋਵਾ ਤੇ ਗੁੱਸੇ ਹੁੰਦਾ ਹੈ। ਧਨ ਮਿੱਤਰ ਬਹੁਤ ਵਧਾਉਂਦਾ ਹੈ, ਪਰ ਗਰੀਬ ਆਪਣੇ ਮਿੱਤਰ ਤੋਂ ਅੱਡ ਹੋ ਜਾਂਦਾ ਹੈ। ਝੂਠਾ ਗਵਾਹ ਬਿਨਾਂ ਡਨ ਨਾ ਰਹੇਗਾ ਅਤੇ ਜੋ ਝੂਠ ਮਾਰਦਾ ਹੈ ਉਹ ਨਹੀਂ ਛੁੱਟੇਗਾ। ਪਰ ਉਪਕਾਰੀ ਦੇ ਬਹੁਤੇ ਲੋਕ ਤਰਲੇ ਕਰਦੇ ਹਨ ਅਤੇ ਦਾਤੇ ਦੇ ਸਭੇ ਮਿੱਤਰ ਬਣ ਜਾਂਦੇ ਹਨ। ਜਦੋਂ ਦੀਨ ਦੇ ਸਾਰੇ ਭਰਾ ਵੀ ਉਸ ਨਾਲ ਵੈਰ ਰੱਖਦੇ ਹਨ ਤਾਂ ਉਹਦੇ ਮਿੱਤਰ ਕਿਉਂ ਨਾ ਉਸ ਤੋਂ ਦੂਰ ਹੋ ਜਾਣਗੇ। ਉਹ ਗੱਲਾਂ ਨਾਲ ਉਹਨਾਂ ਦਾ ਪਿੱਛਾ ਕਰਦਾ ਹੈ ਪਰ ਉਹ ਹੈ ਨਹੀਂ। ਜਿਹੜਾ ਬੁੱਧ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੀ ਜਾਨ ਨਾਲ ਪ੍ਰੀਤ ਰੱਖਦਾ ਹੈ। ਜਿਹੜਾ ਸਮਝ ਦੀ ਪਾਲਣਾ ਕਰਦਾ ਹੈ ਉਹਨੂੰ ਲਾਭ ਮਿਲੇਗਾ। ਝੂਠਾ ਗਵਾਹ ਬਿਨਾਂ ਡਨ ਨਾ ਛੁੱਟੇਗਾ ਅਤੇ ਜਿਹੜਾ ਝੂਠ ਬੋਲਦਾ ਹੈ ਉਸਦਾ ਨਾਸ਼ ਹੋਵੇਗਾ। ਮੌਜ ਮਾਨਣਾ ਮੂਰਖ ਨੂੰ ਨਹੀਂ ਫੱਬਦਾ ਤਾਂ ਸਰਦਾਰਾਂ ਉੱਤੇ ਟੈਲੂਏ ਦਾ ਹੁਕਮ ਚਲਾਉਣਾ ਕਿਵੇਂ ਫੱਬੇ। ਵਿਵੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ ਅਤੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹਦੀ ਸ਼ਾਨ ਹੈ। ਪਾਤਸ਼ਾਹ ਦਾ ਗਜਬ ਬੱਬਰ ਸ਼ੇਰ ਦੇ ਗੱਜਣ ਵਰਗਾ ਹੈ, ਪਰ ਉਹਦੀ ਪ੍ਰਸੰਸਤਾ ਘਾਹ ਉੱਤੇ ਪਈ ਹੋਈ ਤਰੇਲ ਵਰਗੀ ਹੈ। ਮੂਰਖ ਪੁੱਤਰ ਪਿਓ ਦੇ ਲਈ ਇੱਕ ਬਲਾ ਹੈ ਅਤੇ ਬਹੁਤੀ ਦੇ ਝਗੜੇ ਰਗੜੇ ਸਦਾ ਦੇ ਚੂਹੇ ਵਾਂਗੂ ਹਨ। ਘਰ ਅਤੇ ਧਨ ਪਿਓ ਤੋਂ ਮਿਰਾਸ ਮਿਲਦੇ ਹਨ, ਪਰ ਸੁੰਗਣ ਬਹੁਤੀ ਯਹੋਵਾ ਵੱਲੋਂ ਮਿਲਦੀ ਹੈ। ਆਲਸ ਭੂਕ ਨੀਂਦ ਵਿੱਚ ਪਾ ਦਿੰਦੀ ਹੈ ਅਤੇ ਸੁਸਤ ਪ੍ਰਾਣੀ ਭੁੱਖਾ ਰਹਿੰਦਾ ਹੈ। ਜਿਹੜਾ ਹੁਕਮ ਮੰਨਦਾ ਹੈ
ਉਹ ਆਪਣੀ ਜਾਨ ਦੀ ਪਾਲਣਾ ਕਰਦਾ ਹੈ, ਪਰ ਜੋ ਉਹਦੀਆਂ ਰਾਹਾਂ ਨੂੰ ਤੁੱਛ ਜਾਣਦਾ ਹੈ ਉਹ ਮਰ ਜਾਵੇਗਾ। ਜਿਹੜਾ ਗਰੀਬ ਉੱਤੇ ਦਇਆ ਕਰਦਾ ਹੈ ਉਹ ਯਹੋਵਾ ਨੂੰ ਉਧਾਰ ਦਿੰਦਾ ਹੈ ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ। ਜਦ ਤਾਈਂ ਆਸ ਹੈ ਆਪਣੇ ਪੁੱਤਰ ਨੂੰ ਤਾੜ, ਪਰ ਉਹਦੇ ਨਾਸ਼ ਉੱਤੇ ਆਪਣਾ ਜੀ ਨਾ ਲਾ। ਡਾਢਾ ਕ੍ਰੋਧੀ ਦੰਨ ਭੋਗਦਾ ਹੈ, ਜੇ ਤੂੰ ਉਹਨੂੰ ਛੜਾਵੇ ਤਾਂ ਤੈਨੂੰ ਵਾਰ ਵਾਰ ਛੜਾਉਣਾ ਪਵੇਗਾ। ਸਲਾਹ ਨੂੰ ਸੁਣ ਅਤੇ ਸਿੱਖਿਆ ਨੂੰ ਕਬੂਲ ਕਰ ਤਾਂ ਜੋ ਉੜਕ ਨੂੰ ਬੁੱਧਵਾਨ ਬਣੇ। ਮਨੁੱਖ ਦੇ ਮਨ ਵਿੱਚ ਅਨੇਕ ਜੁਗਤਾਂ ਹੁੰਦੀਆਂ ਹਨ, ਪਰ ਯਹੋਵਾ ਦਾ ਮਤਾ ਕਾਇਮ ਰਹੇਗਾ। ਆਦਮੀ ਦੀ ਦਇਆ ਦੇ ਕਾਰਨ ਉਹਦੀ ਮਨਤਾ ਹੁੰਦੀ ਹੈ ਅਤੇ ਝੂਠੇ ਮਨੁੱਖ ਨਾਲੋਂ ਦੀਨ ਹੀ ਚੰਗਾ ਹੈ। ਯਹੋਵਾ ਦਾ ਭੈ ਜਿਉਣ ਲਈ ਹੈ, ਭੈ ਮੰਨਣ ਵਾਲਾ ਤ੍ਰਿਪਤ ਰਹੇਗਾ ਅਤੇ ਬਿਪਤਾ ਤੋਂ ਬਚਿਆ ਰਹੇਗਾ। ਆਲਸੀ ਕਟੋਰੇ ਵਿੱਚ ਹੱਥ ਡਬੋਂਦਾ ਹੈ, ਪਰ ਇੰਨਾ ਵੀ ਨਹੀਂ ਕਰਦਾ ਭਾਈ ਉਹ ਫਿਰ ਮੂੰਹ ਤਾਈ ਲਿਆਵੇ। ਮਖੌਲੀਏ ਨੂੰ ਮਾਰ ਤਾਂ ਭੋਲਾ ਸਿਆਣਾ ਹੋ ਜਾਵੇਗਾ ਅਤੇ ਸਮਝ ਵਾਲੇ ਨੂੰ ਤਾੜ ਉਹ ਗਿਆਨ ਨੂੰ ਸਮਝੇਗਾ। ਜਿਹੜਾ ਆਪਣੇ ਪਿਓ ਨਾਲ ਸਖਤੀ ਕਰਦਾ ਤੇ ਆਪਣੀ ਮਾਂ ਨੂੰ ਕੱਟ ਕੱਟ ਛੱਡਦਾ ਹੈ ਉਹ ਮੂੰਹ ਕਾਲਾ ਕਰਨ ਤੇ ਧੱਬਾ ਲਾਉਣ ਵਾਲਾ ਪੁੱਤਰ ਹੈ। ਜਿਹੜਾ ਆਪਣੇ ਪਿਓ ਨਾਲ ਸਖਤੀ ਕਰਦਾ ਤੇ ਆਪਣੀ ਮਾਂ ਨੂੰ ਕੱਢ ਛੱਡਦਾ ਹੈ ਉਹ ਮੂੰਹ ਕਾਲਾ ਕਰਨ ਤੇ ਧੱਬਾ ਲਾਉਣ ਵਾਲਾ ਪੁੱਤਰ ਹੈ। ਹੇ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦਿਆਂ ਵਚਨਾਂ ਤੋਂ ਭਟਕ ਜਾਈਦਾ ਹੈ ਉਹਦਾ ਸੁਣਨਾ ਵੀ ਛੱਡ ਦੇ। ਨਿਕੰਮਾ ਗਵਾਹ ਨਿਉਂ ਨੂੰ ਠੱਠਿਆਂ ਵਿੱਚ ਉਡਾਉਂਦਾ ਹੈ ਅਤੇ ਦੁਸ਼ਟਾਂ ਦਾ ਮੂੰਹ ਬੁਰਾਈ ਨੂੰ ਨਿਗਲ ਜਾਂਦਾ ਹੈ। ਮਖੌਲੀਆਂ ਦੇ ਲਈ ਫਤਿਹ ਤਿਆਰ ਹੈ, ਮਖੌਲੀਆਂ ਦੇ ਲਈ ਫਤਵਾ ਤਿਆਰ ਹੈ ਤੇ ਮੂਰਖਾਂ ਦੀ ਪਿੱਠ ਲਈ ਕੋਟ ਦੇ। ਆਮੀਨ। ਕਹੋਤਾਂ ਦੀ ਕਿਤਾਬ ਅਧਿਆਏ 20। ਮੈਂ ਠੱਠੇ ਵਾਲੀ ਤੇ ਸ਼ਰਾਬ ਝਗੜੇ ਵਾਲੀ ਚੀਜ਼ ਹੈ, ਜੋ ਕੋਈ ਉਹਨਾਂ ਤੋਂ ਧੋਖਾ ਖਾਂਦਾ ਹੈ ਉਹ ਬੁੱਧਵਾਨ ਨਹੀਂ। ਪਾਤਸ਼ਾਹ ਦਾ ਭੈ ਬੱਬਰ ਸ਼ੇਰ ਦੇ ਗੱਜਣ ਵਰਗਾ ਹੈ। ਜਿਹੜਾ ਉਹਨੂੰ ਗੁੱਸਾ ਚੜਾਉਂਦਾ ਹੈ ਉਹ ਆਪਣੀ ਹੀ ਜਾਨ ਦਾ ਪਾਪ ਕਰਦਾ ਹੈ। ਝਗੜੇ ਤੋਂ ਬਚਣ ਨਾਲ ਆਦਮੀ ਦਾ ਆਦਰ ਹੁੰਦਾ ਹੈ, ਪਰ ਹਰੇਕ ਮੂਰਖ ਝਗੜੇ ਛੇੜਦਾ ਹੈ। ਆਲਸੀ ਪਾਲੇ ਦੇ ਮਾਰੇ ਹਲ ਨਹੀਂ ਪਾਉਂਦਾ, ਉਹ ਬਾਢੀਆਂ ਦੇ ਦਿਨੀ ਮੰਗਿਆ ਕਰੇਗਾ ਪਰ ਲੱਭੇਗਾ ਕੁਛ ਨਹੀਂ। ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ, ਪਰ ਸਮਝ ਵਾਲਾ ਉਹਨੂੰ ਬਾਹਰ ਕੱਢ ਲਵੇਗਾ। ਬਹੁਤੇ ਆਦਮੀ ਆਪਣੀ ਆਪਣੀ ਦਇਆ ਦੀ ਡੂੰਡੀ ਪਿੱਟਦੇ ਹਨ, ਪਰ ਵਫ਼ਾਦਾਰ ਮਨੁੱਖ ਕਿਹਨੂੰ ਮਿਲ ਸਕਦਾ ਹੈ? ਧਰਮੀ ਜਿਹੜਾ ਸੱਚਾਈ ਨਾਲ ਚੱਲਦਾ ਹੈ ਉਹਦੇ ਮਗਰੋਂ ਉਹਦੇ ਪੁੱਤਰ ਧੰਨ ਹੁੰਦੇ ਹਨ। ਪਾਤਸ਼ਾਹ ਜਿਹੜਾ ਨਿਉਂ ਦੀ ਗੱਦੀ ਉੱਤੇ ਬਹਿੰਦਾ ਹੈ ਉਹ ਆਪਣੀ ਨਜ਼ਰ ਨਾਲ ਸਭੋ ਬੁਰਾਈ ਖਟਕ ਸੁੱਟਦਾ ਹੈ। ਕੌਣ ਆਖ ਸਕਦਾ ਹੈ, ਭਾਈ ਮੈਂ ਆਪਣੇ ਮਨ ਨੂੰ ਸ਼ੁੱਧ ਕੀਤਾ ਹੈ, ਮੈਂ ਪਾਪ ਤੋਂ ਸਾਫ ਹੋ ਗਿਆ ਹਾਂ? ਘੱਟ ਵੱਧ ਬੱਟੇ ਅਤੇ ਘੱਟ ਵੱਧ ਨਾਪ, ਇਹਨਾਂ ਦੋਹਾਂ ਤੋਂ ਯਹੋਵਾ ਘਿਣ ਕਰਦਾ ਹੈ। ਬੱਚਾ ਵੀ ਆਪਣੇ ਕਰਤੱਬਾਂ ਤੋਂ ਸਿਆਣੀਦਾ ਹੈ, ਭਾਈ ਉਹਦੇ ਕੰਮ ਨੇਕ ਤੇ ਠੀਕ ਹਨ ਕਿ ਨਹੀਂ? ਕੰਨ ਜਿਹੜਾ ਸੁਣਦਾ ਤੇ ਅੱਖ ਜਿਹੜੀ ਵੇਖਦੀ ਹੈ, ਦੋਹਾਂ ਨੂੰ ਹੀ ਯਹੋਵਾ ਨੇ ਬਣਾਇਆ ਹੈ। ਨੀਂਦਰ ਨਾਲ ਪ੍ਰੀਤ ਨਾ ਲਾ, ਮੱਤੇ ਤੂੰ ਗਰੀਬ ਹੋ ਜਾਵੇ, ਆਪਣੀਆਂ ਅੱਖੀਆਂ ਉਗਾੜ ਤਾਂ ਤੂੰ ਰੋਟੀ ਰਚ ਕੇ ਖਾਏਗਾ। ਗਾਹਕ ਆਖਦਾ ਹੈ ਰੱਦੀ ਰੱਦੀ, ਪਰ ਜਦ ਦੂਰ ਨਿਕਲ ਜਾਂਦਾ ਹੈ ਤਾਂ ਸੇਖੀ ਮਾਰਦਾ ਹੈ। ਸੋਨਾ ਵੀ ਹੈ ਤੇ ਲਾਲ ਵੀ ਢੇਰ ਸਾਰੇ ਹਨ, ਪਰ ਗਿਆਨ ਦੇ ਬੁੱਲ ਅਨਮੋਲ ਰਤਨ ਹਨ। ਜਿਹੜਾ ਪਰਦੇਸੀ ਦਾ ਜਾਮਨ ਬਣੇ ਉਹਦੇ ਲੀੜੇ ਲਾਲ ਹੈ, ਅਤੇ ਜਿਹੜਾ ਓਪਰਿਆਂ ਦਾ ਜਾਮਨ ਬਣੇ ਉਹਦਾ ਕੁਝ ਗਹਿਣੇ ਰੱਖ ਲੈ। ਧੋਖੇ ਦੀ ਰੋਟੀ ਮਨੁੱਖ ਨੂੰ ਮਿੱਠੀ ਲੱਗਦੀ ਹੈ, ਪਰ ਉੜਕ ਉਹਦਾ ਮੂੰਹ ਕੰਕਰਾਂ ਨਾਲ ਭਰ ਜਾਂਦਾ ਹੈ। ਰੋਜਨ ਸਲਾਹ ਨਾਲ ਕਾਇਮ ਹੋ ਜਾਂਦੇ ਹਨ, ਸੋ ਤੂੰ ਚੰਗੀ ਸਲਾਹ ਲੈ ਤੇ ਸ਼ੁੱਧ ਯੁੱਧ ਕਰ। ਜਿਹੜਾ ਚੁਗਲੀ ਖਾਂਦਾ ਫਿਰਦਾ ਹੈ ਉਹ ਭੇਤਾਂ ਨੂੰ ਪ੍ਰਗਟ ਕਰਦਾ ਹੈ, ਇਸ ਲਈ ਜਿਹਦੇ ਬੁੱਲ ਹੋਸ਼ੇ ਹਨ ਉਹਦਾ ਸੰਗ ਨਾ ਕਰੀ। ਜਿਹੜਾ ਆਪਣੇ ਮਾਂ ਪਿਓ ਨੂੰ ਫਿਟਕਾਰਦਾ ਹੈ ਉਹਦਾ ਦੀਵਾ ਘੁੱਪ ਹਨੇਰੇ ਵਿੱਚ ਬੁੱਝ ਜਾਵੇਗਾ। ਪਹਿਲਾਂ ਲੋਭ ਨਾਲ ਲੱਭੀ ਹੋਈ ਮਿਰਾਸ ਉੜਕ ਨੂੰ ਮੁਬਾਰਕ ਨਾ ਹੋਵੇਗੀ। ਤੂੰ ਇਹ ਨਾ ਆਖ ਭਾਈ ਮੈਂ ਬੁਰਾਈ ਦਾ ਵੱਟਾ ਲਵਾਂ, ਯਹੋਵਾ ਨੂੰ ਉਡੀਕ ਤਾਂ ਉਹ ਤੈਨੂੰ ਬਚਾਵੇਗਾ। ਘੱਟ ਵੱਧ ਵੱਟੇ ਯਹੋਵਾ ਲਈ ਘਿਨਾਉਣੇ ਹਨ ਅਤੇ ਝੂਠੀ ਤੱਕੜੀ ਚੰਗੀ ਨਹੀਂ। ਮਨੁੱਖ ਦੇ ਕਦਮਾਂ ਨੂੰ ਯਹੋਵਾ ਹੀ ਚਲਾਉਂਦਾ ਹੈ, ਤਾਂ ਫਿਰ ਮਨੁੱਖ ਕਿੱਕਰ ਆਪਣੇ ਰਾਹ ਨੂੰ ਬੁੱਝੇ? ਜੇ ਬਿਨਾਂ ਵਿਚਾਰੇ ਕੋਈ ਆਖੇ ਇਹ ਵਸਤ ਪਵਿੱਤਰ ਹੈ ਤੇ ਸੁਖਣਾ ਸੁੱਖ ਕੇ ਪੁੱਛਣ ਲੱਗੇ ਤਾਂ ਉਹ ਉਸ ਆਦਮੀ ਲਈ ਹਾਹੀ ਹੈ। ਬੁੱਧਵਾਨ ਰਾਜਾ ਦੁਸ਼ਟਾਂ ਨੂੰ ਫਟਕ ਦਿੰਦਾ ਹੈ ਅਤੇ ਉਹਨਾਂ ਉੱਤੇ ਪਈਆਂ ਚਾਲ ਦਿੰਦਾ ਹੈ। ਬੁੱਧਵਾਨ ਰਾਜਾ
ਦੁਸ਼ਟਾਂ ਨੂੰ ਫਟਕ ਦਿੰਦਾ ਹੈ ਅਤੇ ਉਹਨਾਂ ਉੱਤੇ ਪਿਹਾ ਚਲਾ ਦਿੰਦਾ ਹੈ। ਮਨੁੱਖ ਦਾ ਆਤਮਾ ਯਹੋਵਾ ਦਾ ਦੀਵਾ ਹੈ ਜਿਹੜਾ ਸਾਰੇ ਅੰਦਰਲੇ ਹਿੱਸਿਆਂ ਨੂੰ ਖੋਜਦਾ ਹੈ। ਦਇਆ ਅਤੇ ਸੱਚਾਈ ਪਾਤਸ਼ਾਹ ਦੀ ਰੱਖਿਆ ਕਰਦੀਆਂ ਹਨ, ਸਗੋਂ ਦਇਆ ਨਾਲ ਹੀ ਉਸਦੀ ਗੱਦੀ ਸੰਭਲਦੀ ਹੈ। ਜਵਾਨਾਂ ਦੀ ਸੋਭਾ ਤਾਂ ਉਹਨਾਂ ਦਾ ਬਲ ਹੈ ਅਤੇ ਬੁੱਢਿਆਂ ਦੀ ਸਜਾਵਟ ਉਹਨਾਂ ਦੇ ਧੌਲੇ ਵਾਲ ਹਨ। ਸੱਟਾਂ ਜਿਹੜੀਆਂ ਘਾਉ ਬਣਾਉਂਦੀਆਂ ਹਨ ਬੁਰਾਈ ਨੂੰ ਸਾਫ ਕਰਦੀਆਂ ਹਨ ਅਤੇ ਮਾਰ ਅੰਦਰਲੇ ਹਿੱਸਿਆਂ ਨੂੰ ਵੀ। ਆਮੀਨ। ਕਹੋਤਾਂ ਦੀ ਕਿਤਾਬ ਅਧਿਆਏ 1। ਪਾਤਸ਼ਾਹ ਦਾ ਮਨ ਯਹੋਵਾ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਗੂ ਹੈ, ਉਹ ਜਿੱਧਰ ਚਾਹੁੰਦਾ ਹੈ ਉਹਨੂੰ ਮੋੜਦਾ ਹੈ। ਮਨੁੱਖ ਦੀ ਸਾਰੀ ਚਾਲ ਉਹਦੀ ਆਪਣੀ ਨਿਗਾਹ ਵਿੱਚ ਸਿੱਧੀ ਹੈ, ਪਰ ਯਹੋਵਾ ਘੱਟ ਘੱਟ ਨੂੰ ਜਾਂਚਦਾ ਹੈ। ਚੜਾਵੇ ਨਾਲੋਂ ਧਰਮ ਅਤੇ ਨਿਉਂ ਕਰਨਾ ਯਹੋਵਾ ਨੂੰ ਚੰਗਾ ਲੱਗਦਾ ਹੈ। ਘਮੰਡੀ ਅੱਖਾਂ ਅਤੇ ਹੰਕਾਰੀ ਮਨ ਦੁਸ਼ਟ ਦਾ ਦੀਵਾ ਪਾਪ ਹਨ। ਉਦਮੀ ਦੀਆਂ ਜੁਗਤਾਂ ਨਿਰੀਆਂ ਬਾਪਰੀ ਵੱਲ ਹੁੰਦੀਆਂ ਹਨ, ਪਰ ਕਾਲੀ ਦਾ ਅੰਤ ਨਿਰੀ ਥੁੜ ਹੈ। ਝੂਠੀ ਜੀਵ ਨਾਲ ਖਜ਼ਾਨਾ ਬਣਾਉਣਾ ਮੌਤ ਦੇ ਪਾਲਣ ਵਾਲਿਆਂ ਦਾ ਉੱਡਦਾ ਸਾਹ ਹੈ। ਦੁਸ਼ਟ ਦਾ ਪੰਦਰ ਉਹਨਾਂ ਨੂੰ ਮੂੰਝ ਲੈ ਜਾਵੇਗਾ, ਕਿਉਂ ਜੋ ਉਹ ਨਿਉਂ ਕਰਨ ਤੋਂ ਮੁੱਕਰਦੇ ਹਨ। ਦੋਸ਼ੀ ਮਨੁੱਖ ਦਾ ਰਾਹ ਵਿੰਗਾ ਹੈ, ਪਰ ਸਚਾਰ ਦਾ ਕੰਮ ਸਿੱਧਾ ਹੁੰਦਾ ਹੈ। ਝਗੜਾਲੂ ਤੀਵੀਂ ਦੇ ਨਾਲ ਖੁੱਲੇ ਡੁੱਲੇ ਘਰ ਵਿੱਚ ਬਸਣ ਨਾਲੋਂ ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਹੀ ਚੰਗਾ ਹੈ। ਦੁਸ਼ਟ ਦਾ ਜੀ ਬੁਰਾਈ ਨੂੰ ਚਾਹੁੰਦਾ ਹੈ, ਉਹਦੀ ਨਿਗਾਹ ਵਿੱਚ ਆਪਣੇ ਗਵਾਂਢੀ ਲਈ ਕਿਰਪਾ ਨਹੀਂ। ਜਦੋਂ ਮਖੌਲੀਏ ਨੂੰ ਡੰਨ ਲਾਈਦਾ ਹੈ ਤਾਂ ਭੋਲਾ ਬੁੱਧਵਾਨ ਹੋ ਜਾਂਦਾ ਹੈ, ਅਤੇ ਬੁੱਧਵਾਨ ਨੂੰ ਜਦ ਸਮਝੀਦਾ ਹੈ ਤਾਂ ਉਹਨੂੰ ਗਿਆਨ ਪ੍ਰਾਪਤ ਹੁੰਦਾ ਹੈ। ਧਰਮੀ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਵੇਖਦਾ ਹੈ, ਭਾਈ ਦੁਸ਼ਟ ਦਾ ਵਿਨਾਸ਼ ਲਈ ਢਹਿ ਪੈਂਦੇ ਹਨ। ਧਰਮੀ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਵੇਖਦਾ ਹੈ, ਭਾਈ ਦੁਸ਼ਟਾਂ ਵਿਨਾਸ਼ ਲਈ ਢਹਿ ਪੈਂਦੇ ਹਨ। ਜਿਹੜਾ ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਕਰ ਲਵੇ ਉਹ ਆਪ ਵੀ ਪੁਕਾਰੇਗਾ, ਪਰ ਉਹਨੂੰ ਉੱਤਰ ਨਾ ਮਿਲੇਗਾ। ਗੁਪਤ ਵਿੱਚ ਦਿੱਤੀ ਹੋਈ ਭੇਂਟ ਨਾਲ ਕ੍ਰੋਧ ਅਤੇ ਬੁੱਕਲ ਵਿੱਚ ਦਿੱਤੀ ਹੋਈ ਵੱਡੀ ਨਾਲ ਡਾਢਾ ਗੁੱਸਾ ਠੰਡਾ ਪੈ ਜਾਂਦਾ ਹੈ। ਨਿਉਂ ਕਰਨਾ ਧਰਮੀ ਲਈ ਖੁਸ਼ੀ ਹੈ, ਪਰ ਕੁਕਰਮੀ ਲਈ ਘਬਰਾਹਟ ਹੈ। ਜਿਹੜਾ ਆਦਮੀ ਸਮਝ ਦੇ ਰਾਹ ਤੋਂ ਭਟਕਦਾ ਹੈ ਉਹਦਾ ਟਿਕਾਣਾ ਭੂਤਿਆਂ ਵਿੱਚ ਹੋਵੇਗਾ। ਜਿਹੜਾ ਰਾਗ ਰੰਗ ਨੂੰ ਪਿਆਰ ਕਰਦਾ ਹੈ ਉਹਨੂੰ ਥੁੜ ਰਹੇਗੀ। ਜਿਹੜਾ ਮੈਂ ਅਤੇ ਤੇਲ ਨੂੰ ਪਿਆਰ ਕਰਦਾ ਹੈ ਉਹ ਧਨੀ ਨਹੀਂ ਹੋਵੇਗਾ। ਧਰਮੀ ਲਈ ਦੁਸ਼ਟ ਪ੍ਰਾਚਿਤ ਹੈ ਅਤੇ ਸਚਿਆਰ ਦੀ ਥਾਂ ਛਲੀਆ। ਝਗੜਾਲੂ ਅਤੇ ਛੱਲੀ ਤੀਵੀਂ ਦੇ ਕੋਲ ਰਹਿਣ ਨਾਲੋਂ ਉਜਾੜ ਦੇਸ਼ ਵਿੱਚ ਵਸਣਾ ਚੰਗਾ ਹੈ। ਬੁੱਧਵਾਨ ਦੇ ਘਰ ਵਿੱਚ ਕੀਮਤੀ ਖਜ਼ਾਨਾ ਅਤੇ ਤੇਲ ਹੁੰਦਾ ਹੈ, ਪਰ ਮੂਰਖ ਆਦਮੀ ਉਹਨੂੰ ਉਡਾ ਦਿੰਦਾ ਹੈ। ਜਿਹੜਾ ਧਰਮ ਅਤੇ ਦਇਆ ਦਾ ਪਿੱਛਾ ਕਰਦਾ ਹੈ ਉਹ ਜਿਉਣ ਧਰਮ ਅਤੇ ਆਦਰ ਪਾਉਂਦਾ ਹੈ। ਬੁੱਧਵਾਨ ਪੁਰਸ਼ ਬਲਵਾਨਾਂ ਦੇ ਨਗਰ ਉੱਤੇ ਚੜ੍ਹਾਈ ਕਰਦਾ ਹੈ ਅਤੇ ਉਹਦੇ ਭਰੋਸੇ ਦੇ ਬਲ ਨੂੰ ਹੇਠਾਂ ਲਾ ਦਿੰਦਾ ਹੈ। ਜਿਹੜਾ ਆਪਣੇ ਮੂੰਹ ਅਤੇ ਆਪਣੀ ਜੀਵ ਦੀ ਰਾਖੀ ਕਰਦਾ ਹੈ ਉਹ ਆਪਣੀ ਜਾਨ ਦੀ ਬਿਪਤਾ ਤੋਂ ਰਾਖੀ ਕਰਦਾ ਹੈ। ਹੰਕਾਰੀ ਅਤੇ ਅਭਿਮਾਨੀ ਉਹਦਾ ਨਾਂ ਮਖੌਲੀਆ ਹੈ, ਉਹ ਡਾਢੇ ਹੰਕਾਰ ਨਾਲ ਕੰਮ ਕਰਦਾ ਹੈ। ਆਲਸੀ ਦੀ ਇੱਛਾ ਉਹਨੂੰ ਮਾਰ ਸੁੱਟਦੀ ਹੈ, ਉਹਦੇ ਹੱਥ ਕੰਮ ਕਰਨ ਤੋਂ ਨਾ ਜੋ ਕਰਦੇ ਹਨ। ਕੋਈ ਤਾਂ ਦਿਨ ਭਰ ਲੋਭ ਹੀ ਕਰਦਾ ਰਹਿੰਦਾ ਹੈ, ਪਰ ਧਰਮੀ ਦਿੰਦਾ ਤੇ ਰੁਕਦਾ ਨਹੀਂ। ਦੁਸ਼ਟ ਦਾ ਚੜਾਵਾ ਘਿਨਾਉਣਾ ਹੈ, ਕਿੰਨੀ ਵਧੀਕ ਜਦ ਉਹ ਬੁਰੀ ਨੀਤ ਨਾਲ ਉਹਨੂੰ ਲਿਆਉਂਦਾ ਹੈ। ਝੂਠੇ ਗਵਾਹ ਦਾ ਨਾਸ਼ ਹੁੰਦਾ ਹੈ, ਪਰ ਮਨੁੱਖ ਜੋ ਸੁਣਦਾ ਹੈ ਉਹ ਉਹਦਾ ਬੋਲ ਪੱਕਾ ਹੈ। ਦੁਸ਼ਟ ਮਨੁੱਖ ਆਪਣਾ ਮੁੱਖ ਕਰੜਾ ਬਣਾਉਂਦਾ ਹੈ, ਪਰ ਸਚਿਆਰ ਆਪਣੇ ਰਾਹ ਨੂੰ ਕਾਇਮ ਕਰਦਾ ਹੈ। ਕੋਈ ਬੁੱਧ, ਕੋਈ ਮਤ, ਕੋਈ ਸਲਾਹ ਨਹੀਂ ਜੋ ਯਹੋਵਾ ਦੇ ਵਿਰੋਧ ਚੱਲੇ। ਯੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾ ਵੱਲੋਂ ਹੁੰਦੀ ਹੈ। ਆਮੀਨ। ਕਹੋਤਾਂ ਦੀ ਕਿਤਾਬ ਅਧਿਆਏ 22। ਵੱਡੇ ਧਨ ਨਾਲੋਂ ਨੇਕ ਨਾਮੀ ਚੁਣਨੀ ਚਾਹੀਦੀ ਹੈ ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ। ਧਨੀ ਅਤੇ ਦੀਨ ਇੱਕ ਦੂਜੇ ਨਾਲ ਮਿਲਦੇ ਹਨ, ਉਹਨਾਂ ਸਭਨਾਂ ਦਾ ਕਰਤਾ ਯਹੋਵਾ ਹੈ। ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵੱਧ ਕੇ ਕਸ਼ਟ ਭੋਗਦੇ ਹਨ। ਅਧੀਨਗੀ ਅਤੇ ਯਹੋਵਾ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜਿਉਣ ਹੈ। ਟੇਡਿਆਂ ਦੇ ਰਾਹ ਵਿੱਚ ਕੰਡੇ ਅਤੇ ਫਾਹੀਆਂ ਹੁੰਦੀਆਂ ਹਨ। ਜਿਹੜਾ ਆਪਣੀ ਜਾਨ ਦੀ ਰੱਖਿਆ ਕਰਦਾ ਹੈ ਉਹ ਉਹਨਾਂ ਤੋਂ ਲਾਂਭੇ ਰਹਿੰਦਾ ਹੈ। ਬਾਲਕ ਨੂੰ ਉਹਦਾ ਠੀਕ ਰਾਹ ਸਿਖਲਾ ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ। ਧਨਵਾਨ ਦੀਨਾ ਉੱਤੇ ਹੁਕਮ ਚਲਾਉਂਦਾ ਹੈ ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ। ਜਿਹੜਾ ਸ਼ਰਾਰਤ ਬੀਜਦਾ ਹੈ ਉਹ ਬਿਪਤਾ ਹੀ ਵੱਢੇਗਾ।
ਅਤੇ ਉਹਦੇ ਕਹਿਰ ਦੀ ਲਾਠੀ ਟੁੱਟ ਜਾਵੇਗੀ। ਜਿਹੜਾ ਭਲਾਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ, ਕਿਉਂ ਜੋ ਉਹ ਗਰੀਬ ਨੂੰ ਆਪਣੀ ਰੋਟੀ ਵਿੱਚੋਂ ਦਿੰਦਾ ਹੈ। ਮਖੌਲੀਏ ਨੂੰ ਕੱਢ ਦੇ ਤਾਂ ਬਖੇੜਾ ਮੁੱਕ ਜਾਵੇਗਾ, ਨਾਲੇ ਝਗੜਾ ਅਤੇ ਨਮੁਸ਼ੀ ਮਿਟ ਜਾਵੇਗੀ। ਜਿਹੜਾ ਦਿਲ ਦੀ ਸਫਾਈ ਨਾਲ ਪ੍ਰੇਮ ਰੱਖਦਾ ਹੈ, ਜਿਹਦੇ ਬੁੱਲ ਦਇਆਵਾਨ ਹਨ, ਪਾਤਸ਼ਾਹ ਉਹਦਾ ਮਿੱਤਰ ਹੋਵੇਗਾ। ਯਹੋਵਾ ਦੀ ਨਿਗਾਹ ਗਿਆਨ ਦੀ ਰਕਸ਼ਾ ਕਰਦੀ ਹੈ, ਪਰ ਸ਼ਲੀਏ ਦੀਆਂ ਗੱਲਾਂ ਨੂੰ ਉਹ ਉਲਟ ਉਲਟ ਕਰ ਦਿੰਦਾ ਹੈ। ਆਲਸੀ ਆਖਦਾ ਹੈ, ਭਾਈ ਬਾਹਰ ਤਾਂ ਸ਼ੀਂਹ ਹੈ, ਮੈਂ ਗਲੀਆਂ ਵਿੱਚ ਪਾੜਿਆ ਜਾਵਾਂਗਾ। ਪਰਾਈ ਤੀਮੀ ਦਾ ਮੂੰਹ ਇੱਕ ਡੂੰਘਾ ਟੋਆ ਹੈ, ਉਹਦੇ ਵਿੱਚ ਉਹ ਡਿੱਗਦਾ ਹੈ ਜਿਸ ਨਾਲ ਯਹੋਵਾ ਨਾਰਾਜ਼ ਹੈ। ਬਾਲਕ ਦੇ ਮਨ ਵਿੱਚ ਮੂਰਖਤਾਈ ਵਧੀ ਹੋਈ ਹੁੰਦੀ ਹੈ, ਤਾੜ ਦੀ ਛੱਟੀ ਉਹਨੂੰ ਉਸ ਤੋਂ ਦੂਰ ਕਰ ਦਿੰਦੀ ਹੈ। ਜਿਹੜਾ ਆਪਣਾ ਧਨ ਵਧਾਉਣ ਲਈ ਗਰੀਬ ਉੱਤੇ ਹਨੇਰ ਕਰਦਾ ਹੈ ਅਥਵਾ ਧਨਵਾਨ ਨੂੰ ਦਿੰਦਾ ਹੈ, ਉਹਨੂੰ ਥੋੜੀ ਹੀ ਜਾਣੇਗਾ। ਕੰਨ ਧਰ ਕੇ ਬੁੱਧਵਾਨਾਂ ਦੇ ਵਚਨ ਸੁਣ ਅਤੇ ਮੇਰੇ ਗਿਆਨ ਵੱਲ ਆਪਣਾ ਚਿੱਤ ਲਾ। ਇਹ ਤਾਂ ਮਨ ਭਾਉਣੀ ਗੱਲ ਹੈ ਜੋ ਤੂੰ ਆਪਣੇ ਵਿੱਚ ਉਹਨਾਂ ਦੀ ਪਾਲਣਾ ਕਰੇ ਅਤੇ ਉਹ ਸਭ ਤੇਰੇ ਬੁੱਲਾਂ ਉੱਤੇ ਤਿਆਰ ਰਹੇ। ਮੈਂ ਅੱਜ ਦੇ ਦਿਨ ਹਾਂ ਤੈਨੂੰ ਹੀ ਜਿਤਾ ਦਿੰਦੀਆਂ ਹਨ। ਭਾਈ ਤੇਰਾ ਭਰੋਸਾ ਯਹੋਵਾ ਉੱਤੇ ਹੋਵੇ। ਭਲਾ ਮੈਂ ਤੇਰੇ ਲਈ 30 ਗੱਲਾਂ ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ? ਭਾਈ ਮੈਂ ਤੈਨੂੰ ਸੱਚਾਈ ਦੇ ਵਚਨਾਂ ਦੀ ਖਰਿਆਈ ਸਿਖਾਵਾਂਗਾ ਕਿ ਤੂੰ ਸੱਚਾਈ ਦੇ ਵਚਨ ਆਪਣੇ ਕੱਲਣ ਵਾਲਿਆਂ ਕੋਲ ਲੈ ਜਾਵੇਂ। ਮਸਕੀਨ ਨੂੰ ਨਾ ਲੁੱਟ, ਕਿਉਂ ਜੋ ਉਹ ਗਰੀਬ ਹੈ, ਅਤੇ ਨਾ ਦੁਖੀਏ ਉੱਤੇ ਫਾਟਕ ਵਿੱਚ ਹਨੇਰ ਕਰ, ਕਿਉਂ ਜੋ ਯਹੋਵਾ ਉਹਨਾਂ ਦਾ ਮੁਕੱਦਮਾ ਲੜੇਗਾ ਅਤੇ ਉਹਨਾਂ ਦੇ ਲੁੱਟਣ ਵਾਲਿਆਂ ਦੀ ਜਾਨ ਨੂੰ ਲੁੱਟੇਗਾ। ਕ੍ਰੋਧੀ ਦਾ ਮੇਲੀ ਨਾ ਬਣੀ ਅਤੇ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀ। ਕਿਤੇ ਇਉਂ ਨਾ ਹੋਵੇ ਜੋ ਤੂੰ ਉਹਦੀ ਚਾਲ ਸਿੱਖ ਲਵੇਂ ਅਤੇ ਤੇਰੀ ਜਾਨ ਫਾਹੀ ਵਿੱਚ ਫਸ ਜਾਵੇ। ਜਿਹੜੇ ਹੱਥ ਮਾਰਦੇ ਅਤੇ ਕਰਜਈ ਦੇ ਜਾਮਨ ਬਣਦੇ ਹਨ, ਤੂੰ ਉਹਨਾਂ ਦੇ ਵਿੱਚ ਨਾ ਹੋ। ਜੇ ਤੇਰੇ ਕੋਲ ਭਰਨ ਨੂੰ ਕੁਝ ਨਾ ਹੋਵੇ ਤਾਂ ਕੋਈ ਤੇਰੇ ਵਿਛਾਉਣੇ ਨੂੰ ਤੇਰੇ ਹੇਠੋਂ ਕਿਉਂ ਖਿੱਚ ਲੈ ਜਾਵੇਗੀ? ਜਿਹੜੇ ਪੁਰਾਣੇ ਠੱਡੇ ਤੇਰੇ ਵੱਡਿਆਂ ਨੇ ਲਾਏ ਸਨ, ਉਹਨਾਂ ਨੂੰ ਤੂੰ ਨਾ ਸਰਕਾ। ਤੂੰ ਕਿਸੇ ਨੂੰ ਉਹਦੇ ਕੰਮ ਵਿੱਚ ਚਤਰ ਵੇਖਦਾ ਹੈ, ਪਾਤਸ਼ਾਹ ਦੇ ਸਨਮੁਖ ਖਲੋਵੇਗਾ, ਉਹ ਤੁੱਛ ਲੋਕਾਂ ਦੇ ਅੱਗੇ ਖਲੋਵੇਗਾ। ਕਹਾਉਤਾਂ ਦੀ ਕਿਤਾਬ ਅਧਿਆਏ 23। ਨਾਨਾ ਪ੍ਰਕਾਰ ਦੀਆਂ ਵਿਧੀਆਂ ਅਤੇ ਨਸੀਹਤਾਂ। ਜਾਂ ਤੂੰ ਕਿਸੇ ਹਾਕਮ ਦੇ ਨਾਲ ਰੋਟੀ ਖਾਣ ਬੈਠੇ ਤਾਂ ਚੰਗੀ ਤਰ੍ਹਾਂ ਸੋਚ, ਭਾਈ ਤੇਰੇ ਸਾਹਮਣੇ ਕੌਣ ਹੈ? ਜੇ ਤੂੰ ਬੇਟੂ ਹੈ ਤਾਂ ਆਪਣੇ ਗਲੇ ਉੱਤੇ ਛੁਰੀ ਰੱਖ, ਉਹਦੇ ਸਵਾਦਲੇ ਭੋਜਨ ਦਾ ਲੋਭ ਨਾ ਕਰੀ, ਕਿਉਂ ਜੋ ਉਹ ਧੋਖੇ ਦੀ ਰੋਟੀ ਹੈ। ਧੰਨਵਾਨ ਹੋਣ ਦੀ ਖੇਚਲ ਨਾ ਕਰ, ਆਪਣੀ ਸਿਆਣਪ ਨੂੰ ਛੱਡ ਦੇ। ਭਲਾ ਤੂੰ ਮਾਇਆ ਉੱਤੇ ਆਪਣੀ ਨਿਗਾਹ ਲਾਵੇਗਾ, ਉਹਨੂੰ ਜ਼ਰੂਰ ਪਰ ਲੱਗਦੇ ਅਤੇ ਉਕਾਬ ਵਾਂਗੂ ਆਕਾਸ਼ ਵੱਲ ਉੱਡ ਜਾਂਦੀ ਹੈ। ਤੂੰ ਬੰਦ ਨਜ਼ਰ ਦੀ ਰੋਟੀ ਨਾ ਖਾ, ਨਾ ਉਹਦੇ ਸਵਾਦਲੇ ਭੋਜਨ ਦਾ ਲੋਭ ਕਰ, ਕਿਉਂ ਜੋ ਜਿਹੇ ਉਹਦੇ ਮਨ ਦੇ ਵਿਚਾਰ ਹਨ ਤਿਹਾ ਉਹ ਆਪ ਹੈ। ਉਹ ਤੈਨੂੰ ਆਖਦਾ ਤਾਂ ਹੈ ਖਾ ਪੀ, ਪਰ ਉਹਦਾ ਮਨ ਤੇਰੇ ਵੱਲ ਨਹੀਂ। ਜੋ ਗ੍ਰਾਹੀ ਤੈਂ ਖਾਧੀ ਹੈ ਉਹਨੂੰ ਉਗਲ ਦੇਵੇਗਾ ਅਤੇ ਆਪਣੀਆਂ ਮਿੱਠੀਆਂ ਗੱਲਾਂ ਨੂੰ ਗਵਾ ਬੈਠੇਗਾ। ਮੂਰਖ ਦੇ ਸੁਣਦਿਆਂ ਤੇ ਨਾ ਬੋਲ, ਕਿਉਂ ਜੋ ਉਹ ਤੇਰੇ ਸਿਆਣੇ ਬੋਲ ਨੂੰ ਤੁੱਛ ਨਹੀਂ ਜਾਣੇਗਾ। ਪੁਰਾਣੇ ਠੱਡਿਆਂ ਨੂੰ ਨਾ ਸ਼ਿਰਕਾ ਅਤੇ ਯਤੀਮਾਂ ਦੇ ਖੇਤ ਵਿੱਚ ਨਾ ਬੜ, ਕਿਉਂ ਜੋ ਉਹਨਾਂ ਦਾ ਛੁਡਾਉਣ ਵਾਲਾ ਸਮਰਥ ਹੈ, ਉਹਨਾਂ ਦਾ ਮੁਕੱਦਮਾ ਤੇਰੇ ਨਾਲ ਉਹ ਲੜੇਗਾ। ਆਪਣਾ ਮਨ ਸਿੱਖਿਆ ਵੱਲ ਅਤੇ ਆਪਣੇ ਕੰਨ ਗਿਆਨ ਦੀਆਂ ਗੱਲਾਂ ਵੱਲ ਲਾ। ਬਾਲਕ ਦੇ ਤਾੜਨ ਤੋਂ ਨਾ ਰੁਕ, ਭਾਵੇਂ ਤੂੰ ਛਟੀ ਨਾਲ ਉਹਨੂੰ ਮਾਰੇ ਤਾਂ ਉਹ ਨਾ ਮਰੇਗਾ। ਤੂੰ ਛਟੀ ਨਾਲ ਉਹਨੂੰ ਮਾਰ ਅਤੇ ਉਹਦੀ ਜਾਨ ਨੂੰ ਪਤਾਲੋਂ ਬਚਾ ਲੈ। ਹੇ ਮੇਰੇ ਪੁੱਤਰ, ਜੇ ਤੇਰਾ ਮਨ ਬੁੱਧਵਾਨ ਹੋਵੇ ਤਾਂ ਮੇਰਾ ਮਨ ਆਨੰਦ ਹੋਵੇਗਾ, ਹਾਂ ਮੇਰਾ ਵੀ। ਅਤੇ ਜਾਂ ਤੇਰੇ ਬੁੱਲਾਂ ਤੋਂ ਸਿੱਧੀਆਂ ਗੱਲਾਂ ਨਿਕਲਣਗੀਆਂ ਤਾਂ ਮੇਰਾ ਦਿਲ ਬਾਗ ਬਾਗ ਹੋਵੇਗਾ। ਤੇਰਾ ਮਨ ਪਾਪੀਆਂ ਦੀ ਰੀਸ ਨਾ ਕਰੇ, ਸਗੋਂ ਤੂੰ ਦਿਨ ਭਰ ਯਹੋਵਾ ਦਾ ਭੈ ਮੰਨ, ਕਿਉਂ ਜੋ ਸੱਚਮੁੱਚ ਆਖਰ ਹੈ ਅਤੇ ਤੇਰੀ ਆਸ਼ ਨਾ ਟੁੱਟੇਗੀ। ਹੇ ਮੇਰੇ ਪੁੱਤਰ, ਤੂੰ ਸੁਣ ਅਤੇ ਬੁੱਧਵਾਨ ਅਤੇ ਆਪਣੇ ਮਨ ਨੂੰ ਸਿੱਧੇ ਰਾਹ ਵਿੱਚ ਚਲਾ। ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ, ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ ਅਤੇ ਨੀਂਦਰ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ। ਆਪਣੇ ਪਿਓ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈ, ਅਤੇ ਆਪਣੀ ਮਾਂ ਨੂੰ ਉਹਦੇ ਬੁਢਾਪੇ ਦੇ ਸਮੇਂ ਪੁੱਛ ਨਾ ਜਾਣ। ਸੱਤ ਨੂੰ ਮੁੱਲ ਲੈ, ਉਹਨੂੰ ਵੇਚੀ ਨਾ,
नाले बुद्ध सिख्या अते समझ नूं भी धर्म दा प्यो अत खुश होवेगा अते जिदे बुद्धवान पुत्र जम्मे वो उस उत्ते आनंद रहेगा। तेरे मापे आनंद होण तेरी जनन वाली खुश होवे। हे मेरे पुत्र अपना दिल मैनू दे अते तेरियां अखां मेरे रावल लगियां रहन। कंजरी तां एक डूंगा टोआ है अते उपरी तीवी एक पीड़ा खूह है। ओ ताड़वी बांगर शैलौंदी अते आदमियां विच बेईमाना दी गिणती वधाउंदी है। कौन हाय हाय करदा है, कौन हमसोस करदा है, कौन झगड़ालू है, कौन कुड़दा है, कौन एवें कायल करदा है अते कीदियां अखां विच लाली रहिंदी है। ओ धन हन जिहड़े मैं उत्ते चिर लाउंदे, ओहो हन जिहड़े मैं उत्ते चिर लाउंदे अते रली हुई शराब दी भाल करदे हन। जदों शराब लाल होवे, जद ओ प्याले विच चमके अते जद ओ सहज नाल हेठां उतरे तां ओदे वल ना तक उड़क ओ सप दी न्याई दसदी अते ठूहे वांगू डंग मारदी है। तेरियां अखियां अनोखियां चीजां वेखणगियां अते तेरा मन उल्टियां गल्लां उचारेगा। तू सोग ओदे वर्गा बन जावेगा जिहड़ा समुंदर विच लम्मा पवे अथवा मस्तूल दे सिरे उत्ते लेट जावे। तू आखेगा भाई मैं मार ता खादी पर मैनू पीड़ ना होई, मैं कुटिया ता गया पर मैनू कुछ शुद्ध नहीं सी, मैं सुरत विच कद आवांगा मैं फिर उसकी भाल करांगा। कहौतां दी किताब अध्याय 24। बुरियां मनुखां उत्ते खुणस ना कर अते ना ही उन्हां दी संगत दी चाह रख, क्यों जो उन्हां दा मन हनेर करन विच लगा रहिंदा है अते उन्हां दे बुल शरारत दियां गल्लां करदे हन। बुद्ध नाल घर बनाईदा है अते समझ नाल ओ अस्थिर रहिंदा है। ज्ञान दे राही ओदियां कोठड़ियां सब प्रकार दे अनमोल अते मन पौंदे पदार्थां नाल भरदियां हन। बुद्धवान पुरख बलवान है अते ज्ञानी मनुख शक्ति बधाई जांदा है। तू चंगी मत लै के ता अपना युद्ध कर, बहुते सलाहुआं नाल ही बचाओ है। बुद्ध मूर्ख तों बहुत उची है, ओ फाटक विच मुंह नहीं खोलदा। जेड़ा बुराई सोचदा है ओनूं लोक फटड़ियां दा फेट आखणगे। मूर्खताई दी जुगती पाप है अते मखौलिया आदमियां लई घिनौना है। जे तू बिपता दे दिन ढिल्ला पै जावे ता तेरा बल वल घट है। जिहड़े मौत लई लए जांदे हन, जिहड़े घात होण लई झुलदे फिरदे हन, उन्हां नूं छड़ाउण तों ना रुक। जे तू आखे लो सानूं तां इस गल दा पता ही नहीं सी, तां जिहड़ा दिलां नूं जांचदा है भला ओह नहीं समझदा, अते तेरी जिंद दा राखा इह नहीं जाणदा भला ओह आदमी नूं ओहदियां करनियां दा फल ना देवेगा। हे मेरे पुत्तर तू शहद खा तू चंगा जो ही मेरे पुत्र तू शहद खा ओ चंगा जो है अते खमीर दा टपका तेरे तालू नू मिठा लगेगा। जान लै कि बुद्ध तेरी जान लई इसे तरह है। जे ओ तेनू लब्बे ता ओदा आखर है अते तेरी आश ना टुटेगी। हे दुष्ट धर्मी दी वसों दी घात विच ना बैठ, उस दे विश्राम दे थान ना उजाड़। धर्मी सत वारी डिग के उठ खलोंदा है पर दुष्ट बिपता नाल उलटाए जांदे हन। जद तेरा वैरी डिगे ता तू आनंद ना होवे अते जो ठोकर खावे ता तेरा मन प्रसन्न ना होवे। मते यहोवा ए वेख के बुरा मन्ने अते अपना क्रोध उस तो हटा लवे। कु करमी दे कारण तू ना कुड़ ना दुष्ट उते खुणस कर, क्यों जो बुराई लई अगे नू कोई आस नहीं, दुष्टां दा दीवा बुझाया जावेगा। ही मेरे पुत्र यहोवा दा अते पातशाह दा भय मन अते फिरतुआं नाल ना रण, क्यों जो उन्हां वल्लों बिपता अचानक आवेगी अते उन्हां दोहां वल्लों दी बर्बादी नू कौन जानदा है। इह वी बुद्धवानां दे वांग बाक हन, अदालत विच रली रह करनी चंगी नहीं। जेड़ा
दुष्ट नूं आखदा है तू धर्मी है ओनू लोक फिटकारनगे ते उम्मतां उस तों घिण करनगियां पर जो उस नूं ताड़दे हन ਉਹ ਖੁਸ਼ ਹੋਣਗੇ ਅਤੇ ਉਹਨਾਂ ਤੇ ਚੰਗੀ ਬਰਕਤ ਆਵੇਗੀ ਜਿਹੜਾ ਸੱਚਾ ਉੱਤਰ ਦਿੰਦਾ ਹੈ ਉਹ ਬੁੱਲਾਂ ਦਾ ਚੁੰਮਾ ਲੈਂਦਾ ਹੈ ਪਹਿਲਾਂ ਬਾਹਰ ਆਪਣਾ ਕੰਮ ਤਿਆਰ ਕਰ ਅਤੇ ਖੇਤ ਨੂੰ ਸਵਾਰ ਫਿਰ ਆਪਣਾ ਘਰ ਬਣਾ ਆਪਣੇ ਗਵਾਂਢੀ ਦੇ ਵਿਰੋਧ ਨਿੱਕੀ ਨਿਹੱਕੀ ਗਵਾਹੀ ਨਾ ਦੇ ਆਪਣੇ ਗਵਾਂਢੀ ਦੇ ਵਿਰੋਧ ਨਿਹੱਕੀ ਗਵਾਹੀ ਨਾ ਦੇ ਆਪਣੀਆਂ ਬੁੱਲਾਂ ਨਾਲ ਧੋਖਾ ਨਾ ਦੇ ਇਹ ਨਾ ਆਖੀ ਭਾਈ ਜਿਵੇਂ ਉਹਨੇ ਮੇਰੇ ਨਾਲ ਕੀਤਾ ਤਿਵੇਂ ਮੈਂ ਵੀ ਉਹਦੇ ਨਾਲ ਕਰਾਂਗਾ ਉਸ ਮਨੁੱਖ ਦੇ ਕੀਤੇ ਦਾ ਬਦਲਾ ਲਵਾਂਗਾ ਮੈਂ ਆਲਸੀ ਮਨੁੱਖ ਦੇ ਖੇਤ ਦੇ ਅਤੇ ਨਿਰਬੁੱਧ ਆਦਮੀ ਦੇ ਅੰਗੂਰੀ ਬਾਗ ਦੇ ਲਾਗਿਓਂ ਲੰਘਿਆ ਤਾਂ ਵੇਖੋ ਉੱਥੇ ਸਭ ਕੰਡੇ ਹੀ ਕੰਡੇ ਜੰਮ ਪਏ ਸਨ ਉਹ ਪਖੜਿਆਂ ਨਾਲ ਕੱਢਿਆ ਹੋਇਆ ਸੀ ਅਤੇ ਉਹਦੀ ਪੱਕੀ ਕੰਧ ਤਾਂ ਵੇਖੋ ਉਹ ਸਭ ਹੀ ਕੰਡੇ ਜੰਮ ਪਏ ਸਨ ਉਹ ਪਖੜਿਆਂ ਨਾਲ ਕੱਢਿਆ ਹੋਇਆ ਸੀ ਅਤੇ ਉਹਦੀ ਕੰਧ ਢੱਕੀ ਪਈ ਸੀ ਤਾਂ ਮੈਂ ਝਾਤੀ ਮਾਰ ਕੇ ਦਿਲ ਤੇ ਲਿਆਂਦਾ ਮੈਂ ਵੇਖ ਕੇ ਸਿੱਖਿਆ ਪ੍ਰਾਪਤ ਕੀਤੀ ਰੱਤੀ ਕਨੀਂਦ ਰੱਤੀ ਕੂੰਗ ਰੱਤੀਕ ਹੱਥ ਇਕੱਠੇ ਕਰਕੇ ਲੰਮਾ ਪੈਣਾ ਇਸ ਤਰ੍ਹਾਂ ਗਰੀਬੀ ਤਾੜਵੀ ਵਾਂਗੂ ਅਤੇ ਤੰਗੀ ਸ਼ਸਤਰਧਾਰੀ ਵਾਂਗੂ ਤੇਰੇ ਉੱਤੇ ਆਪੇਗੀ ਆਮੀਨ ਤੋਹਤਾਂ ਦੀ ਕਿਤਾਬ ਅਧਿਆਇ 25 ਦ੍ਰਿਸ਼ਟਤਾਈ ਉਪਦੇਸ਼ ਇਹ ਵੀ ਸੁਲੇਮਾਨ ਦੀਆਂ ਕਹੋਤਾਂ ਹਨ ਜਿਨ੍ਹਾਂ ਦੀ ਯਹੋਵਾ ਦੇ ਪਾਤਸ਼ਾਹ ਹਿਜ਼ਕੀ ਜ਼ਾ ਦੇ ਆਦਮੀਆਂ ਨੇ ਨਕਲ ਕੀਤੀ ਪਰਮੇਸ਼ੁਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੈ ਪਰ ਪਾਤਸ਼ਾਹ ਦੀ ਮਹਿਮਾ ਗੱਲ ਦੀ ਪੜਤਾਲ ਕਰਨ ਵਿੱਚ ਹੁੰਦੀ ਹੈ ਆਕਾਸ਼ ਦੀ ਉਚਾਈ ਧਰਤੀ ਦੀ ਡੂੰਘਾਈ ਅਤੇ ਪਾਤਸ਼ਾਹ ਦਾ ਮਨ ਅਗੋਚਰ ਹਨ ਚਾਂਦੀ ਦਾ ਖੋਟ ਕੱਢੋ ਤਾਂ ਸ਼ਰਾਪ ਲਈ ਭਾਂਡਾ ਬਣੇਗਾ ਪਾਤਸ਼ਾਹ ਦੇ ਅੱਗੋਂ ਦੁਸ਼ਟ ਕੱਢੋ ਤਾਂ ਉਹਦੀ ਗੱਦੀ ਧਰਮ ਨਾਲ ਅਸਥਿਰ ਹੋ ਜਾਵੇ ਪਾਤਸ਼ਾਹ ਦੇ ਹਜ਼ੂਰ ਆਪਣਾ ਆਦਰ ਨਾ ਕਰ ਅਤੇ ਵੱਡਿਆਂ ਲੋਕਾਂ ਦੀ ਥਾਂ ਉੱਤੇ ਨਾ ਖਲੋ ਕਿਉਂ ਜੋ ਉਸ ਪਤਵੰਤ ਦੇ ਸਾਹਮਣੇ ਨੀਵਿਆਂ ਕੀਤੇ ਜਾਣ ਨਾਲੋਂ ਤੇਰੇ ਲਈ ਇਹ ਚੰਗਾ ਹੈ ਭਾਈ ਤੈਨੂੰ ਆਖਿਆ ਜਾਵੇ ਇਧਰ ਉਤਾਹਾਂ ਆ ਜਾ ਜਿਵੇਂ ਤੇਰੀਆਂ ਅੱਖੀਆਂ ਨੇ ਵੇਖਿਆ ਹੈ ਝਗੜਾ ਕਰਨ ਲਈ ਛੇਤੀ ਅਗਾਹਾਂ ਨਾ ਹੋ ਉੜਕ ਜਾ ਤੇਰੇ ਗਵਾਂਢੀ ਤੈਨੂੰ ਸ਼ਰਮਿੰਦਿਆ ਨਾ ਕਰੇ ਉੜਕ ਜਾ ਤੇਰਾ ਗਵਾਂਢੀ ਤੈਨੂੰ ਸ਼ਰਮਿੰਦਿਆ ਕਰੇ ਤਾਂ ਤੂੰ ਕੀ ਕਰੇਗਾ ਉੜਕ ਝਗੜਾ ਕਰਨ ਲਈ ਛੇਤੀ ਅਗਾਹਾਂ ਨਾ ਹੋ ਉੜਕ ਜਾ ਤੇਰਾ ਗਵਾਂਢੀ ਤੈਨੂੰ ਸ਼ਰਮਿੰਦਿਆ ਕਰੇ ਤਾਂ ਤੂੰ ਕੀ ਕਰੇਗਾ ਆਪਣੇ ਗਵਾਂਢੀ ਨਾਲ ਹੀ ਆਪਣੇ ਝਗੜੇ ਤੇ ਆਪਣੀ ਗੱਲਬਾਤ ਕਰ ਅਤੇ ਇਸ ਭੇਤ ਨੂੰ ਕਿਸੇ ਦੂਜੇ ਤੇ ਨਾ ਖੋਲ ਮਤੇ ਸੁਣਨ ਵਾਲਾ ਤੈਨੂੰ ਬੁਰਾ ਭਲਾ ਕਹੇ ਅਤੇ ਤੇਰਾ ਅਪਜਸ ਨਾ ਮਿਟੇ ਟਿਕਾਣੇ ਸਿਰ ਆਖੇ ਹੋਏ ਵਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ ਬੁੱਧਵਾਨ ਦੀ ਤਾੜ ਸੁਣਨ ਵਾਲੇ ਦੇ ਕੰਨ ਲਈ ਸੋਨੇ ਦੀ ਬਾਲੀ ਅਤੇ ਕੁੰਦਨ ਦਾ ਗਹਿਣਾ ਹੈ ਜਿਵੇਂ ਵਾਢੀ ਦੇ ਦਿਨ ਬਰਫ਼ ਦੀ ਠੰਡ ਹੁੰਦੀ ਹੈ ਉਵੇਂ ਹੀ ਮਤਵਾਰ ਸੁਨੇਹਾ ਆਪਣੇ ਘਰ ਘੱਲਣ ਵਾਲਿਆਂ ਦੇ ਲਈ ਹੁੰਦਾ ਹੈ ਕਿਉਂ ਜੋ ਉਹ ਆਪਣੇ ਮਾਲਕ ਦਾ ਜੀ ਠੰਡਾ ਕਰਦਾ ਹੈ ਜਿਹੜਾ ਦਾਨ ਦਿੱਤਿਆਂ ਬਿਨਾਂ ਹੀ ਫੋਕੀ ਵਡਿਆਈ ਮਾਰਦਾ ਹੈ ਉਹ ਉਸ ਬੱਦਲ ਤੇ ਪੌਣ ਵਰਗਾ ਹੈ ਜਿਹਦੇ ਵਿੱਚ ਵਰਖਾ ਨਾ ਹੋਵੇ ਧੀਰਜ ਨਾਲ ਹਾਕਮ ਰਾਜੀ ਹੋ ਜਾਂਦਾ ਹੈ ਅਤੇ ਕੋਮਲ ਰਸ਼ਨਾ ਹੱਡੀ ਨੂੰ ਵੀ ਭੰਨ ਕੁੱਟਦੀ ਹੈ ਜੇ ਤੈਨੂੰ ਸ਼ਹਿਦ ਲੱਭਾ ਹੈ ਤਾਂ ਜਿੰਨਾ ਤੈਨੂੰ ਲੋੜੀਦਾ ਹੈ ਓਨਾ ਹੀ ਖਾ ਕਿਤੇ ਵਧੇਰੇ ਖਾ ਕੇ ਉਪਲਸ਼ ਨਾ ਦੇਵੇਂ ਆਪਣੇ ਗਵਾਂਢੀ ਦੇ ਘਰ ਪੈਰ ਤਾਂ ਧਰੀ ਪਰ ਸੰਗ ਬੋਝ ਕੇ ਅਜਿਹਾ ਨਾ ਹੋਵੇ ਭਾਈ ਅੱਕ ਕੇ ਤੈਥੋਂ ਕਰਾਹਤ ਕਰੇ ਜਿਹੜਾ ਆਪਣੇ ਗਵਾਂਢੀ ਦੇ ਉੱਤੇ ਝੂਠੀ ਗਵਾਹੀ ਦਿੰਦਾ ਹੈ ਉਹ ਗੁਰਜ ਅਤੇ ਤਲਵਾਰ ਅਤੇ ਤਿੱਖਾ ਬਾਣ ਹੈ ਬਿਪਤਾ ਦੇ ਵੇਲੇ ਬੇਹਿੱਸਾਏ ਮਨੁੱਖ ਦਾ ਵਿਸਾ ਕਰਨਾ ਖਰਾਬ ਦੰਦ ਅਤੇ ਮੋਚੇ ਹੋਏ ਪੈਰ ਵਰਗਾ ਹੈ ਕਿਸੇ ਸੋਗੀ ਦੇ ਅੱਗੇ ਰਾਗ ਗਾਉਣਾ
ਜਣਿਆਂ ਨਾਲੋਂ ਵੀ ਜੋ ਠੀਕ ਉੱਤਰ ਦੇਣ ਯੋਗ ਹਨ ਬੁੱਧਵਾਨ ਹੈ। ਜਿਹੜਾ ਰਾਹ ਤੁਰਦਿਆਂ ਜੋ ਠੀਕ ਉੱਤਰ ਦੇਣ ਯੋਗ ਹਨ ਬੁੱਧਵਾਨ ਹੈ। ਜਿਹੜਾ ਰਾਹ ਤੁਰਦਿਆਂ ਪਰਾਏ ਝਗੜੇ ਵਿੱਚ ਪੈਰ ਅੜਾਉਂਦਾ ਉਹ ਉਸ ਵਰਗਾ ਹੈ ਜੋ ਕੁੱਤੇ ਨੂੰ ਕੰਨੋਂ ਫੜੇ। ਜਿਵੇਂ ਸੁਦਾਈ ਜੁਆਤੀਆਂ ਬਾਣ ਅਤੇ ਮੌਤ ਸੁੱਟਦਾ ਹੈ, ਤਿਹਾ ਹੀ ਉਹ ਹੈ ਜਿਹੜਾ ਆਪਣੇ ਗਵਾਂਢੀ ਨਾਲ ਛਲ ਖੇਡ ਕੇ ਆਖਦਾ ਹੈ ਭਲਾ ਮੈਂ ਹੱਸੀ ਨਹੀਂ ਸੀ ਕਰਦਾ। ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ, ਅਤੇ ਜਿੱਥੇ ਫੁਸੀਆਂ ਨਹੀਂ ਉੱਥੇ ਝਗੜੇ ਨਹੀਂ, ਉੱਥੇ ਝਗੜਾ ਮੁੱਕ ਜਾਂਦਾ ਹੈ। ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ, ਅਤੇ ਜਿੱਥੇ ਫੁਸੀਆਂ ਨਹੀਂ ਉੱਥੇ ਝਗੜਾ ਮੁੱਕ ਜਾਂਦਾ ਹੈ। ਜਿਵੇਂ ਅੰਗਿਆਰਿਆਂ ਉੱਤੇ ਕੋਲੇ ਅਤੇ ਅੱਗ ਉੱਤੇ ਲੱਕੜਾਂ, ਉਵੇਂ ਝਗੜੇ ਨੂੰ ਸੁਲਗਾਉਣ ਵਾਲੀ ਝਗੜੂ ਮਨੁੱਖ ਹੁੰਦਾ ਹੈ, ਝਗੜੇ ਲਈ ਝਗੜਾਲੂ ਮਨੁੱਖ ਹੁੰਦਾ ਹੈ। ਜਿਵੇਂ ਅੰਗਿਆਰੇ ਉੱਤੇ ਕੋਲੇ ਅਤੇ ਅੱਗ ਉੱਤੇ ਲੱਕੜਾਂ, ਉਵੇਂ ਝਗੜੇ ਨੂੰ ਸੰਘਲਾਉਣ ਲਈ ਝਗੜਾਲੂ ਮਨੁੱਖ ਹੁੰਦਾ ਹੈ। ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸਵਾਦਲੀਆਂ ਬੁਰਕੀਆਂ ਵਰਗੀਆਂ ਹੁੰਦੀਆਂ ਹਨ, ਉਹ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ। ਜਿਵੇਂ ਮਿੱਟੀ ਦੇ ਭਾਂਡੇ ਉੱਤੇ ਚਾਂਦੀ ਦਾ ਪਾਣੀ, ਤਿਵੇਂ ਵਲਦੇ ਬੁੱਲ ਅਤੇ ਬੁਰਾ ਦਿਲ ਹੈ। ਬੈਰੀ ਆਪਣੇ ਬੁੱਲਾਂ ਨਾਲ ਤਾਂ ਕਪਟ ਕਰਦਾ ਅਤੇ ਆਪਣੇ ਅੰਦਰੋਂ ਧੋਖਾ ਰੱਖ ਛੱਡਦਾ ਹੈ। ਜਦ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰੇ ਤਾਂ ਉਹਦੀ ਪ੍ਰਤੀਤ ਨਾ ਕਰੇ, ਕਿਉਂ ਜੋ ਉਹਦੇ ਦਿਲ ਵਿੱਚ ਸੱਤ ਘਿਨਾਉਣੀਆਂ ਗੱਲਾਂ ਹਨ। ਭਾਵੇਂ ਉਹਦਾ ਬੈਰ ਮਕਰ ਨਾਲ ਲੁਕਿਆ ਵੀ ਰਹੇ ਤਾਂ ਵੀ ਉਹ ਬੁਰਾਈ ਸਭਾ ਦੇ ਵਿੱਚ ਪ੍ਰਗਟ ਕੀਤੀ ਜਾਵੇਗੀ। ਜਿਹੜਾ ਟੋਆ ਫੁੱਟਦਾ ਹੈ ਉਹ ਆਪੇ ਉਸ ਵਿੱਚ ਡਿੱਗੇਗਾ, ਜਿਹੜਾ ਪੱਥਰ ਰੇੜਦਾ ਹੈ ਉਹ ਮੁੜ ਕੇ ਉਸ ਉੱਤੇ ਆਣ ਪਵੇਗਾ। ਝੂਠੀ ਜੀਵ ਉਹਨਾਂ ਨਾਲ ਵੈਰ ਰੱਖਦੀ ਹੈ ਜਿਨ੍ਹਾਂ ਨੂੰ ਉਸਨੇ ਕੁਚਲਿਆ, ਅਤੇ ਚਾਪਲੂਸ ਮੂੰਹ ਨਾਸ਼ ਕਰਦਾ ਹੈ। ਬਹੁਤਾਂ ਦੀ ਕਿਤਾਬ ਅਧਿਆਇ 27। ਭਲਕ ਦਾ ਗਰਵ ਨਾ ਕਰ, ਕਿਉਂ ਜੋ ਤੂੰ ਨਹੀਂ ਜਾਣਦਾ ਭਾਈ ਇੱਕੋ ਦਿਨ ਵਿੱਚ ਕੀ ਹੋ ਜਾਵੇ। ਤੇਰੀ ਸਲਾਹ ਕੋਈ ਹੋਰ ਭਾਵੇਂ ਕਰੇ ਪਰ ਤੇਰਾ ਆਪਣਾ ਮੂੰਹ ਨਾ ਕਰੇ। ਹਾਂ ਓਪਰਾ ਕਰੇ ਨਾ ਤੇਰੇ ਬੁੱਲ। ਪੱਥਰ ਭਾਰਾ ਹੈ, ਰੇਤ ਬੋਝਲ ਹੈ, ਪਰ ਮੂਰਖ ਦਾ ਕੁੜਨਾ ਉਹਨਾਂ ਦੋਹਾਂ ਨਾਲੋਂ ਭਾਰਾ ਹੈ। ਗੁੱਸਾ ਨਿਰਦਈ ਅਤੇ ਕ੍ਰੋਧ ਇੱਕ ਹੜ ਹੈ, ਪਰ ਈਰਖਾ ਦੇ ਅੱਗੇ ਕੌਣ ਖਲੋ ਸਕਦਾ ਹੈ। ਗੁੱਜੀ ਪ੍ਰੀਤ ਨਾਲੋਂ ਖੁੱਲੀ ਤਾੜ ਚੰਗੀ ਹੈ। ਹਿਤਕਾਰੀ ਵੱਲੋਂ ਘਾਓ ਵਫਾਦਾਰੀ ਵਾਲੇ ਹਨ, ਪਰ ਵੈਰੀ ਦੇ ਚੁੰਮੇ ਅਣਗਿਣਤ ਹੁੰਦੇ ਹਨ। ਰੱਜਿਆ ਹੋਇਆ ਜੀਵ ਸ਼ਹਿਤ ਦੇ ਸੱਤੇ ਤੋਂ ਵੀ ਕਲਿਆਣ ਕਰਦਾ ਹੈ, ਪਰ ਭੁੱਖੇ ਨੂੰ ਹਰ ਕੌੜੀ ਵਸਤ ਵੀ ਮਿੱਠੀ ਲੱਗਦੀ ਹੈ। ਜਿਹੜਾ ਮਨੁੱਖ ਆਪਣੇ ਟਿਕਾਣਿਓਂ ਭਟਕਦਾ ਹੈ ਉਹ ਉਸ ਪੰਛੀ ਵਰਗਾ ਹੁੰਦਾ ਹੈ ਜੋ ਆਪਣੇ ਆਲਣੇ ਤੋਂ ਖੁੰਝ ਜਾਵੇ। ਫਲੀਲ ਅਤੇ ਸੁਗੰਧ ਜੀ ਨੂੰ ਆਨੰਦ ਕਰਦੀ ਹੈ, ਉਵੇਂ ਹੀ ਉਹਦੇ ਮਿੱਤਰ ਦੀ ਮਨੋਂ ਦਿੱਤੀ ਹੋਈ ਸਲਾਹ ਦੀ ਮਿਠਾਸ ਹੈ। ਆਪਣੇ ਅਤੇ ਆਪਣੇ ਪਿਓ ਦੇ ਮਿੱਤਰ ਨੂੰ ਨਾ ਛੱਡ, ਅਤੇ ਆਪਣੀ ਬਿਪਤਾ ਦੇ ਦਿਨ ਆਪਣੇ ਭਰਾ ਦੇ ਘਰ ਨਾ ਜਾ। ਦੂਰ ਦੇ ਭਰਾ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ। ਹੇ ਮੇਰੇ ਪੁੱਤਰ, ਬੁੱਧਵਾਨ ਹੋਵੇ ਅਤੇ ਮੇਰੇ ਜੀ ਨੂੰ ਆਨੰਦ ਕਰੇ, ਭਾਵੇਂ ਮੈਂ ਉਹਨੂੰ ਉੱਤਰ ਦੇ ਸਕਾਂ ਜਿਹੜਾ ਮੈਨੂੰ ਮਿਹਣਾ ਮਾਰਦਾ ਹੈ। ਹੇ ਮੇਰੇ ਪੁੱਤਰ, ਬੁੱਧਵਾਨ ਹੋਵੇ ਅਤੇ ਮੇਰੇ ਜੀ ਨੂੰ ਆਨੰਦ ਕਰੇ, ਭਾਈ ਮੈਂ ਉਹਨੂੰ ਉੱਤਰ ਦੇ ਸਕਾਂ ਜਿਹੜਾ ਮੈਨੂੰ ਮਿਹਣਾ ਮਾਰਦਾ ਹੈ। ਸਿਆਣਾ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵੱਧ ਕੇ ਕਸ਼ਟ ਭੋਗਦੇ ਹਨ। ਜਿਹੜਾ ਪਰਦੇਸੀ ਦਾ ਜਾਮਨ ਹੋਵੇ ਉਹਦੇ ਲੀੜੇ ਲਾਲ ਹੈ, ਅਤੇ ਜਿਹੜਾ ਉਪਰੀ ਤੀਵੀ ਦਾ ਜਾਮਨ ਹੋਵੇ ਉਹਦਾ ਕੁਝ ਗਹਿਣੇ ਰੱਖਦਾ। ਜਿਹੜਾ ਤੜਕੇ ਹੀ ਉੱਠ ਕੇ ਆਪਣੇ ਗਵਾਂਢੀ ਨੂੰ ਉੱਚੀ ਦੇ ਕੇ ਆਸ਼ੀਸ਼ ਦਿੰਦਾ ਹੈ ਉਹਦੇ ਲਈ ਇਹ ਸ਼ਰਾਪ ਹੀ ਗਿਣਿਆ ਜਾਵੇਗਾ। ਜਿਹੜਾ ਤੜਕੇ ਹੀ ਉੱਠ ਕੇ ਆਪਣੇ ਗਵਾਂਢੀ ਨੂੰ ਉੱਚੀ ਦੇ ਕੇ ਆਸ਼ੀਸ਼ ਦਿੰਦਾ ਹੈ ਉਹਦੇ ਲਈ ਇਹ ਸ਼ਰਾਪ ਹੀ ਗਿਣਿਆ ਜਾਵੇਗਾ। ਝੜੀ ਦੇ ਦਿਨ ਲਗਾਤਾਰ ਚੋਆ
ਅਤੇ ਝਗੜਾਲੂ ਤੀਵੀਂ ਟੋਏ ਦੋਵੇਂ ਇੱਕ ਸਮਾਨ ਹਨ। ਜਿਹੜਾ ਉਹਨੂੰ ਢੱਕਦਾ ਹੈ ਉਹ ਪੌਣ ਨੂੰ ਢੱਕਦਾ ਹੈ, ਅਥਵਾ ਉਹ ਸੱਜੇ ਹੱਥ ਨਾਲ ਤੇਲ ਨੂੰ ਫੜਦਾ, ਜਿਹੜਾ ਉਹਨੂੰ ਢੱਕਦਾ ਹੈ ਉਹ ਪੌਣ ਨੂੰ ਢੱਕਦਾ ਹੈ, ਅਥਵਾ ਸੱਜੇ ਹੱਥ ਨਾਲ ਤੇਲ ਨੂੰ ਫੜਦਾ ਹੈ। ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਕਿਉਂ ਮਨੁੱਖ ਆਪਣੇ ਮਿੱਤਰ ਦੇ ਮੁੱਖ ਨੂੰ ਤਿੱਖਾ ਕਰਦਾ ਹੈ, ਜਿਹੜਾ ਹੰਜੀਰ ਦੇ ਰੁੱਖ ਦੀ ਰਾਖੀ ਕਰਦਾ ਹੈ ਉਹ ਉਸਦਾ ਫਲ ਖਾਵੇਗਾ, ਅਤੇ ਜੋ ਆਪਣੇ ਸਵਾਮੀ ਦੀ ਰਕਸ਼ਾ ਕਰਦਾ ਹੈ ਉਹ ਉਹਦਾ ਆਦਰ ਹੋਵੇਗਾ। ਜਿਵੇਂ ਜਲ ਵਿੱਚ ਮੂੰਹ ਮੂੰਹ ਨਾਲ ਮਿਲਦਾ ਹੈ, ਤਿਵੇਂ ਮਨੁੱਖ ਦਾ ਮਨ ਮਨੁੱਖ ਨਾਲ। ਪਤਾਲ ਅਤੇ ਹਲਾਕਤ ਕਦੀ ਤ੍ਰਿਪਤ ਨਹੀਂ ਹੁੰਦੇ, ਉਵੇਂ ਮਨੁੱਖ ਦੀਆਂ ਅੱਖੀਆਂ ਵੀ ਕਦੀ ਤ੍ਰਿਪਤ ਨਹੀਂ ਹੁੰਦੀਆਂ। ਜਿਵੇਂ ਚਾਂਦੀ ਦੇ ਲਈ ਕੁਠਾਲੀ ਅਤੇ ਸੋਨੇ ਦੇ ਲਈ ਪੱਠੀ ਹੁੰਦੀ ਹੈ, ਉਵੇਂ ਆਦਮੀ ਦੇ ਜਸ ਨਾਲ ਉਹਦੀ ਜਾਂਚ ਹੁੰਦੀ ਹੈ। ਭਾਵੇਂ ਤੂੰ ਮੂਰਖ ਨੂੰ ਉਖਲੀ ਵਿੱਚ ਦਾਣਿਆਂ ਸੰਗ ਮੋਲੇ ਨਾਲ ਕੁੱਟੇ, ਤਾਂ ਵੀ ਉਸਦੀ ਮੂਰਖਤਾਈ ਉਸ ਤੋਂ ਨਹੀਂ ਹਟਣੀ। ਆਪਣੇ ਇੱਜੜ ਦਾ ਹਾਲ ਚੰਗੀ ਤਰ੍ਹਾਂ ਬੁੱਝ ਲੈ ਅਤੇ ਆਪਣੇ ਬੱਗਾਂ ਦੀ ਸ਼ੁੱਧ ਰੱਖ, ਕਿਉਂ ਜੋ ਧਨ ਸਦਾ ਲਈ ਠਹਿਰਦਾ ਭਲਾ ਮੁਕਤ ਪੀੜ੍ਹੀਓ ਪੀੜ੍ਹੀ ਬਣਿਆ ਰਹਿੰਦਾ ਹੈ। ਕਿਉਂ ਜੋ ਧਨ ਸਦਾ ਨਹੀਂ ਠਹਿਰਦਾ ਭਲਾ ਮੁਕਤ ਪੀੜ੍ਹੀਓ ਪੀੜ੍ਹੀ ਬਣਿਆ ਰਹਿੰਦਾ ਹੈ। ਜਦ ਘਾਹ ਚੁੱਕਿਆ ਗਿਆ ਤਾਂ ਨੰਨਾ ਘਾਹ ਵਿਖਾਈ ਦਿੰਦਾ ਹੈ ਅਤੇ ਪਹਾੜਾਂ ਦਾ ਸਾਗ ਪੱਤ ਇਕੱਠਾ ਹੋ ਜਾਂਦਾ ਹੈ। ਲੇਲੇ ਤੇਰੇ ਵਸਤਰਾਂ ਦੇ ਲਈ ਹੋਣਗੇ ਅਤੇ ਬੱਕਰੇ ਖੇਤ ਦੇ ਮੁੱਲ ਲਈ, ਅਤੇ ਬੱਕਰੀਆਂ ਦਾ ਦੁੱਧ ਤੇਰੇ ਅਤੇ ਤੇਰੇ ਟੱਬਰ ਦੀ ਖਾਦ ਖੁਰਾਕ ਜੋਗਾ, ਨਾਲੇ ਤੇਰੀਆਂ ਟਹਿਲਣਾਂ ਦੇ ਗੁਜ਼ਾਰੇ ਲਈ ਹੋਵੇਗਾ। ਆਮੀਨ। ਕਹਾਉਤਾਂ ਦੀ ਕਿਤਾਬ ਅਧਿਆਏ 28। ਦੁਸ਼ਟ ਨੱਠਦੇ ਹਨ ਭਾਵੇਂ ਕੋਈ ਪਿੱਛਾ ਕਰਨ ਵਾਲਾ ਵੀ ਨਾ ਹੋਵੇ, ਪਰ ਧਰਮੀ ਸ਼ੇਰ ਵਾਂਗੂ ਨਿਡਰ ਰਹਿੰਦੇ ਹਨ। ਦੇਸ਼ ਦੇ ਅਪਰਾਧ ਕਰਕੇ ਉਹਦੇ ਸਰਦਾਰ ਵਾਲੇ ਹੁੰਦੇ ਹਨ, ਪਰ ਸਿਆਣੇ ਅਤੇ ਗਿਆਨਵਾਨ ਆਦਮੀ ਦੇ ਦੁਆਰਾ ਉਹਦਾ ਕਲਿਆਰ ਚਿਰ ਤਾਈ ਬਣਿਆ ਰਹਿੰਦਾ ਹੈ। ਲੋੜਕ ਪੁਰਖ ਜੋ ਗਰੀਬਾਂ ਨੂੰ ਦਬਾਉਂਦਾ ਹੈ ਉਹ ਬਾਛੜ ਦੇ ਮੀਂਹ ਵਰਗਾ ਹੈ, ਜਿਹੜਾ ਰੋਟੀ ਵੀ ਨਹੀਂ ਰਹਿਣ ਦਿੰਦਾ। ਬਵਿਸਤਾ ਦੇ ਤਿਆਗਣ ਵਾਲੇ ਦੁਸ਼ਟਾਂ ਦੀ ਮਹਿਮਾ ਕਰਦੇ ਹਨ, ਪਰ ਬਵਿਸਤਾ ਦੀ ਪਾਲਣਾ ਕਰਨ ਵਾਲੇ ਉਹਨਾਂ ਨਾਲ ਝਗੜਦੇ ਹਨ। ਬੁਰੇ ਮਨੁੱਖ ਨਿਉਣ ਨਹੀਂ ਸਮਝਦੇ, ਪਰੰਤੂ ਯਹੋਵਾ ਦੇ ਤਾਲਿਬ ਸਭ ਕੁਝ ਸਮਝਦੇ ਹਨ। ਦੀਨ ਜੋ ਖਰਾਈ ਵਿੱਚ ਚੱਲਦਾ ਹੈ ਪੁੱਠੀ ਚਾਲ ਵਾਲੇ ਨਾਲੋਂ ਚੰਗਾ ਹੈ, ਭਾਵੇਂ ਉਹ ਧਨੀ ਵੀ ਹੋਵੇ। ਬਵਿਸਤਾ ਦੀ ਪਾਲਣਾ ਕਰਨ ਵਾਲਾ ਸਮਝਦਾਰ ਪੁੱਤਰ ਹੈ, ਪਰ ਪੇਟੂਆਂ ਦਾ ਮੇਲੀ ਆਪਣੇ ਪਿਓ ਦਾ ਮੂੰਹ ਕਾਲਾ ਕਰਦਾ ਹੈ। ਜਿਹੜਾ ਵਿਆਜ ਅਤੇ ਕੁਧਰਮ ਦੀ ਖੱਟੀ ਨਾਲ ਧਨ ਵਧਾਉਂਦਾ ਹੈ ਉਹ ਗਰੀਬਾਂ ਉੱਤੇ ਕਿਰਪਾ ਕਰਨ ਵਾਲੇ ਦੇ ਲਈ ਇਕੱਠਾ ਕਰਦਾ ਹੈ। ਜਿਹੜਾ ਬਵਿਸਤਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ ਉਹਦੀ ਪ੍ਰਾਰਥਨਾ ਵੀ ਘਿਨਾਉਣੀ ਹੁੰਦੀ ਹੈ। ਜਿਹੜਾ ਸਚਾਰ ਨੂੰ ਖੋਟੇ ਰਾਹ ਤੋਂ ਘੁਮਾ ਦਿੰਦਾ ਹੈ ਉਹ ਆਪਣੇ ਟੋਏ ਵਿੱਚ ਆਪ ਡਿੱਗ ਪਵੇਗਾ, ਪਰ ਖਰੇ ਲੋਕ ਚੰਗੀ ਮਿਰਾਸ ਪਾਉਣਗੇ। ਧਨਵਾਨ ਪੁਰਸ਼ ਆਪਣੀ ਨਿਗਾਹ ਵਿੱਚ ਬੁੱਧਵਾਨ ਹੁੰਦਾ ਹੈ, ਪਰ ਮਤ ਵਾਲਾ ਗਰੀਬ ਉਹਨੂੰ ਬੁੱਝ ਲੈਂਦਾ ਹੈ। ਜਦੋਂ ਧਰਮੀ ਜਿੱਤਦੇ ਹਨ ਤਾਂ ਬੜੀ ਸੋਭਾ ਹੁੰਦੀ ਹੈ, ਪਰ ਜਦ ਦੁਸ਼ਟ ਉੱਠਦੇ ਹਨ ਤਾਂ ਆਦਮੀ ਲੁਕ ਜਾਂਦੇ ਹਨ। ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫਲ ਨਹੀਂ ਹੁੰਦਾ, ਪਰ ਜੋ ਉਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹਦੇ ਉੱਤੇ ਰਹਿਮ ਕੀਤਾ ਜਾਵੇਗਾ। ਧੰਨ ਹੈ ਉਹ ਮਨੁੱਖ ਜਿਹੜਾ ਸਦਾ ਭੈ ਮੰਨਦਾ ਹੈ, ਪਰ ਜੋ ਆਪਣੇ ਮਨ ਨੂੰ ਕਠੋਰ ਕਰ ਲੈਂਦਾ ਹੈ ਉਹ ਬਿਪਤਾ ਵਿੱਚ ਪੈ ਜਾਵੇਗਾ। ਗਰੀਬ ਰਿਆਸਤ ਉੱਤੇ ਦੁਸ਼ਟ ਹਾਕਮ ਗੱਜਣ ਵਾਲੇ ਸੀਂ ਅਤੇ ਫਿਰਦੇ ਰਿਸ਼ਵਰਗਾ ਹੈ। ਸਮਝਹੀਣ ਹਾਕਮ ਬਹੁਤਾ ਔਖਾ ਕਰਨ ਵਾਲਾ ਵੀ ਹੁੰਦਾ ਹੈ, ਪਰ ਜੋ ਲੋਭ ਤੋਂ ਘਿਣ ਕਰਦਾ ਹੈ ਉਹ ਆਪਣੇ ਦਿਨ ਲੰਬੇ ਕਰੇਗਾ। ਜਿਸ ਆਦਮੀ ਉੱਤੇ ਕਿਸੇ ਜਾਨ ਦੇ ਖੂਨ ਦਾ ਭਾਰ ਹੈ ਉਹ ਟੋਏ ਵੱਲ ਨੱਸਦਾ ਹੈ, ਕੋਈ ਉਹਨੂੰ ਨਾ ਰੋਕੇ। ਜਿਹੜਾ ਨੇਕ ਚਾਲ ਚੱਲਦਾ ਹੈ ਉਹ ਤਾਂ ਬਚਾਇਆ ਜਾਵੇਗਾ, ਪਰ ਜਿਹਦੇ ਰਾਹ ਪੁੱਠੇ ਹਨ ਉਹ ਝਬਦੇ ਡਿੱਗ ਪਵੇਗਾ। ਜਿਹੜਾ ਆਪਣੀ ਜ਼ਮੀਨ ਵਾਹੁੰਦਾ ਹੈ
ਉਹ ਰੋਟੀ ਨਾਲ ਰਚੇਗਾ, ਪਰ ਜਿਹੜਾ ਕੁੜ ਦਾ ਪਿੱਛਾ ਕਰਦਾ ਹੈ ਉਹ ਗਰੀਬੀ ਨਾਲ ਰਚੇ। ਸੱਚੇ ਪੁਰਸ਼ ਉੱਤੇ ਹਨੇਰੀਆਂ ਆਸ਼ੀਸ਼ਾਂ ਹੋਣਗੀਆਂ, ਸੱਚੇ ਪੁਰਸ਼ ਉੱਤੇ ਘਨੇਰੀਆਂ ਆਸ਼ੀਸ਼ਾਂ ਹੋਣਗੀਆਂ, ਪਰ ਜਿਹੜਾ ਧਨਵਾਨ ਹੋਣ ਵਿੱਚ ਕਾਹਲੀ ਕਰਦਾ ਹੈ ਉਹ ਬਿਨਾਂ ਦੰਨ ਦੇ ਨਾ ਛੁੱਟੇਗਾ। ਪੱਖਪਾਤ ਕਰਨਾ ਚੰਗਾ ਨਹੀਂ, ਪਰ ਰੋਟੀ ਦੀ ਇੱਕ ਬੁਰਕੀ ਦੇ ਨਿਮਿਤ ਮਨੁੱਖ ਅਪਰਾਧ ਕਰੇਗਾ। ਲੋਭੀ ਹੈ ਮਨੁੱਖ, ਲੋਭੀ ਮਨੁੱਖ ਕਾਹਲੀ ਨਾਲ ਧਨ ਦਾ ਪਿੱਛਾ ਕਰਦਾ ਹੈ ਅਤੇ ਨਹੀਂ ਜਾਣਦਾ ਭਾਈ ਗਰੀਬੀ ਉਹਦੇ ਉੱਤੇ ਆ ਪਵੇ। ਆਦਮੀ ਨੂੰ ਤਾੜਾ ਦੇਣ ਵਾਲਾ ਉੜਕ ਨੂੰ ਉਸ ਨਾਲੋਂ ਜਿਹੜਾ ਜੀਵ ਨਾਲ ਝੋਲੀ ਚੁੱਕਦਾ ਹੈ ਬਾਹਲੀ ਕਿਰਪਾ ਪਾ। ਜਿਹੜਾ ਆਪਣੇ ਪਿਓ ਦਾ ਜਾਂ ਆਪਣੀ ਮਾਂ ਨੂੰ ਲੁੱਟ ਕੇ ਆਖਦਾ ਹੈ ਭਾਈ ਇਹ ਕੋਈ ਅਪਰਾਧ ਨਹੀਂ, ਉਹ ਉਜਾੜੂ ਦਾ ਮੇਲੀ ਹੈ। ਲੋਭੀ ਪੁਰਸ਼ ਝਗੜਾ ਛੇੜਦਾ ਹੈ, ਪਰ ਜਿਹੜਾ ਯਹੋਵਾ ਉੱਤੇ ਭਰੋਸਾ ਰੱਖਦਾ ਹੈ ਉਹ ਮੋਟਾ ਕੀਤਾ ਜਾਵੇਗਾ। ਜਿਹੜਾ ਆਪਣੇ ਆਪ ਉੱਤੇ ਹੀ ਭਰੋਸਾ ਰੱਖਦਾ ਹੈ ਉਹ ਮੂਰਖ ਹੈ, ਪਰ ਜੋ ਮਤ ਨਾਲ ਤੁਰਦਾ ਹੈ ਉਹ ਛੜਾਇਆ ਜਾਵੇਗਾ। ਜਿਹੜਾ ਦੀਨਾਂ ਨੂੰ ਦਾਨ ਕਰਦਾ ਹੈ ਉਹਨੂੰ ਕੋਈ ਥੁੜ ਨਹੀਂ ਹੋਵੇਗੀ, ਪਰ ਜੋ ਉਹਨਾਂ ਨਾਲ ਉਹਨਾਂ ਵੱਲੋਂ ਕੀਆਂ ਮੋੜ ਲੈਂਦਾ ਹੈ ਉਹਦੇ ਉੱਤੇ ਬਾਲੇ ਸ਼ਰਾਬ ਪੈਣਗੇ। ਜਦ ਦੁਸ਼ਟ ਉੱਠਦੇ ਹਨ ਤਾਂ ਆਦਮੀ ਲੁਕ ਜਾਂਦੇ ਹਨ, ਪਰ ਜਦੋਂ ਹੁਣ ਮਿਟ ਜਾਂਦੇ ਹਨ ਤਾਂ ਧਰਮੀ ਬਣ ਜਾਂਦੇ। ਕਹਾਉਤਾਂ ਦੀ ਕਿਤਾਬ ਅਧਿਆਇ 29। ਜਿਹੜਾ ਚੱਟੇ ਬਿੰਦੇ ਤਾੜ ਖਾ ਕੇ ਵੀ ਧੌਣ ਦਾ ਉਕੜੇਵਾ ਕਰੇ ਉਹ ਅਚਾਨਕ ਭੰਨਿਆ ਜਾਵੇਗਾ ਅਤੇ ਤਦ ਉਹਦਾ ਕੋਈ ਉਪਾਅ ਨਾ ਹੋਵੇਗਾ। ਜਦ ਧਰਮੀ ਪ੍ਰਬਲ ਹੁੰਦੇ ਹਨ ਤਾਂ ਲੋਕ ਆਨੰਦ ਕਰਦੇ ਹਨ, ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਤਾਹਾ ਮਾਰਦੇ ਹਨ। ਜਿਹੜਾ ਬੁੱਧ ਨਾਲ ਪ੍ਰੀਤ ਲਾਉਂਦਾ ਹੈ ਉਹ ਆਪਣੇ ਪਿਓ ਨੂੰ ਆਨੰਦ ਕਰਦਾ ਹੈ, ਪਰ ਜਿਹੜਾ ਕੰਜਰੀਆਂ ਦਾ ਸੰਗ ਕਰਦਾ ਹੈ ਉਹ ਆਪਣਾ ਮਾਲ ਉਡਾਉਂਦਾ ਹੈ। ਨਿਓ ਨਾਲ ਪਾਤਸ਼ਾਹ ਦੇਸ਼ ਨੂੰ ਦ੍ਰਿੜ ਕਰਦਾ ਹੈ, ਪਰ ਕਰਦਾ ਲੋਭੀ ਉਹਨੂੰ ਉਲਟਾ ਦਿੰਦਾ ਹੈ। ਜਿਹੜਾ ਪੁਰਸ਼ ਆਪਣੇ ਗਵਾਂਢੀ ਦੀ ਚਾਪਲੂਸੀ ਕਰਦਾ ਹੈ ਉਹ ਉਸਦੇ ਪੈਰਾਂ ਲਈ ਜਾਲ ਵਿਛਾਉਂਦਾ ਹੈ। ਬੁਰਿਆਰ ਦੇ ਅਪਰਾਧ ਵਿੱਚ ਫਾਹੀ ਹੈ, ਪਰ ਧਰਮੀ ਪੁਰਸ਼ ਜੈਕਾਰਾ ਨਾਲ ਆਨੰਦ ਕਰਦਾ ਹੈ ਧਰਮੀ ਤਾਂ ਗਰੀਬ ਦੇ ਮੁਕੱਦਮੇ ਨੂੰ ਜਾਣਦਾ ਹੈ, ਪਰ ਦੁਸ਼ਟ ਉਹਦੇ ਸਮਝਣ ਦਾ ਗਿਆਨ ਨਹੀਂ ਰੱਖਦਾ। ਮਖੌਲੀਏ ਤਾਂ ਨਗਰ ਵਿੱਚ ਲਾਂਬੂ ਲਾਉਂਦੇ ਹਨ, ਪਰ ਬੁੱਧਵਾਨ ਕ੍ਰੋਧ ਨੂੰ ਮੋੜ ਦਿੰਦੇ ਹਨ। ਜੇ ਬੁੱਧਵਾਨ ਪੁਰਸ਼ ਮੂਰਖ ਨਾਲ ਝਗੜੇ ਤਾਂ ਭਾਵੇਂ ਉਹ ਗੁੱਸੇ ਹੋਵੇ, ਭਾਵੇਂ ਹਾਸੀ ਕਰੇ, ਪਰ ਚੈਨ ਨਹੀਂ ਮਿਲਦੀ। ਖੂਨੀ ਮਨੁੱਖ ਖਰਿਆਂ ਨਾਲ ਵੈਰ ਰੱਖਦੇ ਹਨ ਅਤੇ ਸਚਿਆਰ ਉਹਨਾਂ ਦੀ ਜਾਨ ਨੂੰ ਭਾਲਦੇ ਹਨ। ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਕ ਕੇ ਰੋਕ ਛੱਡਦਾ ਹੈ। ਜੇ ਕੋਈ ਹਾਕਮ ਝੂਠ ਉੱਤੇ ਕੰਨ ਲਾਉਂਦਾ ਹੈ ਤਾਂ ਉਹਦੇ ਸੱਭੇ ਚੱਕ ਦੁਸ਼ਟ ਹੋ ਜਾਣਗੇ। ਦੀਨ ਅਤੇ ਦਾਬਾ ਦੇਣ ਵਾਲਾ ਇੱਕ ਦੂਜੇ ਨੂੰ ਮਿਲਦੇ ਹਨ। ਯਹੋਵਾ ਉਹਨਾਂ ਦੋਹਾਂ ਦੀਆਂ ਅੱਖੀਆਂ ਨੂੰ ਚਾਨਣ ਦਿੰਦਾ ਹੈ। ਜਿਹੜਾ ਪਾਤਸ਼ਾਹ ਗਰੀਬਾਂ ਦਾ ਸੱਚਾ ਨਿਉ ਕਰਦਾ ਹੈ ਉਹਦੀ ਗੱਦੀ ਸਦਾ ਬਣੀ ਰਹੇਗੀ। ਤਾੜ ਅਤੇ ਛੱਟੀ ਬੁੱਧ ਦਿੰਦੀਆਂ ਹਨ, ਪਰ ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ। ਜਦੋਂ ਦੁਸ਼ਟ ਪ੍ਰਬਲ ਹੁੰਦੇ ਹਨ ਤਾਂ ਅਪਰਾਧ ਵੱਧਦਾ ਹੈ, ਪਰ ਧਰਮੀ ਉਹਨਾਂ ਦਾ ਡਿੱਗਣਾ ਵੇਖਣਗੇ। ਆਪਣੇ ਪੁੱਤਰ ਨੂੰ ਤਾੜ ਤਾਂ ਉਹ ਤੈਨੂੰ ਸੁੱਖ ਦੇਵੇਗਾ ਅਤੇ ਉਹ ਤੇਰੇ ਜੀ ਨੂੰ ਨਿਹਾਲ ਕਰੇਗਾ। ਜਿੱਥੇ ਦੁਸ਼ਮਣ ਨਹੀਂ ਉੱਥੇ ਲੋਕ ਬੇਮੁਹਾਰੇ ਹੋ ਜਾਂਦੇ ਹਨ, ਪਰ ਜਿਹੜਾ ਬਵਿਸਤਾ ਦੀ ਪਾਲਣਾ ਕਰਦਾ ਹੈ ਉਹ ਧਨ ਹੈ। ਦਹੇਲੀਆਂ ਨਿਰੀਆਂ ਗੱਲਾਂ ਨਾਲ ਨਹੀਂ ਸੁਰਦਾ ਕਿਉਂ ਜੋ ਉਹ ਸਮਝਦਾ ਤਾਂ ਹੈ ਪਰ ਪਰਵਾਹ ਨਹੀਂ ਕਰਦਾ। ਕੀ ਤੂੰ ਕੋਈ ਮਨੁੱਖ ਦੇਖਦਾ ਹੈ ਜੋ ਬੋਲਣ ਵਿੱਚ ਕਾਹਲ ਕਰਦਾ ਹੈ? ਉਹਦੇ ਨਾਲੋਂ ਮੂਰਖ ਤੋਂ ਬਾਹਲੀ ਆਸ। ਜਿਹੜਾ ਆਪਣੇ ਤੈਲੂਏ ਨੂੰ ਬਚਪਨੇ ਤੋਂ ਲਾਡਾਂ ਨਾਲ ਪਾਲਦਾ ਹੈ ਉਹ ਉੜਕ ਨੂੰ ਉਸਦਾ ਵਾਰਿਸ ਬਣ ਜਾਵੇਗਾ। ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ ਤੇ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ। ਆਦਮੀ ਦਾ ਹੰਕਾਰ ਉਹਨੂੰ ਅਧੀਨ ਕਰੇਗਾ, ਪਰ ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ। ਚੋਰ ਦਾ ਸਾਂਝੀ ਆਪਣੀ ਜਾਨ ਦਾ ਵੈਰੀ ਹੈ, ਉਹ ਸੌਤਾ ਸੁਣਦਾ ਹੈ ਪਰ ਦੱਸਦਾ ਕੁਝ ਨਹੀਂ। ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ,
पर जेड़ा यहोवा ते भरोसा रखता है ओ सुख साध नाल रहेगा। हाकम दे मुंह नूं बाले पालदे हन पर मनुख दा इंसाफ यहोवा वल्लों है। धर्मी कुनियों तों घिण करदा है अते दुष्ट सिद्धी चाल वाले तों घिण करदा है। आमीन। खौतां दी किताब अध्याय 3 अंगूर दीयां गल्लां। जहक दे पुत्र अंगूर दीयां गल्लां दा अगंबा। ओ पुरश इथीएल हां इथीएल अते उकाल नूं आखदा है, सच्ची मुची मैं होर मनुखा नालों पशुवत हां अते मेरे विच आदमी जही मत नहीं है। मैं बुद्ध दी सिख्या नहीं पाई, ना ही मैनू पवित्र पुरख दा ज्ञान है। आकाश उत्ते कौन चढ़िया अते फिर हेठां उतरिया, कीने पौण नूं अपनी मुट्ठी विच समेटिया, कीने पानियां नूं चादर विच बन्निया, कीने धरती दे सारे बन ठहराए, ओदा की नाम अते ओदे पुत्तर दा की नाम है। जे तू जानदा है परमेश्वर दा हरेक वचन ताया होया है, जेडे ओदी शरण विच आउंदे हन ओ उन्हां दी ढाल है। तू ओदे वचना विच कुछ ना बदा किते इउं ना होवे, भाई ओ तैनूं ताड़े अते तू झूठा निकले। मैं तैथों दो पदार्थ मंगे हन मेरे मरण तों पहलां, उन्हां नूं मैनू देण तों ना मुकदी, मिथियां अते झूठ नूं मैथों दूर कर दे। मैनू ना तां गरीबी ना धन दे, मेरी लोड़ जोगी रोटी मैनू खिला, मते मैं रज पुज के मुकर जावां अते आखां यहोवा कौन है, अथवा किते मैं थुड़िया होया होवां ते चोरी करां अते अपने परमेश्वर दे नाम दी भंडी करां। तहलीए दी ओदे स्वामी दे अगे निंदिया ना कर, मते ओ तैनू श्राप देवे अते तू दोषी ठहरे। अजिहे लोग भी हन जेड़े अपने प्यो नूं फिटकार दे अते अपनी मां नूं मुबारक नहीं कहंदे। अजिहे लोग भी हन जेड़े अपनी निगाह विच तां शुद्ध हन पर उन्हां दी पलीती धोती नहीं गई। अजिहे लोग भी हन जो ओह उन्हां दी दृष्ट केड़ी घमंड भरी है, कही घमंड भरी है अते उन्हां दीयां पलकां कईयां उतहां नूं उठियां रहिंदियां हन। अजिहे लोक वी हन जिन्हां दे दंद तलवारां अते दाड़ां छुरियां हन। अजिहे लोक वी हन जिन्हां दे दंद तलवारां अते दहाड़ां छुरियां हन। भाई ओह मस्कीनां नूं धरती उत्तों अते कंगालां नूं आदमियां विच्चों खा जाण। जोक दीयां दोतियां हन जो द्यों द्यों आखदियां रहिंदियां हन, जोक दीयां दोतियां हन जो द्यों द्यों आखदियां रहिंदियां हन। तीन चीजां हन जो कदी रजदियां नहीं, सगो चार हन जो कदी वस नहीं आखदियां। पताल अते संड दा गर्भ, धरती जो जल नाल त्रिपत नहीं हुंदी, अते अग जो कदी बस नहीं आखदी। जेड़ी अख प्यो दी हासी करदी अते अपनी मां दी आज्ञाकारी नूं तुच्छ जानदी है, बादी दे काओ ओदे पुट नूं कढ़णगे, बादी दे काओ ओदे पुट नूं कढ़णगे अते गिरजां दे बच्चे ओनूं खा जाणगे। ਇਹ ਤਿੰਨ ਗੱਲਾਂ ਮੇਰੇ ਲਈ ਬਾਹਲੀਆਂ ਅਚਰਜ ਹਨ, ਸਗੋਂ ਚਾਰ ਹਨ ਜੋ ਮੇਰੀ ਸਮਝ ਵਿੱਚ ਆਉਂਦੀਆਂ ਹਨ, ਸਗੋਂ ਚਾਰ ਹਨ ਜੋ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ। ਆਕਾਸ਼ ਵਿੱਚ ਉਕਾਬਦਾਰਾ, ਚਟਾਨ ਉੱਤੇ ਸੱਪਦਾਰਾ, ਸਮੁੰਦਰ ਵਿੱਚ ਜਹਾਜ਼ਦਾਰਾ ਅਤੇ ਮੁਟਿਆਰ ਨਾਲ ਪੁਰਸ਼ ਦਾ ਵਰਤਾਵਾ। ਵਿਵਚਾਰਨ ਦਾ ਡੰਗ ਵੀ ਇਹੋ ਹੈ, ਉਹ ਖਾਂਦੀ ਹੈ ਅਤੇ ਮੂੰਹ ਪੂੰਝ ਲੈਂਦੀ, ਉਹ ਖਾਂਦੀ ਹੈ ਅਤੇ ਮੂੰਹ ਪੂੰਝ ਲੈਂਦੀ ਤੇ ਆਖਦੀ ਹੈ ਮੈਂ ਕੋਈ ਬੁਰਾਈ ਨਹੀਂ ਕੀਤੀ। ਤਿੰਨ ਗੱਲਾਂ ਕਰਕੇ ਧਰਤੀ ਕੰਬਦੀ ਹੈ,
ਸਗੋਂ ਚਾਰ ਗੱਲਾਂ ਕਰਕੇ ਜਿਹੜੀਆਂ ਉਸ ਤੋਂ ਨਹੀਂ ਸਹਾਰੀ ਦੀਆਂ। ਦਾਸ ਜਦ ਉਹ ਪਾਤਸ਼ਾਹ ਬਣ ਜਾਵੇ, ਮੂਰਖ ਜਦ ਉਹ ਰੋਟੀ ਨਾਲ ਰੱਜ ਗਿਆ ਹੋਵੇ, ਘਿਨਾਉਣੀ ਤੀਵੀ ਜਦ ਉਹ ਵਿਆਹੀ ਜਾਵੇ, ਅਤੇ ਗੋਲੀ ਜਦੋਂ ਆਪਣੀ ਮਾਲਕਣ ਦੀ ਵਾਰਸਨ ਬਣੀ। ਧਰਤੀ ਉੱਤੇ ਚਾਰ ਵਸਤਾਂ ਨਿੱਕੀਆਂ ਜਿਹੀਆਂ ਹਨ, ਪਰ ਤਾਂ ਵੀ ਬੜੀਆਂ ਸਿਆਣੀਆਂ ਹਨ। ਧਰਤੀ ਉੱਤੇ ਚਾਰ ਵਸਤਾਂ ਹਨ ਜਿਹੜੀਆਂ ਨਿੱਕੀਆਂ ਜਿਹੀਆਂ ਹਨ, ਪਰ ਤਾਂ ਵੀ ਬੜੀਆਂ ਸਿਆਣੀਆਂ ਹਨ। ਕੀੜੀਆਂ ਸ਼ੱਕ ਵਾਲੀਆਂ ਤਾਂ ਨਹੀਂ, ਤਾਂ ਵੀ ਉਨਾਲ ਵਿੱਚ ਆਪਣਾ ਖਾਜਾ ਸਮੇਟ ਲੈਂਦੀਆਂ ਹਨ। ਪਹਾੜੀ ਸਿਹੇ ਭਾਵੇਂ ਨਿਤਾਣੇ ਹਨ, ਪਰ ਚਟਾਨ ਵਿੱਚ ਆਪਣੇ ਘਰ ਬਣਾਉਂਦੇ ਹਨ। ਸਲਾਂ ਦਾ ਕੋਈ ਰਾਜਾ ਨਹੀਂ, ਤਾਂ ਵੀ ਉਹ ਸਭੇ ਦਲ ਬਣ ਕੇ ਨਿਕਲਦੀਆਂ ਹਨ। ਕਿਰਲੀ ਤੂੰ ਹੱਥਾਂ ਵਿੱਚ ਫੜ ਸਕਦਾ ਹੈ, ਤਾਂ ਵੀ ਪਾਤਸ਼ਾਹੀ ਮਹਿਲਾਂ ਵਿੱਚ ਰਹਿੰਦੀ ਹੈ। ਇਹ ਤਿੰਨ ਵਸਤਾਂ ਹਨ ਜਿਨ੍ਹਾਂ ਦੀ ਤੌਰ ਠਾਠ ਵਾਲੀ ਹੈ। ਸਗੋਂ ਚਾਰ ਹਨ ਜਿਨ੍ਹਾਂ ਦੀ ਚਾਲ ਸੋਹਣੀ ਹੈ। ਇੱਕ ਤਾਂ ਬੱਬਰ ਸ਼ੇਰ, ਜਿਹੜਾ ਸਾਰਿਆਂ ਪਸ਼ੂਆਂ ਵਿੱਚੋਂ ਚਰਵਾਣਾ ਹੈ ਅਤੇ ਕਿਸੇ ਦੇ ਅੱਗੇ ਪਿੱਠ ਨਹੀਂ ਪਵਾਉਂਦਾ। ਸ਼ਿਕਾਰੀ ਕੁੱਤਾ ਅਤੇ ਬੱਕਰਾ ਅਤੇ ਪਾਤਸ਼ਾਹ ਜਦ ਸੈਨਾ ਉਹਦੇ ਨਾਲ ਹੈ। ਜੇ ਤੂੰ ਮੂਰਖਤਾਈ ਨਾਲ ਆਪਣੇ ਆਪ ਨੂੰ ਉੱਚਾ ਕੀਤਾ ਅਥਵਾ ਕੋਈ ਬੁਰਾ ਮਤਾ ਪਕਾਇਆ ਹੈ, ਤਾਂ ਆਪਣੇ ਮੂੰਹ ਉੱਤੇ ਹੱਥ ਰੱਖ, ਕਿਉਂ ਜੋ ਦੁੱਧ ਰਿੜਕਣ ਹੀ ਮੱਖਣ ਨਿਕਲਦਾ ਹੈ ਅਤੇ ਨੱਕ ਮਰੋੜਨ ਨਾਲ ਲਹੂ ਨਿਕਲਦਾ ਹੈ ਅਤੇ ਕ੍ਰੋਧ ਭੜਕਾਉਣ ਨਾਲ ਲੜਾਈ ਪੜਦੀ ਹੈ। ਆਮੀਨ। ਕਹਾਉਤਾਂ ਦੀ ਕਿਤਾਬ ਅਧਿਆਏ 31 ਪਤਵੰਤੀ ਇਸਤਰੀ ਲਮੂਏਲ ਪਾਤਸ਼ਾਹ ਦੀਆਂ ਗੱਲਾਂ ਦੇ ਅਗੰਮ ਬਾਗ ਜਿਹੜੇ ਉਹਦੀ ਮਾਤਾ ਨੇ ਉਹਨੂੰ ਸਿਖਾਏ। ਕਿਉਂ ਮੇਰੇ ਪੁੱਤਰ, ਕਿਉਂ ਮੇਰੇ ਢਿੱਡ ਦੇ ਪੁੱਤਰ, ਕਿਉਂ ਮੇਰੀਆਂ ਸੁਖਣਾ ਦੇ ਪੁੱਤਰ, ਆਪਣਾ ਬਲ ਤੀਵੀਆਂ ਨੂੰ ਨਾ ਦੇ, ਨਾ ਆਪਣਾ ਚੱਲਣ ਪਾਤਸ਼ਾਹ ਦੇ ਨਾਸ਼ ਕਰਨ ਵਾਲਿਆਂ ਨੂੰ। ਪਾਤਸ਼ਾਹ ਨੂੰ ਕਿ ਲਮੂਏਲ ਪਾਤਸ਼ਾਹ ਨੂੰ ਮਦ ਪੀਣੀ ਯੋਗ ਨਹੀਂ, ਅਤੇ ਨਾ ਰਾਜ ਪੁੱਤਰਾਂ ਨੂੰ ਆਖਣਾ ਸ਼ਰਾਬ ਕਿੱਥੇ ਹੈ। ਮਤੇ ਉਹ ਪੀ ਕੇ ਵਿਧੀ ਨੂੰ ਭੁੱਲ ਜਾਣ ਅਤੇ ਸਾਰੇ ਦੁਖਿਆਰਾਂ ਦਾ ਹੱਕ ਮਾਰ। ਸ਼ਰਾਬ ਉਸ ਨੂੰ ਪਿਆਓ ਜੋ ਮਰਨ ਵਾਲਾ ਹੈ, ਅਤੇ ਮਦ ਉਸ ਨੂੰ ਜਿਹਦਾ ਮਨ ਕੌੜਾ ਹੈ, ਤਾਂ ਜੋ ਉਹ ਪੀ ਕੇ ਆਪਣੀ ਤੰਗੀ ਨੂੰ ਭੁੱਲ ਜਾਵੇ ਅਤੇ ਆਪਣੇ ਕਸ਼ਟ ਨੂੰ ਫਿਰ ਚੇਤੇ ਨਾ ਕਰੇ। ਗੂੰਗਿਆਂ ਦੇ ਨਿਮਿਤ ਆਪਣਾ ਮੂੰਹ ਖੋਲ ਅਤੇ ਉਹਨਾਂ ਸਭਨਾਂ ਦੇ ਹੱਕ ਲਈ ਜਿਹੜੇ ਚਲਾਣੇ ਦੇਣ ਨੂੰ ਹਨ ਆਪਣਾ ਮੂੰਹ ਖੋਲ ਕੇ ਧਰਮ ਦਾ ਨਿਉਂ ਕਰ, ਅਤੇ ਮਸਕੀਨਾਂ ਤੇ ਕੰਗਾਲਾਂ ਦੇ ਹੱਕ ਲਈ ਲੜ। ਪਤਵੰਤੀ ਇਸਤਰੀ ਕਿਹਨੂੰ ਮਿਲਦੀ ਹੈ, ਕਿਉਂ ਜੋ ਉਹਦੀ ਕਦਰ ਲਾਲਾਂ ਨਾਲੋਂ ਬਹੁਤ ਵਧੇਰੇ ਹੈ। ਉਹਦੇ ਭਰਤਾ ਦਾ ਮਨ ਉਹਦੇ ਉੱਤੇ ਭਰੋਸਾ ਰੱਖਦਾ ਹੈ ਅਤੇ ਉਹਨੂੰ ਲਾਭ ਦੀ ਕੁਝ ਥੋੜ ਨਹੀਂ। ਉਮਰ ਭਰ ਉਹ ਉਸਦੇ ਨਾਲ ਭਲਾਈ ਹੀ ਕਰੇਗੀ, ਬੁਰਾਈ ਨਹੀਂ। ਉਹ ਉੱਨ ਅਤੇ ਕਤਾਨ ਭਾਲ ਚਾਓ ਨਾਲ ਆਪਣੇ ਹੱਥੀ ਕੰਮ ਕਰਦੀ ਹੈ। ਉਹ ਵਪਾਰੀਆਂ ਦੇ ਜਹਾਜ਼ਾਂ ਵਰਗੀ ਹੈ। ਉਹ ਆਪਣਾ ਭੋਜਨ ਦੂਰੋਂ ਲਿਆਉਂਦੀ ਹੈ। ਰਾਤ ਰਹਿੰਦਿਆਂ ਉੱਠ ਕੇ ਆਪਣੇ ਟੱਬਰ ਨੂੰ ਭੋਜਨ ਅਤੇ ਆਪਣੀਆਂ ਗੋਲੀਆਂ ਨੂੰ ਕੰਮ ਦਿੰਦੀ ਹੈ। ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ ਅਤੇ ਆਪਣੇ ਹੱਥਾਂ ਦੀ ਖੱਟੀ ਨਾਲ ਦਾਖ ਦੀ ਬਾੜੀ ਲਾਉਂਦੀ ਹੈ। ਉਹ ਬਲ ਨਾਲ ਆਪਣਾ ਲੱਕ ਬੰਨਦੀ ਹੈ ਅਤੇ ਆਪਣੀਆਂ ਬਾਹਾਂ ਨੂੰ ਤਕੜਿਆਂ ਕਰਦੀ ਹੈ। ਉਹ ਪਰਖ ਲੈਂਦੀ ਹੈ ਭਾਈ ਮੇਰਾ ਵਪਾਰ ਚੰਗਾ ਹੈ। ਰਾਤ ਨੂੰ ਉਹਦਾ ਦੀਵਾ ਨਹੀਂ ਬੁਝਦਾ। ਉਹ ਤਕੜੇ ਨੂੰ ਹੱਥ ਲਾਉਂਦੀ ਹੈ ਅਤੇ ਉਹਦੇ ਹੱਥ ਅਡੇਰਨ ਨੂੰ ਫੜਦੇ ਹਨ। ਉਹ ਮਸਕੀਨਾਂ ਵੱਲ ਹੱਥ ਪਸਾਰਦੀ ਹੈ ਅਤੇ ਕੰਗਾਲਾਂ ਵੱਲ ਆਪਣੇ ਹੱਥ ਲੰਮੇ ਕਰਦੀ ਹੈ। ਉਹਨੂੰ ਆਪਣੇ ਟੱਬਰ ਵੱਲੋਂ ਬਰਫ਼ ਦਾ ਡਰ ਨਹੀਂ, ਕਿਉਂ ਜੋ ਉਹ ਸਾਰਾ ਟੱਬਰ ਕਿਰਮਚ ਪਾਉਂਦਾ ਹੈ। ਉਹ ਆਪਣੇ ਲਈ ਸ਼ੋਪ ਬਣਾਉਂਦੀ ਹੈ। ਉਹਦੇ ਵਸਤਰ ਕਤਾਨੀ ਤੇ ਬੈਂਗਣੀ ਹਨ। ਉਹਦਾ ਪਤੀ ਫਾਟਕ ਵਿੱਚ ਮੰਨਿਆ ਦੰਨਿਆ ਹੈ। ਜਦ ਉਹ ਦੇਸ਼ ਦੀਆਂ ਬਜ਼ੁਰਗਾਂ ਵਿੱਚ ਬਹਿੰਦਾ ਹੈ, ਉਹ ਮਲਮਲ ਦੇ ਵਸਤਰ ਬਣਾ ਕੇ ਵੇਚਦੀ ਹੈ ਅਤੇ ਵਪਾਰੀਆਂ ਨੂੰ ਪਟਕੇ ਦਿੰਦੀ ਹੈ। ਬਲ ਅਤੇ ਮਾਨ
ਉਹਦਾ ਲਿਬਾਸ ਹੈ ਅਤੇ ਆਉਣ ਵਾਲੇ ਦਿਨਾਂ ਉੱਤੇ ਹੱਸਦੀ ਹੈ। ਉਹ ਬੁੱਧ ਨਾਲ ਆਪਣਾ ਮੁਖ ਖੋਲਦੀ ਹੈ ਅਤੇ ਉਹਦੀ ਰਸਨਾ ਉੱਤੇ ਦਇਆ ਦੀ ਸਿੱਖਿਆ ਹੈ। ਉਹ ਆਪਣੇ ਟੱਬਰ ਦੀ ਚਾਲ ਨੂੰ ਧਿਆਨ ਨਾਲ ਵੇਖਦੀ ਹੈ ਅਤੇ ਆਲਸ ਦੀ ਰੋਟੀ ਨਹੀਂ ਖਾਂਦੀ। ਉਹ ਬੱਚੇ ਉਹਦੇ ਬੱਚੇ ਉੱਠ ਕੇ ਉਹਨੂੰ ਧੰਨ ਆਖਦੇ ਹਨ ਅਤੇ ਉਹਦਾ ਪਤੀ ਵੀ, ਅਤੇ ਉਹ ਉਹਦੀ ਸਲਾਹੋਤ ਕਰਦਾ ਹੈ। ਭਾਈ ਬਥੇਰੀਆਂ ਨਾਰੀਆਂ ਨੇ ਉੱਤਮਤਾਈ ਵਿਖਾਈ ਹੈ ਪਰ ਤੂੰ ਉਹਨਾਂ ਨਾਲੋਂ ਵੱਧ ਗਈ ਹੈ। ਸੁੰਦਰਤਾ ਛਲ ਹੈ ਤੇ ਸੁਪਨ ਮਿਥਿਆ, ਪਰ ਇਸਤਰੀ ਜੋ ਯਹੋਵਾ ਦਾ ਭੈ ਮੰਨਦੀ ਹੈ ਸਲਾਹੀ ਜਾਵੇਗੀ। ਉਹਦੇ ਹੱਥਾਂ ਦਾ ਫਲ ਉਹਨੂੰ ਦਿਓ, ਉਹਦੇ ਹੱਥਾਂ ਦਾ ਫਲ ਉਹਨੂੰ ਦਿਓ ਅਤੇ ਉਹਦੇ ਕੰਮ ਆਪੇ ਫਾਟਕ ਵਿੱਚ ਉਸਨੂੰ ਜਸ ਦੇਣ। ਆਮੈਨ। Thank you.